ਇੰਟੂ ਬਰਾੜ ਇਸ ਟਾਈਮ ਰਿਵਰਲੈਂਡ ਤੋਂ ਤੁਹਾਡੇ ਨਾਲ ਜੁੜਿਆ ਹੋਇਆ। ਬੋਬੀ ਸਿੱਧੂ ਨੋਰਮਲੀ ਇਹ ਪ੍ਰੋਗਰਾਮ ਕਰਦੇ ਆ ਤੇ ਉਹਨਾਂ ਨੂੰ ਅੱਜ ਜ਼ਰੂਰੀ ਸੀ ਪ੍ਰੋਗਰਾਮ ਵਿਚਾਲੇ ਛੱਡਣਾ ਪਿਆ ਤੇ ਮੈਂ ਬਾਗਡੋਰ ਪ੍ਰੋਗਰਾਮ ਦੀ ਅਗਲੇ ਅੱਧੇ ਘੰਟੇ ਲਈ ਸਾਂਭੀ ਆ ਤੇ ਇਸ ਅੱਧੇ ਘੰਟੇ ਦੇ ਵਿੱਚ ਜਿਵੇਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਜੀ, ਅਸੀਂ ਤੁਹਾਡੇ ਸਾਰਿਆਂ ਦੇ ਦਿਲਾਂ ਦੀ ਧੜਕਣ, ਤੁਹਾਡੇ ਹਰਮਨ ਪਿਆਰੇ ਤੇ ਜਿਨ੍ਹਾਂ ਨੂੰ ਬਹੁਤ ਘੱਟ ਲੋਕ ਹੁੰਦੇ ਆ ਜਿਨ੍ਹਾਂ ਨੂੰ ਦਿਲੋਂ ਪਿਆਰ ਮਿਲਦਾ, ਉਂਝ ਉਤਲਾ ਉਤਲਾ ਪਿਆਰ ਤਾਂ ਸਾਰੀ ਦੁਨੀਆਂ ਨੂੰ ਲੈ ਲੈਂਦੀ ਆ, ਪਰ ਦਿਲੋਂ ਪਿਆਰ ਕਰਨਾ ਮਿਲਣਾ ਇੱਕ ਬਹੁਤ ਵੱਡੀ ਪ੍ਰਾਪਤੀ ਮਾਦਾ ਮੈਂ ਤੇ ਬਾਈ ਦੇਬੀ ਮਖਸੂਸਪੁਰੀ ਹੋਰਾਂ ਦੀ ਇੱਕ ਜਿਹੜੀ ਪ੍ਰਾਪਤੀ ਆ ਉਹਦੇ ਵਿੱਚ ਇਹ ਹੈ ਜੀ ਵੀ ਉਹਨਾਂ ਨੂੰ ਜਿੰਨੇ ਵੀ ਲੋਕ ਚਾਹੁੰਦੇ ਆ ਉਹ ਦਿਲੋਂ ਚਾਹੁੰਦੇ ਆ, ਉਹਨਾਂ ਨੂੰ ਇੰਜ ਲੱਗਦਾ ਵੀ ਉਹਨਾਂ ਦੀਆਂ ਦਿਲਾਂ ਦੀਆਂ ਗੱਲਾਂ ਜਾਂ ਦਿਲਾਂ ਦੀਆਂ ਭਾਵਨਾਵਾਂ ਨੂੰ ਜੇ ਕੋਈ ਬੰਦਾ ਕਲਮ ਜਰੀਏ ਉਕਾਰਦਾ, ਅੱਜ ਕੱਲ ਤਾਂ ਗਾ ਕੇ ਵੀ ਕਰਦੇ ਆ, ਤਾਂ ਉਹ ਦੇਬੀ ਮਖਸੂਸਪੁਰੀ ਨੇ। ਸੋ ਹੁਣ ਉਹ ਸਾਡੇ ਨਾਲ ਜੁੜ ਚੁੱਕੇ ਆ ਜੀ ਤੇ ਅੱਜ ਕੱਲ ਆਸਟ੍ਰੇਲੀਆ ਦੇ ਟੂਰ ਦੇ ਉੱਤੇ ਆਏ ਆ, ਤੁਸੀਂ ਉਹਨਾਂ ਨੂੰ ਬ੍ਰਿਸਬਨ ਦੇ ਵਿੱਚ ਉਹਨਾਂ ਦੇ ਪ੍ਰੋਗਰਾਮ ਦਾ ਆਨੰਦ ਮਾਣਿਆ, ਸਿਡਨੀ, ਮੈਲਬਰਨ, ਐਡਲੇਡ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਬੜਾ ਤੇਜ਼ ਤਰਾਰ ਟੂਰ ਉਹਨਾਂ ਦਾ ਚੱਲ ਰਿਹਾ। ਸੋ ਉਹਨਾਂ ਨਾਲ ਆਪਾਂ ਕੁਝ ਇੱਕ ਗੱਲਾਂ ਬਾਤਾਂ ਅੱਜ ਕਰਨੀਆਂ। ਸੋ ਬਾਈ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ, ਹਰਮਨ ਰੇਡੀਓ ਦੇ ਇਸ ਪ੍ਰੋਗਰਾਮ ਲਹਿਰਾਂ 'ਚ ਤੁਹਾਡਾ ਜੀ ਆਇਆਂ, ਤੁਹਾਡਾ ਸਵਾਗਤ ਹੈ ਆਸਟ੍ਰੇਲੀਆ ਦੇ ਵਿੱਚ। ਮਿੰਟੂ ਜੀ ਬਹੁਤ ਮਿਹਰਬਾਨੀ ਜੀ, ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਸ ਪ੍ਰੋਗਰਾਮ ਨਾਲ ਹਰਮਨ ਰੇਡੀਓ ਨਾਲ ਜਿੰਨੇ ਜੋ ਬੈਠੇ ਨੇ ਸਰੋਤੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਤਿਕਾਰ ਸਾਰਿਆਂ ਨੂੰ ਜੀ, ਬਹੁਤ ਮਿਹਰਬਾਨੀ ਜੀ। ਸੋ ਬਾਈ ਜੀ ਜਿੱਦਾਂ ਕਿ ਸਾਡੇ ਸਰੋਤੇ ਅਕਸਰ ਚੰਗੀ ਸ਼ਾਇਰੀ ਨੂੰ ਉਡੀਕਦੇ ਆ, ਚੰਗੇ ਪ੍ਰੋਗਰਾਮਾਂ ਨੂੰ ਦੇਖਣ ਲਈ ਦਿਲੋਂ ਆਉਂਦੇ ਆ, ਕਿਉਂਕਿ ਅੱਜ ਦਾ ਯੁੱਗ ਆ, ਮੈਂ ਕਹਿੰਦੇ ਨੀ ਹੁੰਦੇ ਓਨੈਸਟਲੀ ਜੇ ਕਹਾਂ ਤਾਂ ਸ਼ੋਅ ਜਿਹੜੇ ਕਿ ਬਹੁਤ ਵੱਡੇ ਪੱਧਰ ਤੇ ਫਲੋਪ ਹੋ ਰਹੇ ਆ ਤੇ ਲੋਕ ਪਿੱਛੇ ਨੂੰ ਹਟ ਰਹੇ ਆ, ਪਰ ਕੁਝ ਇੱਕ ਕਲਾਕਾਰੀ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦਾ ਲੋਕ ਇੰਤਜ਼ਾਰ ਕਰਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਕੋਈ ਪ੍ਰੋਬਲਮ ਨੀ ਜੀ, ਜੀ ਆਇਆਂ ਤੋਂ ਨਾ। ਤੇ ਮੈਂ ਦੇਖ ਰਿਹਾ ਸੀ ਬੇੜਾ ਜੇ ਇਹ ਸ਼ੋਆਂ ਦੇ ਜੇ ਇਸ ਮਾੜੇ ਦੌਰ ਦੇ ਵਿੱਚ ਤੁਹਾਡੇ ਸ਼ੋਅ ਦੀ ਚਰਚਾ ਛਿੜੀ ਹੋਈ ਆ ਤੇ ਲੋਕ ਆਉਣਾ ਚਾਹੁੰਦੇ ਆ, ਲੋਕ ਸੁਣਨਾ ਚਾਹੁੰਦੇ ਆ, ਸੋ ਪਹਿਲੀ ਗੱਲ ਤਾਂ ਤੁਸੀਂ ਇਸ ਲਈ ਵਧਾਈ ਦੇ ਪਾਤਰ ਹੋ ਜੀ। ਦੂਜੀ ਇਹ ਹੈ ਜੀ ਵੀ ਤੁਸੀਂ ਤਕਰੀਬਨ ਲੱਗਦਾ ਹੁਣ ਇਹ 2 ਸਾਲਾਂ ਬਾਅਦ ਤੁਹਾਡਾ ਇਹ ਹੋ ਰਿਹਾ ਸ਼ੋਅ ਇੱਥੇ, ਤਾਂ ਤੁਹਾਡੇ ਹੁਣ ਪਹਿਲਾਂ ਤਾਂ ਮੈਨੂੰ ਪਲਾਨਿੰਗ ਹੀ ਦੱਸੋ ਤਾਂ ਕਿ ਸਾਡੇ ਸਰੋਤਿਆਂ ਨੂੰ ਪਤਾ ਲੱਗ ਜੇ ਕਿਹੜੇ ਕਿਹੜੇ ਸ਼ੋਅ 'ਚ ਕਿਹੜੀ ਕਿਹੜੀ ਤਰੀਕ ਨੂੰ ਕਿੱਥੇ ਕਿੱਥੇ ਹੋ ਰਿਹਾ, ਪਹਿਲਾਂ ਤਾਂ ਆਪਾਂ ਇੱਥੋਂ ਹੀ ਸ਼ੁਰੂ ਕਰੀਏ। ਬਿਲਕੁਲ ਜੀ, ਬ੍ਰਿਸਬਨ ਤੋਂ ਸ਼ੁਰੂਆਤ ਹੋਈ ਸੀ ਪਿਛਲੇ ਹਫ਼ਤੇ, ਬ੍ਰਿਸਬਨ ਸੀਗਾ ਸੰਡੇ ਪਿਛਲੇ ਐਤਵਾਰ, ਇਸ ਵਾਰ ਹੁਣ ਸੈਟਰਡੇ ਹੈਗਾ ਜੀ ਸਿਡਨੀ ਵਿੱਚ, ਸੰਡੇ ਹੈਗਾ ਜੀ ਫਿਰ ਐਡੀਲੇਡ ਵਿੱਚ। ਹੈਲੋ ਜੀ ਜੀ, ਤੇ ਐਡੀਲੇਡ ਤੇ 20 ਤਰੀਕ ਨੂੰ ਮਿੰਟੂ ਜੀ ਫਿਰ ਹੈਗਾ ਆਪਣੇ ਜੀ ਮੈਲਬਰਨ ਵਿੱਚ ਜੀ। ਸੋ ਕੱਲ ਨੂੰ ਸੈਟਰਡੇ ਸਿਡਨੀ ਦੇ ਵਿੱਚ ਜੀ, ਨੋਟ ਕਰ ਲਓ ਸਾਰੇ ਜਣੇ ਨੇ, ਐਤਵਾਰ ਨੂੰ ਐਡੀਲੇਡ ਦੇ ਵਿੱਚ ਤੇ 20 ਤਰੀਕ ਨੂੰ ਜਾਣੀ ਕਿ ਨੈਕਸਟ ਵੀਕਐਂਡ ਦੇ ਉੱਤੇ ਜਿਹੜਾ ਸ਼ੋਅ ਆ ਉਹ ਮੈਲਬਰਨ ਦੇ ਵਿੱਚ ਹੋਣਾ। ਸੋ ਉਮੀਦ ਆ ਸਾਰੇ ਸਰੋਤੇ ਇਸ ਨੂੰ ਨੋਟ ਕਰਕੇ ਜ਼ਰੂਰ ਪਹੁੰਚਣਗੇ। ਸੋ ਦੇਬੀ ਬਾਈ ਜੀ, ਤੁਸੀਂ ਕਾਫੀ ਲੰਮੇ ਚਿਰ ਤੋਂ ਕੈਨੇਡਾ ਰਹਿ ਰਹੇ ਹੋ ਤੇ ਮੈਨੂੰ ਵੀ ਪਿਛਲੇ ਸਾਲ ਸਹਿਯੋਗ ਮਿਲਿਆ ਕੈਨੇਡਾ ਜਾਣ ਦਾ ਤੇ ਮੈਂ ਵੀ ਦੋਨਾਂ ਮੁਲਕਾਂ ਨੂੰ ਦੇਖਿਆ ਤੇ ਤੁਸੀਂ ਵੀ ਆਸਟ੍ਰੇਲੀਆ ਕੈਨੇਡਾ ਨੂੰ ਦੇਖਿਆ, ਤੁਸੀਂ ਪਹਿਲਾਂ ਤਾਂ ਇਹ ਦੱਸੋ ਵੀ ਸਾਨੂੰ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਵਸਦੇ ਪੰਜਾਬੀ ਜਾਂ ਆਸਟ੍ਰੇਲੀਆ ਕਿਹੋ ਜਿਹਾ ਲੱਗਦਾ? ਬਿਲਕੁਲ ਜੀ, ਸਿਆਣੇ ਕਹਿੰਦੇ ਨੇ ਵੀ ਜਿੱਥੇ ਆਪਣੇ ਪਿਆਰੇ ਵਸਦੇ ਹੋਣ ਹਨਾ ਜੀ, ਉਹ ਥਾਵਾਂ ਸਾਰੀਆਂ ਹਮੇਸ਼ਾ ਚੰਗੀਆਂ ਲੱਗਦੀਆਂ ਬੰਦੇ ਨੂੰ ਹਨਾ ਜੀ, ਜਿੱਥੇ ਆਪਣੇ ਚਾਹੁਣ ਵਾਲੇ ਹੋਣ, ਆਪਾਂ ਨੂੰ ਪਿਆਰ ਕਰਨ ਵਾਲੇ ਹੋਣ, ਆਪਣੀ ਜਾਣ ਪਹਿਚਾਣ ਵਾਲੇ ਹੋਣ ਹਨਾ ਜੀ, ਹਮ ਜ਼ਬਾਨ ਹੋਣ, ਹਮ ਵਤਨ ਹੋਣ, ਉਹ ਚੰਗੇ ਲੱਗਦੇ, ਉਹ ਥਾਵਾਂ ਸਾਰੀਆਂ ਚੰਗੀਆਂ ਲੱਗਦੀਆਂ ਹਨਾ ਜੀ। ਤੇ ਇਹ ਥਾਵਾਂ ਤੇ USA ਕੈਨੇਡਾ ਦਾ ਵੀ ਬਹੁਤ ਸਾਲਾਂ ਤੋਂ ਆਪਣਾ ਭਾਈਚਾਰਾ, ਕਾਫੀ ਗਿਣਤੀ ਵਿੱਚ ਆਪਾਂ ਪੰਜਾਬੀ ਹੈਗੇ ਹਨਾ ਜੀ, ਤੇ ਇੱਥੇ ਆਸਟ੍ਰੇਲੀਆ ਥੋੜੀਆ ਦੇਰ ਨਾਲ ਸ਼ੁਰੂ ਹੋਏ, ਪਰ ਹੁਣ ਇੱਥੇ ਵੀ ਸੁਖਨਾ ਬਾਬਾ ਜੀ ਆਪਣੀ ਵੱਸੋਂ ਬਹੁਤ ਸਟੂਡੈਂਟਸ ਕਾਫੀ ਆ, ਹੋਰ ਪਰਿਵਾਰ ਫੈਮਿਲੀਆਂ ਕਾਫੀ ਆ ਗਈਆਂ ਹਨਾ ਜੀ, ਤੇ ਪੂਰੀ ਆਪਾਂ ਕਹਿ ਸਕਦੇ ਗਹਿਮਾ ਗਹਿਮੀ ਹੈਗੀ ਆ ਪੰਜਾਬੀ ਮਾਹੌਲ ਵਾਲੇ, ਤੇ ਚੰਗਾ ਲੱਗਦਾ ਜੀ ਔਰ ਅੱਛਾ ਲੱਗਦਾ ਕਿਉਂਕਿ ਇੱਥੇ ਮਾਲਕ ਦੀ ਕਿਰਪਾ ਨਾਲ ਕਿ ਉਹ ਪੰਜਾਬੀਆਂ ਨੂੰ ਜਿਹੜੀ ਮਿਹਨਤ ਆ ਹੱਡ ਬੰਨ ਕੇ ਕਮਾਈ ਕਰਨੀ, ਇੱਕ ਦਿਲੋਂ ਵੱਲ ਲਾ ਕੇ ਚੜ੍ਹ ਜਲਾ ਚ ਰਹਿਣਾ, ਮਿਹਨਤ ਕਰਕੇ ਆਪਣੇ ਆਪ ਨੂੰ ਸਟੈਬਲਿਸ਼ ਕਰਨਾ, ਇਹ ਵਿਰਸੇ ਚ ਮਿਲਿਆ ਹੋਇਆ ਆਪਣੇ ਪੰਜਾਬੀਆਂ ਨੂੰ ਹਰ ਜਗ੍ਹਾ ਦਾ, ਜਿੱਥੇ ਵੀ ਹੈਗਾ ਕਿ ਸਾਡੇ ਸ਼ੇਰ ਸਿੰਘ ਪੁਰਾਣੇ ਕਿ ਜੱਗੋਂ ਬਾਹਰੀਆਂ ਪੱਲੇ ਚ ਖੂਬੀਆਂ ਨੇ, ਜਿੱਥੇ ਜਾਂਦੇ ਪਛਾਣ ਬਣਾ ਲੈਂਦੇ ਹਨਾ, ਦੇਬੀ ਪੇਟ ਲਈ ਕਿਤੇ ਵੀ ਜਾ ਬੈਠਣ ਟੌਰ ਵੱਖਰਾ ਰਹੋ ਪੰਜਾਬੀ, ਉਹ ਮਾਲਕ ਦੀ ਕਿਰਪਾ, ਗੁਰੂ ਨਾਨਕ ਸਾਹਿਬ ਦੀ ਕਿਰਪਾ, ਆਸ਼ੀਰਵਾਦ ਬਾਬਿਆਂ ਦੇ ਨਾਲ, ਤੇ ਚੜ੍ਹਦੀ ਕਲਾ ਚ ਆਪਣੇ ਜਿੱਥੇ ਵੀ ਆਪਣੇ ਪੰਜਾਬੀ ਬੈਠੇ ਹਨਾ ਜੀ।
ਜੀ 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 ਸੋ ਬਹੁਤ ਖੂਬਸੂਰਤ ਜੀ ਤੇ ਬਾਈ ਜੀ ਗੱਲ ਇਹ ਆ ਜਾਂਦੀ ਹੈ ਵੀ ਜਿਹੜੀ ਅੱਜ ਦਾ ਦੌਰ ਆ ਜਿਹੜਾ ਗਾਇਕੀ ਦੇ ਦੌਰ ਦੇ ਵਿੱਚ ਵੱਡੇ ਵੱਡੇ ਤਬਦੀਲੀਆਂ ਅਕਸਰ ਆਉਂਦੀਆਂ ਰਹੀਆਂ ਤੇ ਪਰ ਤੁਸੀਂ ਇੱਕ ਮੋੜ ਹੋਇਆ ਹੋ ਗਾਇਕੀ ਦੇ ਵਿੱਚ ਜਦੋਂ ਗਾਇਕੀ ਨੂੰ ਸੁਣਨ ਵਾਲਾ ਬਣਾਇਆ ਬਹੁਤ ਸਾਰੇ ਲੋਕਾਂ ਨੇ ਉਸੇ ਦੌਰ ਦੇ ਵਿੱਚ ਗਾਇਕੀ ਨੂੰ ਦੇਖਣ ਵਾਲਾ ਬਣਾਇਆ ਪਰ ਤੁਸੀਂ ਗਾਇਕੀ ਨੂੰ ਸੁਣਨ ਵਾਲਾ ਬਣਾਇਆ ਇਹ ਇਹ ਚੀਜ਼ਾਂ ਪਿਛਲੇ ਸਾਡੇ ਤੁਹਾਡੇ ਜਿਹੜੇ 6 ਜਾਂ 7 ਬੇਬੀ ਲਾਈਵ ਜਿਹੜੇ ਚੱਲੇ ਆ ਤੇ ਜਾਂ ਜਿੱਥੇ ਜਿੱਥੇ ਤੁਸੀਂ ਗਏ ਹੋ ਤੇ ਉੱਥੇ ਦੇਖਿਆ ਵੀ ਦਰਸ਼ਕਾਂ ਦੀ ਥਾਂ ਤੇ ਸਰੋਤੇ ਆਉਂਦੇ ਆ ਤੁਹਾਡੇ ਕੋਲ ਤੁਸੀਂ ਇਸ ਜਿਹੜੀ ਲੀਹ ਨੂੰ ਚਲਾਈ ਹੈ ਇਸ ਲੀਹ ਦੇ ਤੁਹਾਨੂੰ ਲੱਗਦਾ ਵੀ ਇਸ ਲੀਹ ਦੇ ਉੱਤੇ ਕੋਈ ਹੋਰ ਵੀ ਪਹਿਰਾ ਦੇਣ ਵਾਲੇ ਹੋਰ ਨੌਜਵਾਨ ਤੁਹਾਡੀ ਇਸ ਲੀਹ ਤੋਂ ਅੱਗੇ ਤੁਰਨਗੇ ਜਾਂ ਕਿਉਂਕਿ ਜਦੋਂ ਕੋਈ ਬੰਦਾ ਲੀਹ ਚਲਾਉਂਦਾ ਉਹ ਕੱਲੀ ਆਪਦੇ ਲਈ ਨਹੀਂ ਚਲਾਉਂਦਾ ਉਹ ਲੋਕਾਂ ਲਈ ਵੀ ਰਾਹ ਸਿਰਾ ਹੁੰਦਾ ਤੇ ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲੀਹ ਕਾਮਯਾਬ ਰਹੂਗੀ ਤੁਹਾਡੀ ਜੀ ਮੈਨੂੰ ਜੀ ਆਪਾਂ ਕਹਿ ਸਕਦੇ ਆ ਕਿਉਂਕਿ ਮੈਂ ਸਮਝਿਆ ਕਿ ਆਪਾਂ ਨੂੰ ਕਦੇ ਨਾ ਉਮੀਦ ਨਹੀਂ ਹੋਣਾ ਚਾਹੀਦਾ ਹਨਾ ਵੀ ਆਪਾਂ ਨੂੰ ਜਿੱਦਾਂ ਕਹਿ ਲਾ ਵੀ ਗੁਰੂ ਸਾਹਿਬਾਂ ਦਾ ਵੀ ਹੈਗਾ ਕਿ ਮਤਲਬ ਚੜ੍ਹਦੀ ਕਲਾ ਚ ਰਹਿਣਾ ਹਮੇਸ਼ਾ ਆਸਮੰਦ ਰਹਿਣਾ ਚੰਗਾ ਪੱਖ ਸੋਚਣਾ ਹਨਾ ਜੀ ਪੋਜ਼ਿਟਿਵ ਮਤਲਬ ਪੋਜ਼ਿਟਿਵ ਰਹਿਣਾ ਆਪਣੇ ਆਪ ਨੂੰ ਮੈਂ ਹਮੇਸ਼ਾ ਮਿੰਟੂ ਵੀਰ ਏਦਾਂ ਸੋਚਦਾ ਕਿਉਂਕਿ ਹਰ ਚੀਜ਼ ਦਾ ਜਿੱਦਾਂ ਕਹਿੰਦੇ ਕੁਦਰਤ ਕਦੇ ਬੀਜ ਨਾਸ ਨਹੀਂ ਕਰਦੀ ਕਿਸੇ ਵੀ ਚੀਜ਼ ਦਾ ਚੰਗਾਈ ਦਾ ਬੁਰਾਈ ਦਾ ਹਰ ਥਾਂ ਤੇ ਹਰ ਸਮੇਂ ਚ ਹਰ ਤਰ੍ਹਾਂ ਦੇ ਲੋਕੀ ਹਰ ਤਰ੍ਹਾਂ ਦਾ ਖਿਆਲ ਰੱਖਣ ਵਾਲੇ ਲੋਕੀ ਹੁੰਦੇ ਹਨਾ ਜੀ ਹਰ ਤਰ੍ਹਾਂ ਦਾ ਸ਼ੌਕ ਰੱਖਣ ਵਾਲੇ ਲੋਕੀ ਰਹਿੰਦੇ ਹਮੇਸ਼ਾ ਮੌਜੂਦ ਰਹਿੰਦੇ ਆ ਹਨਾ ਜੀ ਸੋ ਅੱਜ ਦੇ ਦੌਰ ਚ ਵੀ ਜਿਹੜਾ ਕਈ ਵਾਰ ਆਪਾਂ ਕਈ ਵਾਰ ਨਿਰਾਸ਼ ਵੀ ਹੋ ਜਾਂਦੇ ਮੀਡੀਆ ਵਾਲੇ ਵੀਰ ਵੀ ਗੱਲਾਂ ਕਰਦੇ ਵੀ ਹਾਂ ਯਾਰ ਇਸ ਤਰ੍ਹਾਂ ਨੀ ਹੁਣ ਲੋਕੀ ਮਤਲਬ ਇਸ ਤਰ੍ਹਾਂ ਕਰੀ ਜਾਂਦੇ ਸ਼ਾਰਟਕੱਟ ਕਰੀ ਜਾਂਦੇ ਜਾਂ ਉਸ ਤਰ੍ਹਾਂ ਦੀ ਕੋਈ ਪਾਏਦਾਰ ਗੱਲ ਨਹੀਂ ਕਰਦੇ ਪਰ ਫਿਰ ਵੀ ਵਿੱਚ ਵਿੱਚ ਜੇ ਆਪਾਂ ਦੇਖੀਏ ਧਿਆਨ ਨਾਲ ਵਿੱਚ ਵਿੱਚ ਬਹੁਤ ਹੀ ਅੱਛਾ ਲਿਖਣ ਵਾਲੀਆਂ ਕਲਮਾਂ ਆ ਰਹੀਆਂ ਹਨਾ ਜੀ ਜਿਹੜੇ ਬਹੁਤ ਕਮਾਲ ਦਾ ਲਿਖਦੇ ਆ ਸਾਹਿਤਕ ਲੈਵਲ ਦਾ ਲਿਖਦੇ ਆ ਰਿਸ਼ਤਿਆਂ ਦੀ ਗੱਲ ਕਰਦੇ ਆ ਇੱਕ ਮਤਲਬ ਮਿਆਰ ਨੂੰ ਇੱਕ ਪਾਕੀਜ਼ਗੀ ਨੂੰ ਕਾਇਮ ਰੱਖਦੇ ਹੋਏ ਰਚਨਾ ਕਰ ਰਹੇ ਆ ਹਨਾ ਜੀ ਮੁੰਡੇ ਨਵੇਂ ਵੀ ਬਹੁਤ ਅੱਛਾ ਕੰਮ ਕਰ ਰਹੇ ਆ ਸੋ ਆਪਾਂ ਮੇਰੇ ਖਿਆਲ ਬੇਉਮੀਦ ਨਹੀਂ ਆਪਾਂ ਨੂੰ ਹੋਣਾ ਚਾਹੀਦਾ ਵੀ ਹਾਂ ਵੀ ਬਿਲਕੁਲ ਇਹ ਮਤਲਬ ਔਰ ਫਿਰ ਕੁਦਰਤੀ ਗੱਲ ਜੇ ਚੰਗਾ ਲਿਖਣ ਵਾਲੇ ਚੰਗਾ ਸੁਣਨ ਵਾਲੇ ਆਉਂਦੇ ਰਹਿਣਗੇ ਔਰ ਲੋਕੀ ਵੀ ਚੰਗਾ ਸੁਣਦੇ ਰਹਿਣਗੇ ਕਿਉਂ ਉਹਨਾਂ ਦੇ ਵੀ ਸਮਾਂ ਕੰਨ ਪਸ ਜਾਂਦੇ ਯਾਰ ਚਿਰ ਹੋ ਗਿਆ ਕੋਈ ਚੱਜ ਪਿਆ ਕਲਾਮ ਨਹੀਂ ਸੁਣਿਆ ਜਦੋਂ ਉਸ ਤਰ੍ਹਾਂ ਦਾ ਕਲਾਮ ਆਉਂਦਾ ਤਾਂ ਲੋਕੀ ਬਿਲਕੁਲ ਉਹਨੂੰ ਪਿਆਰ ਨਾਲ ਸੁਣਦੇ ਆ ਉਹਨੂੰ ਕਬੂਲਦੇ ਉਸ ਆਰਟਿਸਟ ਨੂੰ ਮੈਂ ਸਮਝਦਾ ਹਾਂ ਜੀ ਜੀ ਦੇਖੋ ਦਿੱਬ ਜੀ ਵੈਸੇ ਤਾਂ ਬਹੁਤ ਸਾਰੇ ਸਰੋਤਿਆਂ ਨੂੰ ਅੱਜ ਕੱਲ ਸੋਸ਼ਲ ਮੀਡੀਆ ਚੀਜ਼ ਐਸੀ ਹੋ ਗਈ ਵੀ ਹਰ ਚੀਜ਼ ਬਾਰੇ ਹਰ ਬੰਦੇ ਨੂੰ ਪਤਾ ਹੀ ਹੁੰਦਾ ਪਰ ਫੇਰ ਵੀ ਬਹੁਤ ਸਾਰੇ ਸਾਡੇ ਸਰੋਤਿਆਂ ਦੇ ਮਨ ਦੇ ਵਿੱਚ ਇਹ ਗੱਲਾਂ ਆਉਂਦੀਆਂ ਜਾਂ ਸੁਣਨਾ ਚਾਹੁੰਦੇ ਆ ਤੁਹਾਡੀ ਜਵਾਨੀ ਵੀ ਜਦੋਂ ਦੌਰ ਸੀ ਤੁਸੀਂ ਇੱਕ ਸੁਪਰ ਸਟਾਰ ਲੇਖਕ ਸੀ ਤੁਹਾਡੇ ਗੀਤ ਉਸ ਟਾਈਮ ਦੇ ਸਟਾਰ ਗਾਇਕ ਸਿਕੰਦਰ ਤੋਂ ਲਾ ਕੇ ਹੰਸਰਾਜ ਤੋਂ ਲਾ ਕੇ ਹਰੇਕ ਬੰਦਾ ਉਹਦੇ ਗਾਉਣਾ ਉਹਨਾਂ ਲਈ ਇੱਕ ਮਾਣ ਸੀ ਚਾਹੇ ਉਹ ਵਾਰਿਸ ਬ੍ਰਦਰ ਸੀ ਪਰ ਅਚਾਨਕ ਕੀ ਹੋਇਆ ਵੀ ਤੁਸੀਂ ਖੁਦ ਇਸ ਲਾਈਨ ਦੇ ਵਿੱਚ ਆ ਗਏ ਤੁਸੀਂ ਖੁਦ ਇਹਨੂੰ ਸਟੇਜ ਪਰਫਾਰਮੈਂਸ ਕਰਨ ਲੱਗ ਗਏ ਇਹਦੇ ਕਿਹੜੇ ਕੀ ਕਾਰਨ ਬਣੇ ਤੇ ਦੂਜਾ ਜਿਹੜੀ ਸਾਡੇ ਸਰੋਤਿਆਂ ਨੂੰ ਤਕਰੀਬਨ ਪਤਾ ਹੀ ਆ ਬਹੁਤ ਸਾਰਿਆਂ ਨੂੰ ਪਰ ਮੈਂ ਫੇਰ ਵੀ ਦੱਸ ਦਿਆਂ ਵੀ ਜਨਾਬ ਸੁਰਜੀਤ ਪਾਤਰ ਹੋਰਾਂ ਨਾਲ ਤੁਹਾਡਾ ਇੱਕ ਉਸਤਾਦ ਤੇ ਸ਼ਗਿਰਦ ਵਾਲਾ ਰਿਸ਼ਤਾ ਉਹ ਕਿਵੇਂ ਸਬੱਬ ਬਣਿਆ ਦੋਨੇ ਗੱਲਾਂ ਆਪਾਂ ਪਲੀਜ਼ ਖੁੱਲ ਕੇ ਸਾਡੇ ਸਰੋਤਿਆਂ ਨਾਲ ਸਾਂਝੀਆਂ ਕਰੋ ਜੀ ਜੀ ਬਿਲਕੁਲ ਮਿੰਟੂ ਵੀਰ ਮੈਂ ਨਾ ਗੁਰੂ ਜੀ ਪਦ ਸਾਹਿਬ ਹਮੇਸ਼ਾ ਮੈਂ ਇਮੋਸ਼ਨਲ ਹੋ ਜਾਂਦਾ ਉਹਨਾਂ ਦਾ ਜ਼ਿਕਰ ਸੁਣ ਕੇ ਉਹਨਾਂ ਨਾਮ ਤੇ ਐਸੀ ਹਸਤੀ ਐਸੀ ਸ਼ਖਸੀਅਤ ਐਡੇ ਵੱਡੇ ਸ਼ਾਇਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕਿਸੇ ਜ਼ਬਾਨ ਨੂੰ ਸਦੀਆਂ ਬਾਅਦ ਏਡੇ ਸਮਰੱਥ ਕਵੀ ਮਿਲਦੇ ਆ ਹਨਾ ਜੀ ਕਿਸੇ ਜ਼ਬਾਨ ਦੀ ਖੁਸ਼ ਨਸੀਬੀ ਹੁੰਦੀ ਹੈ ਕਿ ਐਸਾ ਸ਼ਾਇਰ ਉਸ ਜ਼ਬਾਨ ਨੂੰ ਮਿਲੇ ਜੇ ਪਾਤਰ ਸਾਹਿਬ ਸਾਨੂੰ ਪੰਜਾਬੀ ਜ਼ਬਾਨ ਸਾਨੂੰ ਮਿਲੇ ਹਨਾ ਜੀ ਤੇ ਉਹ ਤਾਂ ਮਤਲਬ ਆਸ਼ੀਰਵਾਦ ਨੇ ਉਹਨਾਂ ਦੇ ਮੈਂ ਬਕਾਇਦਾ ਬਹੁਤ ਚਿਰ ਤੋਂ ਜੁੜਿਆ ਉਹਨਾਂ ਦਾ ਬਹੁਤ ਲੰਬੇ ਸਮੇਂ ਤੋਂ ਉਹਨਾਂ ਜੀ ਤੇ ਬਕਾਇਦਾ ਸ਼ਗਿਰਦ ਆਉਣ ਦਾ ਮਾਣ ਹਾਸਲ ਹੋਇਆ ਉਹਨਾਂ ਨੂੰ ਆਸ਼ੀਰਵਾਦ ਹੈ ਉਹਨਾਂ ਦਾ ਹਮੇਸ਼ਾ ਸ਼ੁਰੂ ਤੋਂ ਲੈ ਕੇ ਹਨਾ ਜੀ ਜੀ ਜਿਹੜੀ ਗੱਲ ਤੁਸੀਂ ਆਪਾਂ ਲਿਖਣ ਦੀ ਗੱਲ ਬਿਲਕੁਲ ਜੀ ਉਹ ਮੈਂ ਹਮੇਸ਼ਾ ਹੀ ਹਰ ਇੰਟਰਵਿਊ ਚ ਹਰ ਮੁਲਾਕਾਤ ਚ ਹਮੇਸ਼ਾ ਇਹ ਹਮੇਸ਼ਾ ਥੈਂਕਸ ਕੀਤਾ ਉਹਨਾਂ ਸਾਰੇ ਵੀਰਾਂ ਦਾ ਕਲਾਕਾਰ ਵੀਰਾਂ ਦਾ ਜਿਹੜੇ ਸੁਰੀਲੇ ਗਾਇਕ ਜਿਨ੍ਹਾਂ ਨੇ ਮੈਨੂੰ ਮਾਣ ਦਿੱਤਾ ਜੀ ਮੇਰੇ ਲਿਖੇ ਬੋਲ ਕਬੂਲ ਕੀਤੇ ਗਾਏ ਆਪਣੀ ਜ਼ਬਾਨ ਨਾਲ ਔਰ ਉਹ ਸਾਰਿਆਂ ਤੱਕ ਪਹੁੰਚੇ ਸਾਰਿਆਂ ਨੇ ਉਹਨਾਂ ਗੀਤਾਂ ਨੂੰ ਪਿਆਰ ਦਿੱਤਾ ਬਹੁਤ ਪਸੰਦ ਕੀਤਾ ਜਨਾਬ ਚਰਨਜੀਤ ਹੂਜਾ ਸਾਹਿਬ ਤੋਂ ਲੈ ਕੇ ਕਿਉਂਕਿ ਪਹਿਲੇ ਗਾਣੇ ਸਾਰੇ ਉਹਨਾਂ ਕੋਲ ਪਏ ਹੁੰਦੇ ਸੀ ਉਦੋਂ ਸਾਰੇ ਆਰਟਿਸਟ ਰਿਕਾਰਡਿੰਗ ਉਹਨਾਂ ਕੋਲ ਕਰਦੇ ਸੀ ਜਿਹੜਾ ਵੀ ਉਹਨਾਂ ਗਾਣਾ ਅੱਛਾ ਲੱਗਣਾ ਕਿਸੇ ਵੀ ਆਰਟਿਸਟ ਨੇ ਰਿਕਾਰਡ ਕਰਵਾ ਦੇਣਾ ਹਨਾ ਜੀ ਤੇ ਪਹਿਲਾਂ ਮਾਨਕ ਸਾਹਿਬ ਨੇ ਕਿਰਪਾ ਕੀਤੀ ਸੁਨੀਲਾ ਬਾਜ ਦੀ ਬਦੌਲਤ ਉਹ ਗਾਣਾ ਹੋਇਆ ਹਨ ਤੇ ਫਿਰ ਕਿਤੇ ਨਾ ਕਿਤੇ ਜਦੋਂ ਗਾਇਕੀ ਦਾ ਦੌਰ ਸ਼ੁਰੂ ਹੋ ਗਿਆ ਨਾ ਕੈਨੇਡਾ ਆ ਕੇ ਮਤਲਬ ਭੂਤ ਸਲਵਾਰ ਹੋ ਗਿਆ ਤੇ ਗਾਉਣਾ ਹਨਾ ਜੀ ਉਹਦੇ ਚ ਵੀ ਕਿਤੇ ਨਾ ਕਿਤੇ ਆਈ ਥਿੰਕ ਮੈਂ ਇਹ ਹੁੰਦਾ ਬਈ ਆਪਾਂ ਕੋਈ ਵੀ ਆਪਾਂ ਮਿੰਟੂ ਵੀ ਗੱਲ ਸਮਝ ਸਕਦੇ ਹਾਂ ਵੀ ਆਪਾਂ ਖਾਬਾਂ ਦੀ ਦੁਨੀਆਂ ਚ ਬਹੁਤ ਚਿਰ ਨਹੀਂ ਜੀ ਸਕਦੇ ਹੁੰਦੇ ਹਨਾ ਜੇ ਖਾਬ ਦੇਖਣੇ ਬਣਦੇ ਆ ਕਿਉਂ ਖਾਬ ਦੇਖਾਂਗੇ ਤਾਂ ਉਹਨੂੰ ਪੂਰਾ ਕਰਨੇ ਮਿਹਨਤ ਇਨਸਾਨ ਕਰਦਾ ਹਨਾ ਚਲੋ ਮਾਲਕ ਕਿਰਪਾ ਕਰੇ ਉਹ ਮਿਹਨਤ ਨਾਲ ਖਾਬ ਪੂਰੇ ਵੀ ਹੁੰਦੇ ਆ
ਪਰ ਅਸਲੀਅਤ ਦੇ ਨੇੜੇ ਮੈਂ ਥੋੜੀ ਜਿਹੀ ਅਸਲੀਅਤ ਦੇ ਨੇੜੇ ਰਹਿਣ ਵਾਲਾ ਬੰਦਾ ਹਾਂ। ਸ਼ੁਰੂਆਤ ਜਦੋਂ ਕੀਤੀ ਸੀ, ਪਹਿਲੀ ਰਿਕਾਰਡਿੰਗ ਵੀ ਕੀਤੀ ਹੈ ਨਾ, ਜਾਂ ਸਟੇਜ ਕਰਨੀ ਸ਼ੁਰੂ ਕੀਤੀ ਸੀ ਕੈਨੇਡਾ ਦੇ ਵਿੱਚ, ਮਾਲਕ ਦੀ ਕਿਰਪਾ ਨਾਲ ਸ਼ੁਰੂ ਚੋਂ ਹੀ ਇੱਕ ਤਾੜੀਆਂ ਨਸੀਬ ਹੋ ਗਈਆਂ ਸਰੋਤਿਆਂ ਦੀਆਂ, ਦਰਸ਼ਕਾਂ ਦੀਆਂ। ਜੇ ਇਹ ਸੀਗਾ ਵੀ ਉਹ ਨਾਮ ਲੋਕੀ ਜਾਣਦੇ ਸੀ ਵੀ ਸ਼ਾਇਦ ਫਲਾਨਾ ਮੁੰਡਾ ਜਿਹਨੇ ਉਹ ਫਲਾਨਾ ਗਾਣਾ ਲਿਖਿਆ ਸੀ ਹੈ ਨਾ, ਚਲੋ ਦੇਖਦੇ ਹਾਂ ਸਟੇਜ ਤੇ ਕੀ ਕਰਦਾ ਹੈ ਨਾ, ਤੇ ਉਹੀ ਮੈਂ ਕੋਈ ਆਪਣਾ ਨਵਾਂ ਸ਼ੇਰ ਬੋਲਣਾ, ਨਵਾਂ ਗੀਤ ਬੋਲ ਦੇਣਾ, ਲੋਕਾਂ ਨੇ ਪਸੰਦ ਕਰ ਲੈਣਾ ਯਾਰ ਵੀ ਬੜਾ ਵਧੀਆ ਬੜਾ ਵਧੀਆ ਹੈ ਨਾ, ਇੱਕ ਹੌਸਲਾ ਅਫਜ਼ਾਈ ਹੋ ਗਏ ਹੈ ਨਾ ਜੀ। ਫਿਰ ਰਿਕਾਰਡਿੰਗ ਕੀਤੀ ਪਹਿਲੀ, ਜਦ ਮਾਂ ਨੇ ਰਹਿੰਦੀ ਦੁਨੀਆਂ ਸੁਣੀ ਹੋ ਜਾਵੇ, ਜਦ ਮਾਂ ਨੇ ਜਨਾਬ ਚਰਨਜੀਤ ਮਹੂਜਾ ਸਾਹਿਬ ਨੇ ਕੀਤੀ, ਤੇ ਉਹਨੂੰ ਚੰਗਾ ਹੁੰਗਾਰਾ ਮਿਲਿਆ ਤੇ ਨਾਲ ਦੀ ਨਾਲ ਪੰਜਾਬ ਚ ਫਿਰ ਕੋਸ਼ਿਸ਼ ਕੀਤੀ ਪ੍ਰੋਗਰਾਮ ਕੀਤੇ ਜਾਣ, ਫਗਵਾੜੇ ਹੈਡਕੁਆਟਰ ਬਣਾ ਲਿਆ ਜੀ, ਤੇ ਉੱਥੋਂ ਫਿਰ ਸ਼ੁਰੂ ਤੋਂ ਹੀ ਮਤਲਬ ਕੰਮ ਮਿਲਣਾ ਸ਼ੁਰੂ ਹੋ ਗਿਆ, ਪ੍ਰੋਗਰਾਮ ਮਿਲਣਾ ਸ਼ੁਰੂ ਹੋ ਗਿਆ ਹੈ ਨਾ ਜੀ। ਤੇ ਮੈਂ ਉਹ ਪਹਿਲਾਂ ਵੈਸੇ ਇਹੀ ਸੋਚ ਕੇ ਗਿਆ ਸੀਗਾ, ਇੱਕ ਸਾਲ ਦੇ ਟ੍ਰਾਇਲ ਬੇਸ ਸੀ ਮੇਰਾ 6 ਮਹੀਨੇ ਦਾ ਕੈਨੇਡਾ ਦਾ ਜਦੋਂ ਗਿਆ, ਤੇ ਮੈਂ ਟੈਕਸੀ ਆਪਣੀ ਵੇਚ ਕੇ ਗਿਆ ਸੀ ਜਿਹੜੀ ਚਲਾਉਂਦਾ ਹੁੰਦਾ ਸੀ, ਤੇ ਇਹ ਸੀਗਾ ਵੀ ਇੱਕ ਵਾਰ ਦੇਖਣਾ ਵੀ ਜੇ ਤਾਂ ਸਾਲ ਕ ਚੱਲ ਗਿਆ ਕੰਮ ਠੀਕ ਆ, ਜੇ ਬਿਲਕੁਲ ਨਹੀਂ ਕਿਸੇ ਨੇ ਐਕਸੈਪਟ ਕੀਤਾ ਚਲੋ ਮੁੜ ਕੇ ਆ ਕੇ ਚਲੋ ਫਿਰ ਆਪਾਂ ਕੰਮ ਕਰ ਲੇਗੇ ਜਿੱਦਾਂ ਵੀ ਹੈ ਨਾ, ਰੋਟੀ ਰੋਟੀ ਜੋ ਵੀ ਆਪਾਂ ਇਨਸਾਨ ਨੇ ਕਰਨਾ ਹੁੰਦਾ। ਉਹ ਮਾਲਕ ਦਾ ਕਰਮ ਮਿੰਟੂ ਜੀ ਐਸਾ ਹੋਇਆ ਕਿ ਮਤਲਬ ਉਹ ਕੰਮ ਮਿਲਣਾ ਸ਼ੁਰੂ ਹੋ ਗਿਆ, ਲੋਕਾਂ ਨੇ ਪਸੰਦ ਕਰਨਾ ਸ਼ੁਰੂ ਕਰਤਾ, ਟੇਪ ਚੱਲ ਗਏ ਹੈ ਨਾ, ਗਾਣੇ ਚੱਲ ਗਏ। ਉਸ ਤੋਂ ਬਾਅਦ ਫਿਰ ਉਹ ਸਾਨੂੰ ਖੜਤੇ ਇੱਕ ਰਿਐਲਿਟੀ ਦੇ ਗਰਾਊਂਡ ਤੇ ਸੋਚਣਾ ਪੈਂਦਾ ਵੀ ਜੇ ਮੈਂ ਇਹਨਾਂ ਆਰਟਿਸਟ ਨਾਲ ਕੰਪੀਟ ਕਰਨਾ, ਜੇ ਮੈਂ ਚਾਹੁੰਦਾ ਇਹਨਾਂ ਕਲਾਕਾਰਾਂ ਦੇ ਬਰਾਬਰ ਮੈਨੂੰ ਪ੍ਰੋਗਰਾਮ ਮਿਲਣ, ਹੈ ਨਾ ਜੀ, ਭਾਵੇਂ ਮੈਂ ਉਹਨਾਂ ਵਰਗਾ ਸੁਰ ਚ ਨਹੀਂ ਗਾ ਸਕਦਾ, ਮੰਨ ਲਓ ਹੈ ਨਾ, ਸਰਦੂਲ ਭਾਜੀ ਵਰਗਾ ਮੈਂ ਕਦੇ ਵੀ ਨਹੀਂ ਗਾ ਸਕਦਾ, ਹੈ ਨਾ ਜੀ, ਪਰ ਉਹ ਤੁਸੀਂ ਆਰਟਿਸਟ ਜਦੋਂ ਜਦੋਂ ਫੀਲਡ ਵਿੱਚ ਤੁਸੀਂ ਕੰਪੀਟੀਟਰ ਹੈ ਇੱਕ ਦੂਜੇ ਦੇ, ਤੁਹਾਨੂੰ ਤੁਸੀਂ ਸਕੇ ਭਰਾ ਵੀ ਹੋਵੋ, ਉਸ ਲਈ ਫਿਰ ਤੁਹਾਨੂੰ ਇਹ ਆ ਵੀ ਉਹ ਕਹਾਵਤ ਕਹਿੰਦੇ ਨੇ ਜੇ ਸ਼ਿਕਾਰ ਨੂੰ ਜਾਣਾ ਜੰਗਲ ਚ, ਸ਼ੇਰ ਦਾ ਸਮਾਨ ਸਾਡੇ ਕੋਲ ਚਾਹੀਦਾ, ਮਿਲੇ ਤੁਹਾਨੂੰ ਭਾਵੇਂ ਖਰਗੋਸ਼ ਬਿਨਾ, ਹੈ ਨਾ ਜੀ। ਇਹ ਮਨ ਸੀਗਾ ਯਾਰ ਹੁਣ ਜੇ ਕਰਨਾ ਤਾਂ ਫਿਰ ਮੈਟਰ ਆਪਣੇ ਲਈ ਬਹੁਤ ਚਾਹੀਦਾ ਵੀ ਤਾਂ ਕਿ ਇਹਨਾਂ ਦੇ ਬਰਾਬਰ ਮੈਨੂੰ ਆਡੀਅੰਸ ਸੁਣਨ, ਮਤਲਬ ਹੈ ਨਾ ਜੀ। ਹੁਣ ਜੇ ਮੈਂ ਉਹ ਸਾਰੇ ਗੀਤ ਉਹਨਾਂ ਨੂੰ ਦੇਈ ਜਾਂਦਾ, ਆਪ ਕੁਛ ਕੁਛ ਵੀ ਨਾ ਰੱਖਦਾ, ਲੋਕਾਂ ਕਹਿੰਦਾ ਚੰਗਾ ਭਾਈ ਤੂੰ ਟੈਕਸੀ ਚਲਾ ਕੇ ਗਾਣੇ ਲੈ ਕੇ ਇਹਨਾਂ ਨੂੰ ਦੇਈ ਜਾ, ਅਸਲੀਅਤ ਇਹ ਹੈ ਨਾ ਜੀ। ਫਿਰ ਉਹ ਚਲੋ ਆਰਟਿਸਟ ਵੀ ਸੀਗਾ, ਸਾਰੇ ਮਿੱਤਰ ਵੀਰ ਆਪਣੇ ਸਾਰੇ ਸੀਗਾ ਸਮਝ ਰਹੇ ਹਾਂ ਵੀ ਯਾਰ ਹੁਣ ਖੁਦ ਬੰਦਾ ਗਾਉਣ ਲੱਗ ਗਿਆ, ਤਾਂ ਇੱਕੋ ਆਪਣੇ ਫਿਰ ਪਲੱਸ ਲਾਈਵ ਵਾਲਾ ਸਿਸਟਮ ਸ਼ੁਰੂ ਹੋ ਗਿਆ, ਦੇਬੀ ਲਾਈਵ ਸੀਰੀਜ਼ 16-17 ਸਾਲ ਦੀਆਂ 2002 ਤੋਂ ਚੱਲਦੀ ਆਈ ਹੈ, ਉਹ ਵੀ ਪਤਾ ਪਈ ਜੇ ਉਹ ਚ ਹੁਣ ਹਰ ਵਾਰ ਨਵਾਂ ਮੈਟਰ ਬਣਾ, ਨਵੀਂ ਵਰਾਇਟੀ, ਜਿੱਦਾਂ ਬਾਜ਼ੀਗਰ ਛਾਲ ਮਾਰਦਾ ਨਾ ਉਹ ਦੁਬਾਰਾ ਉਹਨੂੰ ਬੱਚਾ ਚੱਕ ਦਿੰਦੇ ਹੁਣ ਇਹਨੂੰ ਟੱਪ ਕੇ ਦਿਖਾ ਲਾ ਹੈ ਨਾ ਜੀ, ਤਾਂ ਮੈਨੂੰ ਹਮੇਸ਼ਾ ਲੱਗਦਾ ਯਾਰ ਬਾਜ਼ੀ ਔਖੀ ਹੋਈ ਜਾਂਦੀ, ਤਾਂ ਤਾਂ ਮੈਂ ਹੋਰ ਕੀ ਲਿਖਾਂ ਕੀ ਕਰਾਂ, ਉਹਲੇ ਬੜਾ ਧਿਆਨ ਲਾਉਣਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ, ਬਾਕੀ ਚਲੋ ਮਾਲਕ ਦਾ ਕਰਮ ਸੁਣਨ ਵਾਲੇ ਪਿਆਰ ਕਰ ਰਿਹਾ ਜੀ, ਆਡੀਅੰਸ ਪਿਆਰ ਕਰਦੇ ਆ, ਤੇ ਉਸ ਹਿਸਾਬ ਨਾਲ ਫਿਰ ਇਹ ਰਹਿ ਗਿਆ ਵੀ ਹਾਂ ਵੀ ਆਪਣੇ ਲਈ ਜੋ ਵੀ ਅਸੀਂ ਲਿਖ ਸਕਦੇ ਹਾਂ ਸਪੈਸ਼ਲ ਵੱਧ ਤੋਂ ਵੱਧ ਕੀ ਵੱਖਰਾ ਪੇਸ਼ ਕਰਕੇ, ਬਾਕੀ ਸਾਰਿਆਂ ਤੋਂ ਮਾਫ਼ੀ ਮੰਗ ਲਈ ਆਰਟਿਸਟ ਨੂੰ, ਤੇ ਆਪਣੇ ਜੋਗਾ ਕੰਮ ਫਿਰ ਕਰਦੇ ਪੈਣ। ਨਹੀਂ ਨਹੀਂ ਤੁਸੀਂ ਬਹੁਤ ਵਧੀਆ ਲੀ ਪਾਈ ਤੇ ਤੁਸੀਂ ਉਹਦੇ ਵਿੱਚ ਕਾਮਯਾਬ ਵੀ ਹੋਏ ਹੋ, ਤੇ ਉਹ ਤਾਂ ਸ਼ੇਅਰ ਵੀ ਹੈ ਨਾ, ਉਹ ਬੜਾ ਲੋਕੀ ਕਈ ਵਾਰ ਕਹਿੰਦੇ ਹੁੰਦੇ ਆ ਤੇ ਉਤਲੇ ਮਨੋਂ ਹੀ ਭਾਵੇਂ ਸਹੀ ਪਰ ਮੁਸਕਰਾਉਣਾ ਬਣਦਾ ਸੀ, ਬੋਲਿਆ ਨਹੀਂ ਉਹ ਮਰਜ਼ੀ ਉਹਦੀ ਸਾਡਾ ਬੁਲਾਉਣਾ ਬਣਦਾ ਸੀ, ਹਨਾ ਇਹ ਚ ਇੱਕ ਆਰਟਿਸਟ ਵਾਸਤੇ ਸ਼ੇਅਰ ਹੈ ਕਿ ਬੋਲੀਆਂ ਨੂੰ ਸੀ ਹਾਸੇ ਦਿੰਦਾ ਮਨ ਪਰਚਾਵਾ ਕਰਦਾ ਸੀ, ਬੁੱਲੀਆਂ ਨੂੰ ਸੀ ਹਾਸੇ ਦਿੰਦਾ ਮਨ ਪਰਚਾਵਾ ਕਰਦਾ ਸੀ, ਲੋਕੀ ਭੁੱਲ ਜਾਂਦੇ ਉਹਨਾਂ ਲਈ ਕੌਣ ਖਿਡਾਉਣਾ ਬਣਦਾ ਸੀ, ਕਹਿੰਦਾ ਕਾਹਦਾ ਗੁੱਸਾ ਕਾਹਦਾ ਰੋਸਾ ਕਿਹੜੀਆਂ ਡਾਂਗਾਂ ਚੱਲੀਆਂ ਸਨ, ਹਨਾ ਕਿਹੜੀਆਂ ਡਾਂਗਾਂ ਚੱਲੀਆਂ ਸਨ, ਇਹ ਮਿੰਨਤਾਂ ਦੇ ਨਾਲ ਸੱਦਿਆ ਸੀ ਤੇ ਉਹਦਾ ਆਉਣਾ ਬਣਦਾ ਸੀ, ਕੁਛ ਇੱਕ ਲਫ਼ਜ਼ ਮਿਸ ਕਰ ਗਿਆ, ਉਹਦਾ ਆਉਣਾ ਬਣਦਾ ਸੀ। ਆਖਰੀ ਸ਼ੇਅਰ ਹੈ ਕਿ ਸਿਰਫ ਜੇ ਲਿਖਦਾ ਰਹਿੰਦਾ, ਸਿਰਫ ਜੇ ਲਿਖਦਾ ਰਹਿੰਦਾ ਫਰੋਕੀ ਵਾਹ ਵਾਹ ਜੋਗਾ ਰਹਿ ਜਾਂਦਾ, ਦੁਨੀਆਂ ਕੁਝ ਵੀ ਆਖੇ ਦੇ ਵੀ ਤੇਰਾ ਗਾਉਣਾ ਬਣਦਾ ਸੀ, ਬਹੁਤ ਤੁਸੀਂ ਮਿਹਨਤ ਕੀਤੀ ਆ ਤੇ ਆਵਾਜ਼ ਦੀ ਵਿੱਚ ਵੀ ਅਸੀਂ ਕਹਿ ਸਕਦੇ ਆ ਵੀ ਤੁਹਾਡੀ ਮਿਹਨਤ ਝਲਕਦੀ ਆ, ਗਾਇਕੀ ਦੇ ਵਿੱਚ ਇਹ ਨੀ ਹੈ, ਅਸੀਂ ਇਹ ਨੀ ਕਹਿ ਸਕਦੇ ਵੀ ਮੁੱਢੋਂ ਨਕਾਰ ਦੀ ਵੀ ਗਾਉਣਾ ਨੀ ਆਉਂਦਾ, ਇਹ ਗੱਲ ਤਾਂ ਹੈ ਨੀ, ਤੁਸੀਂ ਤੁਹਾਡੀ ਮਿਹਨਤ ਵਕਤ ਨਾਲ ਦੇਖੋ ਫਰਕ ਪਿਆ ਤੇ ਬਹੁਤ ਝਲਕਦੀ ਆ ਹੁਣ ਇਸ ਟਾਈਮ। ਸੋ ਮੈਂ ਨਾ ਪਿਛਲੀ ਜੋ ਤੁਹਾਡੀ ਵੀਡੀਓ ਇੰਟਰਵਿਊ ਕੀਤੀ ਆ, ਮੈਨੂੰ ਉਸ ਤੋਂ ਬਾਅਦ ਜਿਹੜੀ ਫੀਡਬੈਕ ਆਈ ਸੀ ਨਾ ਉਹਦੇ ਚ ਇਹ ਬਹੁਤ ਫੀਡਬੈਕ ਦਿੱਤੀ ਲੋਕਾਂ ਨੇ, ਕਹਿੰਦੇ ਇੰਟਰਵਿਊ ਬਹੁਤ ਸੋਹਣੀ ਸੀ ਪਰ ਬਾਈ ਤੋਂ ਨਾ ਤੁਸੀਂ ਸ਼ੇਅਰ ਬਹੁਤ ਘੱਟ ਸੁਣੇ, ਜਿਹੜੀ ਬਾਈ ਦੀ ਬਿਊਟੀ ਸੀ ਤੇ ਤੁਸੀਂ ਕਹਿੰਦੇ ਉਹ ਸ਼ੇਅਰ ਸੁਣਨੇ ਸੀ। ਮੈਂ ਕਿਹਾ ਜੀ ਦੇਖੋ ਕੋਈ ਨੀ, ਆਪਾਂ ਤੁਹਾਡੇ ਗਿਲੇ ਸ਼ਿਕਵੇ ਫੇਰ ਕਿਸੇ ਦਿਨ ਦੂਰ ਕਰ ਦੇਣਗੇ, ਅੱਜ ਕੱਲ ਅਸੀਂ ਇਸ ਤਰ੍ਹਾਂ ਪੈਟਰਨ ਰੱਖਿਆ ਵੀ ਪੋਇਟਰੀ ਅਸੀਂ
70% ਪੋਇਟਰੀ ਗਾਉਂਦੇ ਅੱਜ ਕੱਲ ਸ਼ੋਅ ਤੇ, ਕੈਨੇਡਾ ਵੀ ਟੂਰ ਕਰਕੇ ਆਏ ਨਾ, ਉਹ ਫੀਡਬੈਕ ਤਾਂ ਚਲੋ ਮਿਲਦੀ ਰਹਿੰਦੀ ਹੈ ਨਾ, ਅਸਲੀ ਜ਼ਰੂਰੀ ਹੈ ਕਿ ਇਹਨਾਂ ਵਾਸਤੇ ਅਸੀਂ ਆਡੀਅੰਸ ਲਈ ਕੰਮ ਕਰਦੇ ਹਾਂ, ਆਪਾਂ ਹਰ ਹਾਲਤ ਇਹਨਾਂ ਦੀ ਗੱਲ ਮੰਨਣੀ ਹੈ, ਜੋ ਇਹਨਾਂ ਨੂੰ ਚੰਗਾ ਲੱਗਦਾ ਆਪਾਂ ਉਹ ਹੀ ਪੇਸ਼ ਕਰਨਾ ਹੈ ਨਾ। ਉੱਥੇ ਵੀ ਅਸੀਂ ਕਹਿੰਦੇ ਯਾਰ ਗਾਣੇ ਤਾਂ ਅਸੀਂ ਸੁਣ ਲੈਂਦੇ ਹਾਂ, ਤੂੰ ਗਾਣੇ ਭਾਵੇਂ ਘੱਟ ਸੁਣਾ, ਸਾਨੂੰ ਪੋਇਟਰੀ ਸ਼ੇਅਰ ਰਵਾਈਆਂ। ਤਾਂ ਮੈਂ ਕਈ ਵਾਰ 5-6 ਸ਼ੋਅ ਕੈਨੇਡਾ ਲਾਏ ਆ ਵੀਰ, ਤੇ ਹੁਣ ਇੱਥੇ ਬ੍ਰਿਸਬਨ ਉਹ ਲਗਭਗ 70-75% ਪੋਇਟਰੀ ਚੱਲਦੀ ਹੈ ਜੀ, ਗਾਣੇ ਤਾਂ 20% ਹੀ ਗਾਉਂਦੇ ਹਾਂ ਜੀ ਅੱਜ ਕੱਲ੍ਹ ਸਟੇਜ ਤੇ, ਖਾਸ ਕਰ ਅੱਜ ਪਤਾ ਤਾਂ ਵੀ ਉਹਨਾਂ ਦੀ ਪਿਆਰ ਹੈ, ਪਿਆਰ ਕਰਦੇ ਮੁਹੱਬਤ ਬਿਲਕੁਲ ਜੀ। ਦੇਖੋ ਜਿਹੜੀ ਸ਼ਾਇਰੋ ਸ਼ਾਇਰੀ ਆ, ਤੁਸੀਂ ਜਿਹੜੀ ਆਮ ਲੋਕਾਂ ਦੇ ਦਿਲ ਦੀ ਗੱਲ ਕਰਦੇ ਹੋ, ਜਦੋਂ ਆਮ ਲੋਕਾਂ ਦੇ ਨਾਲ ਢੁਕਦੀ ਗੱਲ ਕਰਦੇ ਹਾਂ ਤਾਂ ਉਹਦੇ ਚ ਉਹ ਮੈਂ ਕਈ ਵਾਰੀ ਹੱਸਦਾ ਹੁੰਦਾ ਵੀ ਕੁਝ ਕੁ ਗੱਲਾਂ ਨਾ ਲੋਕ ਕਥਾਵਾਂ ਜਾਂ ਲੋਕ ਗੀਤ ਆਪਾਂ ਕਹਿ ਦਿੰਦੇ ਹਾਂ ਵੀ ਫਲਾਨੀ ਚੀਜ਼ ਲੋਕ ਗੀਤ ਆ, ਫਲਾਨੀ ਲੋਕ ਕਥਾ ਜਾਂ ਲੋਕਾਂ ਦੀ ਗੱਲ ਹੋ ਗਈ, ਤਾਂ ਲੋਕਾਂ ਦੀ ਗੱਲ ਹੋਣ ਤੇ ਕਹਿੰਦੇ ਸਦੀਆਂ ਲੱਗ ਜਾਂਦੀਆਂ, ਇੱਕ ਉਦਾਹਰਨ ਬਣੀ ਹੋਈ ਆ। ਪਰ ਮੈਨੂੰ ਤਾਂ ਇਹ ਲੱਗਦਾ, ਮੈਂ ਤਾਂ ਪਿਛਲੇ 10-20 ਸਾਲਾਂ ਚ ਦੇਖਿਆ ਵੀ ਸਦੀਆਂ ਨੀ, ਵੀ 20 ਸਾਲਾਂ ਦੇ ਵਿੱਚ ਹੀ ਤੁਹਾਡੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸ਼ਾਇਰੋ ਸ਼ਾਇਰੀ ਉਹ ਲੋਕਾਂ ਦੀਆਂ ਗੱਲਾਂ ਬਣ ਚੁੱਕੀਆਂ, ਜਿਹਨਾਂ ਚ ਇੱਕ ਖਾਸ ਕਰਕੇ ਨੌਜਵਾਨ ਮੁੰਡਿਆਂ ਦੀ ਬੜੀ ਜਿਹੜਾ ਵਧੀਆ ਹੁੰਦਾ, ਉਹ ਆਖਣਗੇ ਜੀ ਉਹਨਾਂ ਨੇ ਇੱਕ ਡਾਇਲੋਗ ਬੋਲਣਾ ਹੁੰਦਾ, ਜੇ ਕਿਸੇ ਵੀ ਗੱਲ ਕਰੀਏ ਕਹਿੰਦੇ ਅਸੀਂ ਇੱਕ ਵਾਰ ਹੈ ਉੱਥੇ ਜਾਣਾ ਜਿਹੜੇ ਮੁਲਕ ਵਿਆਹ ਸੀ। ਮੈਨੂੰ ਅੱਜ ਸੁਬਾਹ ਵੀ ਗੱਲ ਚੱਲ ਰਹੀ ਸੀ ਸੁਬਾਹ ਵੀ ਮੇਰੀ ਇੱਕ ਸੱਜਣ ਮਿੱਤਰ ਨਾਲ। ਸੋ ਇਸ ਗਾਣੇ ਦਾ ਪਿਛੋਕੜ ਮੈਨੂੰ ਨਾ ਸਪੈਸ਼ਲ ਫੋਨ ਆਇਆ ਅਮਰੀਕਾ ਤੋਂ ਵੀ ਬਾਈ ਤੋਂ ਇਸ ਗਾਣੇ ਦਾ ਪਿਛੋਕੜ ਦੋ ਚੀਜ਼ਾਂ ਦਾ ਉਹਨਾਂ ਨੇ ਕਿਹਾ ਵੀ ਇੱਕ ਤਾਂ ਕਹਿੰਦੇ ਵੀ ਬਾਈ ਨੇ ਨਾ ਇੱਕ ਕੁੰਡੀ ਰੱਖੀ ਸੀ ਵੀ ਕਹਿੰਦੇ ਜੇ ਦੇਬੀ ਦੇ ਗੀਤਾਂ ਚ ਇੱਕ ਕਹਿੰਦੇ ਨੇ ਬੌਬੀ ਤੇ ਇੱਕ ਭਿੰਦਾ ਤੇ ਇੱਕ ਤੀਜਾ ਕੋਈ ਹੋਰ ਆ। ਮੈਂ ਕਿਹਾ ਵੀ ਦੇਖੋ ਤੀਜਾ ਬਾਈ ਨਹੀਂ ਦੱਸਣਾ, ਕਹਿੰਦੇ ਨਾ ਦੱਸਣ ਜੀ ਪਰ ਤੁਸੀਂ ਸਵਾਲ ਕਰ ਲਿਓ। ਤੇ ਦੂਜਾ ਉਹਨਾਂ ਨੇ ਕਹਿੰਦੇ ਵੀ ਕਿਹੜੇ ਮੁਲਕ ਕੈਨੇਡਾ, ਫਿਰ ਜਾਣ ਦਾ ਸਵਾਬ ਇਹੀ ਬਣਿਆ। ਨਹੀਂ ਨਹੀਂ ਨਹੀਂ, ਇਹ ਤਾਂ ਐਕਚੁਲੀ ਅਸਲ ਚ ਏਦਾਂ ਨੀ ਹੋਇਆ। ਮੈਂ ਇੱਕ ਅਕਸਰ ਗੱਲ ਕਰਦਾ, ਗੁਰੂ ਜੀ ਪਾਤਰ ਸਾਹਿਬ ਨੇ ਇੱਕ ਵਾਰ ਕਿਸੇ ਇੰਟਰਵਿਊ ਚ ਕਿਹਾ ਸੀ, ਕਿਸੇ ਆਰਟੀਕਲ ਚ ਲਿਖਿਆ ਸੀ ਗੁਰੂ ਜੀ ਪਾਤਰ ਸਾਹਿਬ ਨੇ, ਕਹਿੰਦੇ ਜਿਹੜੀ ਕਵੀ ਦੀ ਮੈਂ ਹੁੰਦੀ ਆ ਨਾ, ਯਾਨੀ ਮੈਂ ਹੋਮ, ਮੈਂ ਈਗੋ ਨਹੀਂ, ਯਾਨੀ ਆਈ ਮੈਂ ਮੀ ਮਾਈ ਸੈਲਫ ਹੈ ਨਾ, ਕਹਿੰਦੇ ਉਹਦੇ ਕਲਾਮ ਜਿੰਨੇ ਹੁੰਦੇ ਹਰ ਵਾਰ ਜਿਹੜੀ ਉਹਦੀ ਮੈਂ ਹੁੰਦੀ ਆ ਉਹਦੀ ਆਪਣੀ ਨੀ ਹੁੰਦੀ ਹੈ ਨਾ ਜੀ, ਸਿਰਫ ਆਪਣੇ ਆਪ ਨੂੰ ਇੱਕ ਕਰੈਕਟਰ ਰੱਖ ਕੇ ਲਿਖ ਲੈਂਦਾ, ਉਹ ਕਿਸੇ ਹੋਰ ਦੀ ਗੱਲ ਹੁੰਦੀ ਹੈ ਨਾ ਜੀ। ਮੇਰੇ ਇਸ ਤਰ੍ਹਾਂ ਕਾਫੀ ਹੈਗੇ ਜਿਹੜੇ ਮਤਲਬ ਉਹ ਚ ਜਿਹੜੀ ਲਿਖਣ ਵਾਲੇ ਦੀ ਮੈਂ ਨੀ ਹੈਗੀ ਹੈ ਨਾ, ਆਪਣਾ ਨੀ ਹੈਗਾ। ਇਹ ਸ਼ੇਅਰ ਐਕਚੁਲੀ ਜਿਹੜੇ ਨਾ ਇਹ ਜਿਹੜੇ ਮੁਲਕ ਵਿਆਹੀ ਇਹ ਬੜੇ ਪੁਰਾਣੇ ਆ, ਮੈਨੂੰ ਯਾਦ ਹੈ ਗਜ਼ਲ ਦੇ ਸ਼ੇਅਰ ਸੀਗੇ ਉਹ ਮੈਂ ਬਾਅਦ ਚ ਉਹਨੂੰ ਚੇਂਜ ਕਰਕੇ ਲਾਈਵ ਚ ਗਾਇਆ ਸੀ, ਸ਼ੁਰੂ ਹੁੰਦਾ ਸੀਗਾ ਕਿ ਇਸ ਤੋਂ ਪਰੇ ਕੀ ਹੋਣੀ ਸਾਡੀ ਭਲਾ ਤਬਾਹੀ, ਇਸ ਤੋਂ ਪਰੇ ਕੀ ਹੋਣੀ ਸਾਡੀ ਭਲਾ ਤਬਾਹੀ, ਸਾਡੇ ਖਿਲਾਫ਼ ਸਾਡੇ ਹੀ ਆ ਦੇ ਰਹੇ ਗਵਾਹੀ, ਕਿਸੇਗਾ ਕਿ ਉਹ ਸਾਉਣ ਦੇ ਮਹੀਨੇ ਪਛਤਾਉਂਦੇ ਵੇਖਣੇ ਨੇ, ਅੰਬ ਵੱਢ ਕੇ ਜੋ ਵਿਹੜੇ ਅੱਜ ਲਾ ਰਹੇ ਸਲਾਹੀ, ਹੈਨਾ ਜੀ, ਇਸ ਤਰ੍ਹਾਂ ਦੇ ਸ਼ੇਅਰ ਸੀਗੇ। ਤਾਂ ਇਹਦਾ ਆਖਰੀ ਸ਼ੇਅਰ ਸੀਗਾ ਕਿ ਕਮਲਾ ਹੈ ਕਿੰਨਾ ਦੇਬੀ ਆਖੀ ਅਜੇ ਵੀ ਜਾਂਦਾ, ਕਿ ਇੱਕ ਵਾਰ ਉੱਥੇ ਜਾਣਾ ਜਿਸ ਮੁਲਕ ਉਹ ਵਿਆਹੀ। ਤਾਂ ਇਹ ਮੈਂ ਮੈਨੂੰ ਪਤਾ ਨੀ ਪੰਜਾਬ ਚ ਕੋਈ ਮੇਲਾ ਸੀ ਬਹੁਤ ਵੱਡਾ, ਪੁਰਾਣੀ ਗੱਲ ਹੈ, ਮੈਂ ਇਹ ਬੋਲ ਬੈਠਾ ਹਾਂ ਨਾ, ਤਾਂ ਜਦੋਂ ਆਖਰੀ ਸ਼ੇਅਰ ਬੋਲਿਆ ਕੁਛ ਸੈਕਿੰਡ ਦੇ ਪੌਜ਼ ਨਾਲ, ਜਿੱਦਾਂ ਬਈ ਤਾੜੀਆਂ ਦਾ ਹੜਾ ਜਿਹਾ ਹੁੰਦਾ ਨਾ, ਲੋਕੀ ਉੱਠ ਉੱਠ ਯੰਗਸਟਰ ਜਾਣੀ ਕਮਲ ਮੈਂ ਬੋਲ ਰਹੀ ਹਾਂ ਯਾਰ, ਉਹ ਮੈਂ ਅਸੀਂ ਉਦੋਂ ਸੁਖਪਾਲ ਸੁੱਖ ਨਾਲ ਕੰਮ ਕਰਦੇ ਸੀਗੇ ਮਿਊਜ਼ਿਕ ਡਾਇਰੈਕਟਰ ਨਾ ਆਪਣਾ, ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਯਾਰ ਏਦਾਂ ਵੀ ਹੋਇਆ, ਕਹਿੰਦਾ ਭਾਜੀ ਰਾਤੋਂ ਰਾਤ ਦੇ ਅੰਤਰ ਲਿਖੋ ਕੱਲ ਨੂੰ ਮੇਰੇ ਕੋਲ ਆ ਜਾਓ, ਇਹ ਗਾਣਾ ਬਣਾਉਣਾ ਡੱਬ ਕਰੀਏ ਤੇ ਇਹਨੂੰ ਬਸ ਦੇਰ ਨਾ ਕਰੋ ਤੇ ਬਸ ਚੱਕ ਦਿਓ ਇਹਨੂੰ ਕੰਮ, ਇਹਨੂੰ ਗੀਤ ਬਣਾਓ। ਮੈਂ ਠੀਕ ਹੈ, ਉਹ ਫਿਰ ਇਸ ਤਰ੍ਹਾਂ ਮੁੱਕੜਾ ਬਣਾ ਕੇ ਫਿਰ ਗੀਤ ਲਿਖਿਆ ਗਿਆ, ਟੱਚ ਬੋਰਡ ਉਹ ਬੜਾ ਪਸੰਦ ਵੀਡੀਓ ਵੀ ਅੱਛਾ ਨਾ ਆਡੀਅੰਸ ਨੂੰ। ਇਸ ਤਰ੍ਹਾਂ ਕਈ ਵਾਰ ਹੁੰਦਾ ਜਿੱਦਾਂ ਸਾਡਾ ਗਾਣਾ ਸੀਗਾ, ਇੱਕ ਭੁਲੱਕੜ ਕੰਨਿਆਂ ਨੂੰ ਦਿਲ ਦੇ ਬੈਠੇ ਆ, ਡਰ ਲੱਗਦਾ ਹੈ ਵਾਂਢੇ ਗਏ ਗਵਾਨ, ਇਹ ਵੀ ਇੱਕ ਗਜ਼ਲ ਦੇ ਸ਼ੇਅਰ ਸੀਗੇ, ਉਹਦੇ ਵਿਚਲਾ ਸ਼ੇਅਰ ਸੀਗਾ, ਇੱਦਾਂ ਕਿਤੇ ਸਟੇਜ ਤੇ ਬੋਲਿਆ ਬੜੀਆਂ ਤਾੜੀਆਂ। ਫਿਰ ਉਦੋਂ ਵੀ ਅਸੀਂ ਮੈਂ ਸ਼ਾਇਦ ਸੁੱਖ ਨਾਲ ਕੰਮ ਕਰਦੇ ਸੀਗੇ, ਤਾਂ ਉਹ ਕਹਿੰਦਾ ਭਾਜੀ ਬਸ ਇਹਦੇ ਮੰਤਰੇ ਲਿਖੋ ਗਾਣਾ ਬਣਾਈਏ ਇਹਦਾ। ਤਾਂ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਹਨਾ, ਤੇ ਉਹ ਮਤਲਬ ਬਸ ਇੱਕ ਥੋਟ ਚ ਪ੍ਰੋਸੈਸ ਵਿੱਚ ਗੱਲ ਆ ਗਈ, ਫਲੋ ਚ ਆ ਗਈ, ਤਾਂ ਚਲੋ ਗੱਲ ਅੱਗੇ ਹੋਰ ਡਿਵੈਲਪ ਹੋ ਗਈ ਨਾ। ਤੇ ਦੂਜਾ ਮੈਂ ਤੁਸੀਂ ਉਸਤਾਦ ਜੀ ਦੀ ਗੱਲਬਾਤ ਕੀਤੀ ਆ, ਤੇ ਮੈਨੂੰ ਵੀ ਲਾਸਟ ਈਅਰ ਤੁਹਾਡੇ ਉਸਤਾਦ ਜੀ ਨਾਲ ਥੋੜਾ ਜਿਹਾ ਵਕਤ ਗੁਜ਼ਾਰਨ ਦਾ ਮੌਕਾ ਮਿਲਿਆ। ਪਹਿਲਾਂ ਮਿਲਦੇ ਬਹੁਤ ਵਾਰ ਰਹੇ, ਪਰ ਪਿਛਲੀ ਵਾਰ ਉਹ ਮੇਰੇ ਕੋਲੇ ਰੁਕੇ ਐਡਲੇਡ ਆਏ ਤੇ ਮੈਂ ਉਹਨਾਂ ਦੇ ਸੀ ਇੱਥੇ ਸਾਰੇ ਰੁਕੀਆਂ ਸੀ ਆਸਟ੍ਰੇਲੀਆ ਦੇ ਵਿੱਚ। ਤੇ ਮੈਂ ਇੱਕ ਨਾ ਆਪਦਾ ਨਿੱਜੀ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗਾ, ਤੁਹਾਨੂੰ ਵੀ ਸ਼ਾਇਦ ਚੰਗਾ ਲੱਗੇ। ਮੈਂ ਉਹਨਾਂ ਦੀ ਪੋਲਾਈਟਨੈਸ ਲਈ ਤਾਂ ਵਰਲਡ ਫੇਮਸ ਆ, ਉਹਨਾਂ ਨੂੰ ਕਹਿਣ ਦੀ ਲੋੜ ਨੀ ਵੀ ਏਡਾ ਪੋਲਾਈਟ ਬੰਦਾ ਦੁਨੀਆਂ ਦੇ ਵਿੱਚ ਲੱਭਣਾ ਬਹੁਤ ਔਖਾ, ਤੇ ਪੋਲਾਈਟ ਜੀ ਜੀ ਜੀ। ਤੇ ਉਹਨਾਂ ਦਾ ਨਾ ਇੱਕ ਬੜਾ ਵਧੀਆ ਇੰਸੀਡੈਂਸ ਮੇਰੇ ਨਾਲ ਜਾਂਦੇ ਜਾਂਦੇ ਹੋਇਆ ਜੀ, ਵੀ ਜਦੋਂ ਉੱਤੇ ਕੁਛ ਦਿਨ ਰਹਿ ਕੇ ਮੇਰੇ ਕੋਲ ਜਾਣ ਲੱਗੇ ਤੇ ਉਹਨਾਂ ਨੂੰ ਮੈਂ ਏਅਰਪੋਰਟ ਤੇ ਛੱਡਣ ਗਿਆ, ਤੇ ਸਾਡੇ ਇੱਥੇ ਲੋਕਲ ਸ਼ਾਇਰ ਨੇ ਨੌਜਵਾਨ ਸ਼ਮੀ ਜਲੰਧਰੀ,
ਉਹਨਾਂ ਦਾ ਫੋਨ ਆ ਗਿਆ ਕਹਿੰਦੇ ਜੀ ਮੈਂ ਪਾਤਰ ਸਾਹਿਬ ਨੂੰ 2 ਮਿੰਟ ਲਈ ਏਅਰਪੋਰਟ ਤੇ ਮਿਲਣਾ ਚਾਹੁੰਦਾ, ਉਹਨਾਂ ਨੂੰ ਇੱਕ ਮੈਂ ਆਪਦੀ ਇੱਕ ਲਿਖਤ ਆ ਜਿਹੜੀ ਰਚਨਾ ਉਹ ਸੁਣਾਉਣਾ ਚਾਹੁੰਦਾ। ਅਸੀਂ ਆਖਿਆ ਜੀ ਚਲੋ ਮੈਂ ਪਾਤਰ ਸਾਹਿਬ ਤੋਂ ਇਜਾਜ਼ਤ ਲਈ, ਉਹ ਆਦੇ ਜੀ ਆ ਜਾਓ ਏਅਰਪੋਰਟ ਤੇ। ਤਾਂ ਪਾਤਰ ਸਾਹਿਬ ਕੋਲ ਜਦੋਂ ਏਅਰਪੋਰਟ ਤੇ ਸੀ ਮਿਲਣ, ਉਹ ਮੁੰਡਾ ਮਿਲਣ ਆ ਗਿਆ ਨਾ ਜਦੋਂ ਅਸੀਂ ਛੱਡਣ ਜਾਏ ਹੋਏ ਸੀ, ਤਾਂ ਉਹ ਕਹਿੰਦਾ ਜੀ ਪਾਤਰ ਸਾਹਿਬ ਨੂੰ ਜਾਣਦੇ ਸੀ ਪੁਰਾਣੇ, ਚੰਗਾ ਸ਼ੇਰ ਆ ਮੁੰਡਾ ਸ਼ਾਇਰ ਆ, ਤੇ ਉਹਨਾਂ ਨੂੰ ਕਹਿੰਦੇ ਜੀ ਮੈਂ ਤੁਹਾਡੀ ਇੱਕ ਨਾ ਉਸ ਦੇ ਵਿੱਚ ਇੱਕ ਗਜ਼ਲ ਲਿਖੀ ਆ ਤੇ ਮੈਂ ਤੁਹਾਨੂੰ ਸੁਣਾਉਣਾ। ਤੇ ਉਹਨਾਂ ਨੇ ਜੀ ਪਾਤਰ ਸਾਹਿਬ ਦੀ ਉਸਤਤ ਕੀਤੀ ਉਸ ਗਜ਼ਲ ਦੇ ਵਿੱਚ, ਪੂਰੀ 3-4-5 ਮਿੰਟ ਦੀ ਗਜ਼ਲ ਦੇ ਵਿੱਚ ਪਾਤਰ ਸਾਹਿਬ ਤੁਸੀਂ ਆਏ ਤੁਸੀਂ ਆਏ। ਪਾਤਰ ਸਾਹਿਬ ਸੁਣੀ ਗਏ ਤੇ ਪਰ ਐਂਡ ਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕਹੀ, ਜਿਹਨੂੰ ਕਹਿੰਦੇ ਨੇ ਉਹਨੇ ਸੀਪ ਲਾਤੀ ਪੰਜਾਬੀਆਂ ਨੇ, ਆਪਾਂ ਕਹਿੰਦੇ ਵੀ ਸੀਪ ਲਾਤੀ ਪਾਤਰ ਸਾਹਿਬ ਨੇ, ਪਾਤਰ ਸਾਹਿਬ ਨੇ ਗੱਲ ਸੁਣਾਈ। ਕਹਿੰਦੇ ਜੀ ਇੱਕ ਵਾਰੀ ਨਾ ਇੱਕ ਮੁੰਡਾ ਕਹਿੰਦੇ ਬਾਬਿਆਂ ਦੀ ਫੋਟੋ ਮੂਹਰੇ ਹੱਥ ਜੋੜ ਕੇ ਖੜਾ ਅਰਦਾਸ ਕਰ ਰਿਹਾ ਸੀ ਵੀ ਬਾਬਾ ਜੀ ਮੈਨੂੰ ਮੇਰੇ ਬਾਪ ਵਰਗਾ ਬਣਾ ਦਿਓ। ਤਾਂ ਕਹਿੰਦੇ ਉਹਦਾ ਬਾਪ ਵੀ ਸੁਣ ਰਿਹਾ ਸੀ ਤੇ ਕਹਿੰਦੇ ਅਗਲੇ ਪਲ ਉਹਨਾਂ ਦਾ ਬਾਪ ਸੀ ਜਿਹੜਾ ਉਹ ਦੂਜੀ ਫੋਟੋ ਤੋਂ ਮੂਹਰੇ ਖੜ ਕੇ ਅਰਦਾਸ ਕਰ ਰਿਹਾ ਸੀ ਵੀ ਹੇ ਬਾਬਾ ਜੀ ਮੈਨੂੰ ਉਹ ਜਿਹਾ ਬਣਾ ਦਿਓ ਜੇ ਜਾ ਮੇਰਾ ਪੁੱਤ ਸਮਝਦਾ, ਜੇ ਜਾ ਮੈਨੂੰ ਸਮਝਦਾ ਉਹ ਜਿਹਾ ਬਣਾ ਦਿਓ ਕਹਿੰਦੇ। ਦੇਖ ਲੋ ਜੀ ਇਹ ਉਸਤਾਦ ਲੋਕਾਂ ਦੀਆਂ ਗੱਲਾਂ ਹੁੰਦੀਆਂ ਤੇ ਅੱਜ ਗੱਲ ਚੋਂ ਗੱਲ ਆਈ। ਤਾਂ ਮੈਨੂੰ ਪਾਤਰ ਸਾਹਿਬ ਆ ਦੇ ਕਹਿੰਦੇ ਵੀ ਜਿਹੜੀ ਤੁਸੀਂ ਉਸਤਤ ਕੀਤੀ ਆ, ਜੀ 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 ਜੀ, ਕਹਿੰਦੇ ਜਿਹੜੀ ਤੁਸੀਂ ਉਸਤਤ ਕੀਤੀ ਆ ਮੈਂ ਉਹ ਜਿਹਾ ਨਹੀਂ ਹਾਂ ਪਰ ਮੈਂ ਅਰਦਾਸ ਕਰਦਾ ਵਾਹਿਗੁਰੂ ਅੱਗੇ ਵੀ ਮੈਂ ਉਹ ਜਿਹਾ ਹੋ ਜਾ। ਸੋ ਬੜੀ ਚੰਗੀ ਲੱਗਦਾ ਮੈਨੂੰ, ਸ਼ੇਰ ਹੈ ਬਹੁਤ ਪੁਰਾਣਾ ਸ਼ੇਰ, ਜੋ ਤਪਦੇ ਥਲ ਚ ਬਰਤ ਜਾਂਦੀ ਬਣ ਕੇ ਦਰਦ ਦਾ ਮੀਂਹ, ਜੋ ਤਪਦੇ ਥਲ ਚ ਬਰਤ ਜਾਂਦੀ ਬਣ ਕੇ ਦਰਦ ਦਾ ਮੀਂਹ, ਬੜਾ ਮੈਂ ਰੋਕਾ ਨਾ ਆਈ ਉਹ ਸ਼ਾਇਰੀ ਮੈਨੂੰ, ਹੈਨਾ ਜੀ। ਤੇ ਮੈਂ ਇੱਕ ਵਾਰ ਗੁਰੂ ਜੀ ਨੂੰ ਕਿਹਾ ਭਾਵ ਕਰੋ, ਮੈਂ ਕਿਹਾ ਜੀ ਇਹ ਸ਼ੇਰ ਹੁਣ ਤੁਸੀਂ ਸਾਡੇ ਵਰਗੇ ਤੇਰੇ ਨਾਂ ਕਰ ਦਿਓ ਸਾਨੂੰ ਦੇ ਦਿਓ ਤੇ ਤੁਹਾਨੂੰ ਤਾਂ ਆ ਗਈ ਆ ਉਹ ਬਹੁਤ ਚਿਰ ਦੀ ਆਈ ਵੀ ਹੈ ਨਾ ਤੇ ਸਾਨੂੰ ਆ ਜਾਵੇ ਉਹ ਮਹਾਰਾਜ ਜੀ। ਬਿਲਕੁਲ ਇਸ ਮੁਕਾਮ ਤੇ ਰਹਿ ਕੇ ਤੇ ਜ਼ਮੀਨ ਤੇ ਚੱਲਣਾ ਇਹ ਪਾਤਰ ਸਾਹਿਬ ਹੀ ਸਿਖਾ ਸਕਦੇ ਆ, ਉਹਨਾਂ ਦਾ ਚੇਲਾ ਹੀ ਗਾਂ ਅੱਗੇ ਨਿਭਾ ਸਕਦਾ। ਸੋ ਤੁਸੀਂ ਵੀ ਵਧਾਈ ਦੇ ਪਾਤਰ ਹੋ ਜੀ ਇਸ ਨੂੰ ਜ਼ਮੀਨ ਦੇ ਉੱਤੇ ਰਹਿ ਕੇ ਕੰਮ ਕਰ ਰਹੇ ਹੋ। ਸੋ ਕਹਿੰਦੇ ਆ ਸੰਸਕਾਰ ਝਲਕਦੇ ਆ ਜੀ ਹਰ ਬੰਦੇ ਚੋਂ ਜੀ ਸਰ। ਬਾਈ ਜੀ ਆਪਾਂ ਜੇ ਗੱਲ ਨੂੰ ਅੱਗੇ ਤੋਰੀਏ ਤਾਂ ਤੁਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਟੂਰ ਦੇ ਉੱਤੇ ਆਏ ਹੋਏ ਹੋ ਤੇ ਤੁਸੀਂ ਜਿੱਦਾਂ ਦੱਸਿਆ ਵੀ 70-75% ਤੁਸੀਂ ਸ਼ਾਇਰੀ ਜਿਹੜੀ ਲੋਕਾਂ ਨੂੰ ਸੁਣਾ ਰਹੇ ਹੋ ਤੇ ਹੁਣ ਇਸ ਤਰ੍ਹਾਂ ਅੱਜ ਕੱਲ ਮਾਹੌਲ ਏਦਾਂ ਹੀ ਬਣਿਆ ਹੋਇਆ ਵੀ ਜ਼ਿਆਦਾਤਰ ਅਸੀਂ ਪੋਇਟਰੀ ਦੇ, ਕਿਉਂਕਿ ਉਸਲੇ ਮੂਡ ਸੁਣਨ ਦਾ ਬਣਿਆ ਹੁੰਦਾ ਸਾਰਿਆਂ ਦਾ ਹਨਾ, ਸਾਰੇ ਆਪਣੀ ਸੀਟਾਂ ਦੇ ਬੈਠੇ ਹੋਏ ਪਿਆਰ ਨਾਲ ਇੱਕ ਸੁਰਤ ਉਹਨਾਂ ਦੀ ਵੀ ਜੁੜੀ ਹੁੰਦੀ ਆ, ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਜਿਸ ਤਰ੍ਹਾਂ ਦਾ ਮੂਡ ਬਣਿਆ ਤੇ ਉਸ ਤਰ੍ਹਾਂ ਦਾ ਅਸੀਂ ਫਿਰ ਬਣਾ ਰੱਖੀਏ ਲਗਾਤਾਰ, ਕੋਸ਼ਿਸ਼ ਕਰਦੇ ਹਾਂ ਆਪਣੇ ਵੱਲੋਂ ਜੀ ਜੀ ਜੀ। ਸੋ ਉਮੀਦ ਆ ਜਿਹੜੇ ਸ਼ਾਇਰੀ ਨੂੰ ਪਿਆਰ ਕਰਨ ਵਾਲੇ ਉਹ ਜ਼ਰੂਰ ਪਹੁੰਚਣਗੇ। ਮੈਂ ਬਾਈ ਜੀ ਮੈਨੂੰ ਪਤਾ ਲੱਗਿਆ ਸੀ ਪਿਛਲੇ ਟੂਰ ਦੇ ਵਿੱਚ ਤੁਸੀਂ ਇੱਕ ਬੁੱਕ ਵੀ ਲਿਖੀ ਆ ਤੇ ਥੋੜਾ ਜਿਹਾ ਕਿਤਾਬ ਬਾਰੇ ਵੀ ਜ਼ਰੂਰ ਚਾਨਣਾ ਪਾਓ, ਬੁੱਕ ਤੁਸੀਂ ਕਿਹੜੋਂ ਲਿਖੀ, ਕੀ ਉਹ ਗਜ਼ਲ ਦੀ ਆ ਜਾਂ ਕੀ ਉਹਦੇ ਵਿੱਚ ਸੀ ਤੇ ਕਿਵੇਂ ਸਾਡੇ ਸਰੋਤੇ, ਕਿਉਂਕਿ ਸਾਡੇ ਕੋਲ ਨਾ ਕਿਤਾਬਾਂ ਦੀ ਬਹੁਤ ਲੋਕਾਂ ਦੇ ਵਿੱਚ ਰੁਝਾਨ ਪੈ ਚੁੱਕਿਆ, ਅਸੀਂ ਰੇਡੀਓ ਤੇ ਹਰ ਰੋਜ਼ ਅਵੇਅਰ ਕਰਦੇ ਹਾਂ ਲੋਕਾਂ ਨੂੰ ਵੀ ਭਾਈ ਜੇ ਬਾਹਰਲੇ ਕਲਾਕਾਰ ਲੇਖਕ ਕਰੋੜਾਂਪਤੀ ਹੁੰਦੇ ਆ ਉਹ ਕਿਤਾਬਾਂ ਵਧੀਆ ਉਹਨਾਂ ਦੀਆਂ ਲਾਉਂਦੀਆਂ ਲੋਕ ਪੜ੍ਹਦੇ ਆ ਤੇ ਉਹ ਜਿਹਾ ਕਲਚਰ ਅਸੀਂ ਪੰਜਾਬੀ ਚ ਸ਼ੁਰੂ ਕਰਨਾ ਚਾਹੁੰਦੇ ਆ ਵੀ ਮੁਫਤਖੋਰੀ ਛੱਡ ਕੇ ਪੰਜਾਬੀ ਦੇ ਵਿੱਚ ਵੀ ਸਾਡੇ ਕੁਛ ਹੋਵੇ, ਤਾਂ ਤੁਸੀਂ ਵੀ ਆਪਣੀ ਕਿਤਾਬ ਨਾਲ ਥੋੜੀ ਜਿਹੀ ਵਿੱਚ ਸਾਂਝ ਪਾਓ। ਮਿੰਟੂ ਜੀ ਮੇਰੇ ਬੜਾ ਸੱਚੀ ਚੰਗਾ ਸ਼ਗਨ ਹੈ, ਮੈਂ ਨਾ ਪਿੱਛੇ ਜੇ ਆਪਣੇ ਚੇਤਨਾ ਪ੍ਰਕਾਸ਼ਨ ਵਾਲੇ ਸਤੀਸ਼ ਗੁਲਾਟੀ ਸਾਹਿਬ ਨੂੰ ਤੁਸੀਂ ਜਾਣਦੇ ਹੋ ਲੁਧਿਆਣੇ ਵਾਲੇ ਨਾ, ਉਹ ਪਿਛਲੇ ਸਾਲ ਦਾ ਪੈਟਰਨ ਬਣਿਆ, ਉਹ ਸਮਰ ਨੂੰ 5-4 ਮਹੀਨੇ ਸਰੀ ਹੁੰਦੇ ਵੈਨਕੂਵਰ ਕੈਨੇਡਾ ਆਉਂਦੇ ਹੈ ਨਾ, ਉਹਨੇ ਬਕਾਇਦਾ ਬੁੱਕ ਸਟਾਲ ਉੱਥੇ ਲਾਇਆ ਹੋਇਆ ਤੇ ਥੋੜੇ ਘੱਟ ਰੇਟ ਤੇ ਕਿਤਾਬਾਂ ਚੰਗੀਆਂ ਲੈਵਲ ਦੀਆਂ ਸਾਹਿਤਕ ਕਿਤਾਬਾਂ ਉਹ ਵੇਚਦੇ ਆ, ਤੇ ਮੈਨੂੰ ਇੱਕ ਫੰਕਸ਼ਨ ਤੇ ਮਿਲੇ ਸੀਗੇ ਜੀ ਜੀ, ਤਾਂ ਉਹ ਉਹਨਾਂ ਨੇ ਦੱਸਿਆ, ਮੈਂ ਕਿਹਾ ਵੀ ਭਾਜੀ ਕਿੱਦਾਂ ਹੈ ਨਾ ਵੀ ਇਸ ਤਰ੍ਹਾਂ ਕਿਤਾਬਾਂ, ਉਹ ਕਹਿੰਦੇ ਯਾਰ ਬੇਬੀ ਕਹਿੰਦੇ ਖੁਸ਼ਖਬਰੀ ਇੱਕ ਗੁੱਡ ਨਿਊਜ਼ ਇਹ ਆ ਵੀ ਹੁਣ ਆਏ ਸਾਲ ਅਸੀਂ ਜਿਹੜਾ ਰੇਟਿੰਗ ਕੱਢਦੇ ਹਾਂ ਵੀ ਉੱਥੇ ਪੁਸਤਕ ਮੇਲਾ ਲੱਗਦਾ ਜਲੰਧਰ ਚ ਲੱਗਦਾ ਬਠਿੰਡੇ ਲੱਗਦਾ ਬਹੁਤ ਵੱਡਾ, ਹੈ ਤੁਹਾਨੂੰ ਪਤਾ ਹੋਣਾ, ਉੱਥੇ ਕਹਿੰਦੇ ਹਰ ਸਾਲ ਕਿਤਾਬਾਂ ਦੀ ਵਿਕਰੀ ਵੱਧ ਰਹੀ ਹੈ, ਹੈ ਨਾ ਜੀ। ਉਹ ਕਹਿੰਦਾ ਵੀ ਸਾਡੇ ਲਈ ਬੜੇ ਹੌਸਲੇ ਵਾਲੀ ਗੱਲ, ਮੈਂ ਚਲੋ ਇਹ ਤਾਂ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਨਹੀਂ, ਤਾਂ ਆਪਾਂ ਮਾਯੂਸ ਰਹਿੰਦੇ ਹਾਂ ਯਾਰ, ਪੰਜਾਬੀ ਬਿਲਕੁਲ ਨਹੀਂ ਪੜ੍ਹਦੇ, ਕਿਤਾਬਾਂ ਨਹੀਂ ਪੜ੍ਹਦੇ, ਕਿਤਾਬਾਂ ਤੋਂ ਦੂਰ ਆ, ਸਾਹਿਤ ਤੋਂ ਦੂਰ ਆ, ਇਸ ਕਰਕੇ ਜ਼ਿੰਦਗੀ ਦੀ ਅਸਲੀਅਤ ਤੋਂ ਦੂਰ ਆ ਅਸੀਂ ਗੱਲਾਂ ਕਰਦੇ ਹੁੰਦੇ ਨਾ ਆਪਸ ਵਿੱਚ। ਪਰ ਉਹ ਕਹਿੰਦਾ ਨਹੀਂ ਯਾਰ, ਹੁਣ ਤਾਂ ਕਹਿੰਦਾ ਵੀ ਥੋੜਾ ਜਿਹਾ ਰੁਝਾਨ ਵਧਿਆ, ਬਹੁਤ ਚੰਗਾ ਸ਼ਗਨ ਹੈ ਇਹ, ਤੇ ਮੈਂ ਇਹਦੀ ਇੱਕ ਕਿਤਾਬ ਸੀ ਉਹ ਵੈਸੇ ਬਾਵਾ ਸਾਲ ਹੋ ਗਿਆ ਮਿੰਟੂ ਜੀ, ਮੇਰੇ ਖਿਆਲ 8-10 ਸਾਲ ਹੋ ਗਿਆ, ਉਹ ਚਰਨ ਸਿੰਘ ਸਫਰੀ ਸਾਹਿਬ ਨੇ ਛਪਵਾਈ ਸੀ ਆਪਣੇ ਜਲੰਧਰ ਨਿਊ ਬੁੱਕ ਕੰਪਨੀ ਵਾਲੇ ਹੈਗੇ ਮਾਹਿਰਾਂ ਗੇਟ ਨਾ ਸਰਦਾਰ ਜੀ, ਉਹਨਾਂ ਨੇ ਛਾਪੀ ਸੀਗੀ ਉਮੀਦਾਂ ਦੇ ਚਿਰਾਗ, ਤੇ ਉਹ ਬਾਅਦ ਚ ਉਹਨੇ 3-4 ਐਡੀਸ਼ਨ ਛਾਪੇ, ਮੈਨੂੰ ਬੜੇ ਵਾਰ ਯਾਰ
ਤਿਆਰੀ ਹਾਂ ਉਮੀਦਾਂ ਦੇ ਚਿਰਾਗ ਪਏ, ਹੋਰ ਕੋਈ ਤਿਆਰੀ ਕਰਦਾ ਆਪਾਂ ਛਾਪੀ ਹੈ ਨਾ ਜੀ, ਤੇ ਲਾਹੌਰ ਬੁੱਕ ਸ਼ਾਪ ਆਏ ਉਹਨੇ ਕਦੇ ਨਾ ਹੁਣ ਮੈਂ ਕਹਿੰਦਾ ਯਾਰ ਤੂੰ ਹੈ ਨਾ ਕਿਤਾਬ, ਉਹ ਬਸ ਏਦਾਂ ਕਿ ਮੇਰੀ ਘੋਲ ਸਮਝ ਲਓ ਕਿੱਦਾਂ ਵੀ ਬਸ ਕੁਛ ਮੈਂ ਕੁਛ ਕਰ ਨੀ ਸਕਿਆ, ਪਰ ਉਸ ਕਿਤਾਬ ਵਿਚ ਏਦਾਂ ਹੈਗਾ ਜੀ ਵੀ ਜਿੰਨੇ ਮੇਰੇ ਲਿਖੇ ਹੋਏ ਗੀਤ ਸਾਰੇ ਮੈਂ ਅੱਜ ਤੱਕ ਲਿਖੇ ਨਾ, ਜਿਹੜੇ ਬਾਕੀ ਆਰਟਿਸਟ ਨੇ ਗਾਏ ਮਾਨਕ ਸਾਹਿਬ ਤੋਂ ਲੈ ਕੇ ਬਾਕੀ ਸਾਰੇ ਨੇ, ਉਹ ਤਾਂ ਪਹਿਲੀਆਂ ਦੋ ਲਾਈਵ ਆਈ ਥਿੰਕ ਦੇਬੀ ਲਾਈਵ 1 ਤੇ 2 ਨਾ, ਤੇ ਉਹਦੇ ਵਿਚ ਉਹ ਹੈਗੀਆਂ ਜੀ ਮਤਲਬ ਪੂਰਾ ਹਨਾ, ਤੇ ਕਾਫੀ ਉਹ ਚ ਉਹ ਮੈਂ ਦੇਖਿਆ ਕਈ ਜਗ੍ਹਾ ਉਹ ਕੈਨੇਡਾ ਵੀ ਕਈ ਦੋਸਤ ਆਪਣੇ ਮਿੱਤਰ ਜਿਹੜੇ ਰੇਡੀਓ ਤੇ ਕੰਮ ਕਰੇ ਹੋਸਟ ਵੀ ਕਈ ਕਿਤਾਬ ਲਿਆ ਕੇ ਰੱਖੀ ਹੋਈ ਆਪਣੇ ਡੈਸਕ ਤੇ, ਪ੍ਰੋਗਰਾਮ ਪੇਸ਼ ਕਰਦੇ ਵਿੱਚ ਕੋਈ ਨਾ ਕੋਈ ਕਲਾਮ ਲਾਈਨਾਂ ਬੋਲ ਦਿੰਦੇ ਨੇ, ਤੇ ਉਹਦਾ ਟਾਈਟਲ ਹੈਗਾ ਉਮੀਦਾਂ ਦੇ ਚਿਰਾਗ, ਤੇ ਉਹ ਛਪੀ ਸੀ ਕੁਛ ਸਾਲ ਹੋ ਗਏ। ਬਿਲਕੁਲ ਜੀ, ਸਾਡੇ ਮੁਰਕੇ ਕੋਸ਼ਿਸ਼ ਕਰੋ ਜੇ ਜੇ ਕਿਤਾਬ ਤੁਸੀਂ ਉਹਦਾ PDF ਵੀ ਮੁਹੱਈਆ ਕਰਾਉਂ ਤਾਂ, ਅੱਜ ਕੱਲ ਲੋਕ ਆਧੁਨਿਕਤਾ ਦੇ ਜ਼ਰੀਏ PDF ਵੀ ਬਹੁਤ ਪੜ੍ਹਨਾ ਚਾਹੁੰਦੇ ਆ, ਕਿਉਂਕਿ ਸੌਖਾ ਤਰੀਕਾ ਹੋ ਗਿਆ ਵੀ ਆਪਦੇ ਡਿਵਾਈਸ ਤੇ ਡਾਊਨਲੋਡ ਕਰੋ ਤੇ ਤੁਸੀਂ ਪੜ੍ਹ ਸਕਦੇ ਹੋ। ਤੇ ਬਾਕੀ ਤੁਸੀਂ ਕਿਤਾਬਾਂ ਦੀ ਗੱਲ ਕੀਤੀ ਜੀ, ਵਾਕਈ ਚੰਗੇ ਸਾਈਨ ਆ ਰਹੇ ਆ, ਮੈਨੂੰ ਵੀ ਪਿਛਲੇ ਕੈਨੇਡਾ ਦੇ ਟੂਰ ਦੇ ਦੌਰਾਨ ਨਾ ਗੁਲਾਟੀ ਸਾਹਿਬ ਮਿਲੇ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਇੱਥੇ ਸਿੱਖ ਖੇਡਾਂ ਹੁੰਦੀਆਂ ਬਹੁਤ ਵੱਡਾ ਜਿਹੜਾ ਇੱਕ ਪ੍ਰੋਜੈਕਟ ਆ, ਤੇ ਉੱਥੇ ਤੁਸੀਂ ਆਓ ਤੇ ਕਿਤਾਬਾਂ ਦੀ ਸਟਾਲ ਲਾਓ, ਪਰ ਉਹ ਆਪ ਤਾਂ ਮੇਰੇ ਦਿਮਾਗ ਚ ਸੀ ਕਿ ਮੈਨੂੰ ਪਤਾ ਇੱਥੇ ਖੇਡਾਂ ਹੁੰਦੀਆਂ ਨੇ ਬਹੁਤ ਵਰਲਡ ਲੈਵਲ ਤੇ ਮਸ਼ਹੂਰ ਆ, ਪੂਰਾ ਆਸਟ੍ਰੇਲੀਆ ਤੋਂ ਮਤਲਬ ਸਾਰੇ ਆਪਣੇ ਪੰਜਾਬੀ ਪਹੁੰਚਦੇ ਆ, ਮੇਰੇ ਜ਼ਹਿਨ ਚ ਆ ਵੀ ਕਿਤੇ ਸਰੀਸ਼ ਭਾਈ ਨੂੰ ਕਹੂੰਗਾ ਵੀ ਉਸ ਤਰ੍ਹਾਂ ਏਡੇ ਇਕੱਠ ਵਿੱਚ ਇਹਨੂੰ ਕਿਤਾਬਾਂ ਨੂੰ ਸਟਾਲ ਲਾਉਣਾ ਚਾਹੀਦਾ ਹਨਾ ਜੀ, ਇੱਕ ਦੋ ਦਿਨ ਸਟਾਲ ਲੱਗੇਗਾ ਤਾਂ ਉਹਦੇ ਬਾਅਦ ਉਹਦਾ ਪ੍ਰਚਾਰ ਹੋਵੇ ਸਟੇਜ ਉਹਦੇ ਬਾਰੇ ਬੋਲਿਆ ਜਾਵੇ, ਆਨਲਾਈਨ ਕਿਹਾ ਜਾਵੇ ਨਾ, ਆਈ ਥਿੰਕ ਮਤਲਬ ਇੱਧਰਲੇ ਵੀ ਜਿਹੜੇ ਪੰਜਾਬੀ ਚਲੋ ਕਈ ਕੰਮਾਂ ਕਾਰਾਂ ਚ ਬਿਜ਼ੀ ਆ, ਪੰਜਾਬ ਨਹੀਂ ਜਾ ਸਕਦੇ ਜਾਂ ਕਿਤਾਬਾਂ ਨਹੀਂ ਮੰਗਵਾ ਸਕਦੇ, ਚਲੋ ਮੌਕੇ ਤੇ ਮੌਕੇ ਦੇ ਕੇ ਆਪਣੇ ਮਨਪਸੰਦ ਕਿਤਾਬਾਂ ਚੁਣ ਸਕਦੇ ਆ ਪੜ੍ਹ, ਔਰ ਹਨਾ ਜੀ ਚੰਗੀ ਗੱਲ ਹੋਏਗੀ ਮੇਰੇ ਸਾਹਿਬ। ਜੀ ਜੀ ਜੀ, ਨਹੀਂ ਉਹ ਅਸੀਂ ਫਿਰ ਐਤਕੀ ਮੰਗਵਾਈਆਂ ਤੇ ਉਹ ਐਡਲੇਡ ਚ ਖੇਡਾਂ ਹੋਣ ਕਰਕੇ ਚਲੋ ਸਾਨੂੰ ਉਹਦੇ ਚ ਅਸੀਂ ਉਹਦੇ ਪ੍ਰਬੰਧਕ ਸੀ ਤਾਂ ਉਹ ਸਾਨੂੰ ਬਹੁਤ ਸੋਹਣਾ ਰੁਝਾਨ ਮਿਲਿਆ ਵੀ ਲੋਕਾਂ ਨੇ ਚੰਗੀਆਂ ਕਿਤਾਬਾਂ ਮਿੰਟੋ ਮਿੰਟੀ ਖਰੀਦ ਕੇ ਲੈ ਗਏ ਤੇ ਅਸੀਂ ਗਾਂ ਵਾਲੇ ਬਣਾਈ ਰੱਖਾਂਗੇ। ਨਹੀਂ ਚਾਹੀਦਾ, ਬਹੁਤ ਸਾਰੇ ਸਰੋਤੇ ਜੁੜ ਰਹੇ ਹੈ, ਕੋਈ ਸ਼ੋਅ ਵੀ ਹੁੰਦਾ ਕੋਈ ਪ੍ਰੋਗਰਾਮ ਵੀ ਹੁੰਦਾ ਨਾ, ਭਾਵੇਂ 40-50 ਕਾਪੀ ਦਾ ਕਿਸੇ ਮਤਲਬ ਅਲੱਗ ਅਲੱਗ ਕਿਤਾਬਾਂ ਨੇ ਰੱਖ ਲਈਆਂ, ਜਿਹਦਾ ਤੋਂ ਕਿੰਨੇ ਆਰਟਿਸਟ ਪ੍ਰੋਗਰਾਮ ਕਰਨ ਆਸਟ੍ਰੇਲੀਆ ਆਉਂਦੇ ਆਪਣੇ ਹਨਾ, ਤੇ ਉਸ ਤਰ੍ਹਾਂ ਜਿਸ ਤਰ੍ਹਾਂ ਦਾ ਆਰਟਿਸਟ ਹੈਗਾ ਉਹਦੀ ਇਮੇਜ ਮੁਤਾਬਕ ਇੱਦਾਂ ਦੀ ਕਿਤਾਬਾਂ ਦੀ ਸਟਾਲ ਲਾਈ ਜਾਵੇ ਮੇਰੇ ਹਿਸਾਬ ਨਾਲ, ਉਹ ਇੱਕ ਬੜਾ ਇੱਕ ਨਵਾਂ ਹੋਏਗਾ ਸਟਾਈਲ, ਔਰ ਮੈਂ ਸਮਝਦਾ ਇਹ ਅੱਛਾ ਰਣ ਹੋ ਸਕਦਾ ਕਿ ਚੱਲ ਬਾਈ ਉੱਥੋਂ ਵੀ ਕਿਤਾਬ ਵੀ ਕੋਈ ਜਿਹੜੇ ਪੜ੍ਹਨ ਦਾ ਮਸ ਰੱਖਦੇ ਬੰਦੇ ਮਨਪਸੰਦ ਕਿਤਾਬ ਲੈ ਸਕਦੇ। ਜੀ ਜੀ, ਨਹੀਂ ਹੁਣ ਕਾਫੀ ਜਿਹੜਾ ਕਿਤਾਬਾਂ ਚ ਰੁਝਾਨ ਮਿਲਿਆ, ਨਵੇਂ ਮੁੰਡੇ ਆ ਰਹੇ ਆ, ਸੋਹਣਾ ਲਿਖਣ ਵਾਲਾ ਜਿਹੜਾ ਉਹ ਹਿੱਕ ਚੜ ਤੇ ਚੜ ਕੇ ਬੋਲ ਰਿਹਾ, ਐਡੀ ਗੱਲ ਨੀ ਹੈ, ਵਧੀਆ ਜਾ ਰਹੀਆਂ ਹੁਣ ਮੈਨੂੰ ਲੱਗਦਾ। ਬਹੁਤ ਸਾਰੇ ਸਰੋਤੇ ਜੁੜ ਰਹੇ ਆ ਸਾਡੇ ਨਾਲ ਜੀ, ਹਾਂਗਕਾਂਗ ਜੀ ਜੀ ਹਾਂਗਕਾਂਗ ਤੋਂ ਬਾਈ ਜੀ ਜੁੜਿਆ ਜਗਤਾਰ ਸਿੰਘ ਗਿੱਲ ਢੁੱਡੀ ਕੇ, ਤੇ ਉਹਨਾਂ ਨੇ ਕਿਹਾ ਜੀ ਦੇਬੀ ਇੱਕ ਸੁਣਨ ਵਾਲਾ ਕਲਾਕਾਰ ਹੈ, ਅੱਜ ਕੱਲ ਦੇ ਹਾਲਾਤ ਕਲਾਕਾਰ ਦੇਖਣ ਵਾਲੇ ਨੇ, ਦੇਬੀ ਵੀਰੇ ਪਹਿਲਾਂ ਪ੍ਰੋਗਰਾਮ ਕਿੱਥੇ ਤੇ ਕਿਹੜੇ ਹਾਲਾਤਾਂ ਚ ਕੀਤਾ ਸੀ, ਲੋਕਾਂ ਨੇ ਕਿਸ ਤਰ੍ਹਾਂ ਦਾ ਰਿਸਪੋਂਸ ਮਿਲਿਆ ਸੀ, ਸੱਚ ਦੱਸਿਓ ਕਈਆਂ ਨੂੰ ਮੰਜ਼ਲਾਂ ਸੌਖੀਆਂ ਮਿਲ ਜਾਂਦੀਆਂ, ਕਈਆਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਆ, ਤੁਸੀਂ ਕਿਹੜੀ ਸ਼੍ਰੇਣੀ ਚਾਹੁੰਦੇ ਹੋ? ਇਹ ਸਾਡੇ ਬਾਈ ਜਗਤਾਰ ਸਿੰਘ ਗਿੱਲ ਢੁੱਡੀਕਿਆਂ ਤੋਂ ਆ ਜਿਹੜੇ ਹਾਂਗਕਾਂਗ ਰਹਿੰਦੇ ਆ, ਉਹਨਾਂ ਨੇ ਕਿਆ ਬਾਈ ਜਗਤਾਰ ਸਾਹਿਬ ਨੂੰ ਸਤਿ ਸ੍ਰੀ ਅਕਾਲ, ਔਰ ਉੱਡੀ ਕੇ ਜਸਵੰਤ ਸਿੰਘ ਕਮਲ ਸਾਹਿਬ ਦਾ ਪਿੰਡ ਹੈ ਜੀ, ਜਿਹਨਾਂ ਦੇ ਅਸੀਂ ਆਸ਼ਕ ਆ ਸਾਰੇ ਪੰਜਾਬੀ, ਉਹਨੇ ਲਿਖਤਾਂ ਦੇ ਮੈਨੂੰ ਯਾਦ ਹੈ ਜਦੋਂ ਕਿਤਾਬ ਛਪ ਸੀ ਨਾ ਮੂਮਲ, ਉਹ ਚੀਖੜ ਊਠ ਦਾ ਜ਼ਿਕਰ ਆਉਂਦਾ ਜੀ, ਤਾਂ ਅਸੀਂ ਮੈਨੂੰ ਯਾਰ ਕਿਸੇ ਦੋਸਤ ਤੋਂ ਬੁਲਟ ਮੋਟਰਸਾਈਕਲ ਮੰਗ ਕੇ ਉਹਦੇ ਪਿੱਛੇ ਚੀਖੜ ਲਿਖਾ ਕੇ ਅਸੀਂ ਮਿਲਣ ਗਏ ਸੀ ਕਮਲ ਸਾਹਿਬ ਨੂੰ, ਮੈਨੂੰ ਯਾਦ ਹੁਣ ਵੀ ਪਿਛਲੇ ਯਾਰ ਅਸੀਂ ਮਿਲ ਗਏ, ਤਾਂ ਉਹ ਸਾਡੇ ਇੱਕ ਦੋਸਤ ਨੇ ਅਮਰਜੀਤ ਭਾਜੀ, ਉੱਥੇ ਪੰਜਾਬੀ ਗਜ਼ਲ ਦੇ PhD ਕੀਤੀ ਹੋਈ ਆ ਅਮਰਜੀਤ ਜੀ ਢੁੱਡੀਆਂ ਨੂੰ, ਤਾਂ ਉਹਨਾਂ ਨੂੰ ਲੈ ਕੇ ਮੈਂ ਕਿਹਾ ਬਾਬਿਆਂ ਦਰਸ਼ਨ ਕਰੀਏ, ਤਾਂ ਵੇਖ ਲਓ 97-98 ਸਾਲ ਚੱਲ ਪਿਆ ਉਹਨਾਂ ਨੂੰ, ਤਾਂ ਐਨ ਸਿੱਧੇ ਛੱਤੀ ਵਰਗੇ ਲਿਖ ਰਹੇ ਸੀ ਵਿਕੜਾ ਕਹਿੰਦੇ ਨਵਾਂ ਨਾਵਲ ਲਿਖ ਰਹੇ ਹਾਂ, ਤਾਂ ਦਰਸ਼ਨ ਕਰਕੇ ਆਇਆ ਸਿਆਲ ਦੀ ਜੀ 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 ਗਏ ਸੀ ਅਸੀਂ ਜੀ, ਕਮਾਲ ਮਾਰਾ ਸਲਾਮ ਹੈ ਇਸ ਪਿੰਡ ਨੂੰ, ਮੈਂ ਵੀ ਇੰਟਰਵਿਊ ਕਰ ਰਿਹਾ ਨਗਰੀ ਇਤਿਹਾਸਕ ਪਿੰਡ, ਜਿਹਨੇ ਐਡੇ ਦੇ ਯੋਧੇ ਐਡੇ ਕਲਮਕਾਰ ਐਡੇ ਲਾਸਾਨੀ ਬੰਦੇ ਪੈਦਾ ਕੀਤੇ ਹਨ ਜੀ, ਸਲਾਮ ਹੈ ਇਸ ਪਿੰਡ ਨੂੰ ਜੀ ਜੀ ਜੀ, ਬਿਲਕੁਲ ਬਿਲਕੁਲ। ਬਾਕੀ ਇਹਨੇ ਪੁੱਛਿਆ ਵੀ ਬਾਕੀ ਇਸ ਤਰ੍ਹਾਂ ਦੀ ਮਿਹਨਤ ਤਾਂ ਸਟਰਗਲ ਸਾਰਿਆਂ ਦੀ ਹੁੰਦੀ ਆ ਜੀ, ਹਰੇਕ ਫੀਲਡ ਚ ਟਾਈਮ ਤਾਂ ਲੱਗਦਾ ਹੀ ਆ, ਤੋ ਮੈਂ ਜਿਵੇਂ ਅਰਜ਼ ਕੀਤਾ ਕਿ ਪਹਿਲਾਂ ਤਾਂ ਮੈਂ ਲਿਖਣਾ ਕਰਕੇ ਗੀਤ ਮਾਰਕੀਟ ਵਿੱਚ ਆ ਚੁੱਕੇ ਸੀ, ਮੇਰੇ ਲਿਖੇ ਹੋਏ ਚੰਗੇ ਕਲਾਕਾਰ ਦੇ ਗਾਏ, ਲੋਕਾਂ ਨੂੰ ਪਤਾ ਸੀਗਾ ਵੀ ਹਾਂ ਯਾਰ ਇਸ ਨਾਮ ਦਾ ਕੋਈ ਮੁੰਡਾ ਲਿਖਦਾ ਹਨਾ, ਤੇ ਜਦੋਂ ਮੈਂ ਸਟੇਜ ਤੇ ਅਪੀਅਰ ਹੋਣਾ ਸ਼ੁਰੂ ਕੀਤਾ ਤਾਂ ਈਵਨ ਕਿ ਜਦ ਮੈਂ ਪੰਜਾਬ ਚ ਪ੍ਰੋਗਰਾਮ ਕਰਨਾ ਸ਼ੁਰੂ ਕੀਤਾ, ਮੈਂ ਫਿਰ ਸਲਾਮ ਕਰਦਾ ਇਸ ਇਲਾਕੇ ਨੂੰ, ਮੇਰੇ ਸਭ ਤੋਂ ਪਹਿਲਾਂ ਮੋਗੇ ਚ ਪ੍ਰੋਗਰਾਮ ਸ਼ੁਰੂ ਹੋਏ ਸੀਗੇ ਜੀ, ਮੋਗੇ ਨੇੜੇ ਬੁੱਟਰ ਪਿੰਡ ਹੈ ਜੀ ਬਰਨਾਲਾ ਰੋਡ ਤੇ, ਮੇਰੇ ਬੜੇ ਦੋਸਤ ਵੀ ਬਾਈ ਸਾਹਿਬ ਮੁੰਡੇ, ਤੇ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਪ੍ਰੋਗਰਾਮ, ਅੱਜ ਤੱਕ ਹੀ ਮੈਂ ਜਾਣਾ ਉਸ ਏਰੀਆ ਚ, ਸਭ ਤੋਂ ਪਹਿਲਾਂ ਉੱਥੋਂ ਮੇਰੀ ਸ਼ੁਰੂਆਤ ਹੋਈ ਸੀ, ਤਾਂ ਉਹ ਮੈਂ ਹੁਣ ਇੱਕ ਬੁੱਕ ਕਰ ਗਿਆ, ਉਹਨੂੰ ਪੁੱਛਣਾ ਮੈਂ ਕਿਹੜਾ ਕਲਾਕਾਰ ਬੁੱਕ ਕਰਕੇ ਆਇਆ, ਕਹਿੰਦਾ ਫਲਾਨਾ, ਕਿਉਂ ਸੁਣਿਆ ਨੀ ਇਹ ਕੌਣ ਹੋਇਆ, ਯਾਰ ਜਿਹਨੂੰ ਫਲਾਨਾ ਗਾਣਾ ਲਿਖਿਆ ਸੀ ਆਸ਼ਕਾਂ ਦੀ ਕਾਹਦੀ, ਅੱਛਾ 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 ਚੱਲ ਠੀਕ ਹੈ ਸੁਣਦੇ ਹਾਂ ਕੀ ਕਰਦਾ ਹਨਾ,
ਹੌਲੀ ਹੌਲੀ ਚਲੋ ਉਹਨੂੰ ਸਟੇਜ ਦਾ ਕੰਮ ਪਸੰਦ ਆਉਣਾ ਪਿਆ, ਅਗਲੀ ਸਾਈ ਮਿਲ ਜਾਣੀ ਪ੍ਰੋਗਰਾਮ ਹਨਾ, ਇਸ ਤਰ੍ਹਾਂ ਮੇਰਾ ਸ਼ੁਰੂਆਤ ਹੋ ਗਈ ਸੀ ਉੱਥੋਂ। ਤੇ ਉਹ ਫਿਰ ਆਈ ਥਿੰਕ ਮੈਂ ਕਹਿ ਸਕਦਾ ਜਦ ਵੈਨਕੂਵਰ ਦੇ ਚਲੋ ਛੋਟੇ ਛੋਟੇ ਪ੍ਰੋਗਰਾਮ ਅਕਸਰ ਮਿਲਦੇ ਰਹਿੰਦੇ ਸੀ, ਕਮਿਊਨਿਟੀ ਸ਼ੋਅ ਕੋਈ ਨਾ ਕੋਈ ਹੋਣਾ, ਗਿੱਧੇ ਭੰਗੜੇ ਦੇ ਕੋਈ ਹੁਣੇ ਕੰਪੀਟੀਸ਼ਨ, ਉੱਥੇ ਸਾਨੂੰ ਦੋ ਚਾਰ ਗਾਣੇ ਗਾਉਣ ਦਾ ਮੌਕਾ ਮਿਲ ਜਾਣਾ, ਤੇ ਚਲੋ ਐਪਰੀਸੀਏਸ਼ਨ ਲੋਕਾਂ ਨੂੰ ਮਿਲਣੀ ਤਾਂ। ਪਰ ਪੰਜਾਬ ਜਾ ਕੇ ਮੈਨੂੰ ਲੱਗਦਾ ਮੈਨੂੰ ਸਭ ਤੋਂ ਵੱਡਾ ਸਾਨੂੰ ਮਿਲਿਆ ਸੀਗਾ ਢਾਡੀ ਅਮਰ ਸਿੰਘ ਸ਼ੌਂਕੀ ਸਾਹਿਬ ਦੀ ਯਾਦ ਚ, ਉਦੋਂ ਮੇਲਾ ਮਾਲਪੁਰ ਲੱਗਦਾ ਹੁੰਦਾ ਸੀ, ਬੜਾ ਬੜਾ ਇਕੱਠ ਹੁੰਦਾ ਸੀਗਾ ਜੀ, ਤਾਂ ਮੈਨੂੰ ਯਾਦ ਰਿਹਾ ਅਸ਼ੋਕ ਭੌਰਾ ਜੀ ਉਦੋਂ ਕਰਾਉਂਦੇ ਹੁੰਦੇ ਸੀਗੇ, ਹੁਣ ਤਾਂ ਉਹ ਵੀ USA ਆ ਗਿਆ, ਤਾਂ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਜੀ, ਮੈਂ ਯਾਦ ਹੈ ਵੀ ਦੋ ਗਾਣਿਆਂ ਦਾ ਮੌਕਾ ਮਿਲਿਆ ਸੀ, ਦੋ ਗਾਣੇ ਕਹਿੰਦੇ ਯਾਰ ਟਾਈਮ ਦੋ ਗਾਣਿਆਂ ਦਾ ਹੀ ਆ, ਤੇ ਮੈਨੂੰ ਯਾਦ ਹੈ ਫਿਰ ਉਹ ਮੈਂ ਤਾਂ ਲੱਗੇ ਵੀ ਮੈਨੂੰ ਉਹ ਗਰਾਊਂਡ ਚ ਜਿੱਥੇ ਦਿਖੇ ਵੀ ਸਿਰੇ ਸਿਰ ਬੈਠੇ ਸੀ, ਮਤਲਬ ਹਾਕੀ ਦੀ ਗਰਾਊਂਡ ਸਾਰੀ ਫੁੱਲ ਹੁੰਦੀ ਸੀ, ਮਤਲਬ ਉੱਥੇ ਕਦੇ 50,000 to 60,000 ਦਾ ਕਰਾਊਡ ਹੁੰਦਾ ਸੀਗਾ ਜੀ, ਦੋਵੇਂ ਗਰਾਊਂਡਾਂ ਭਰੀਆਂ ਹੁੰਦੀਆਂ ਸੀ, ਤੇ ਮੈਨੂੰ ਯਾਦ ਹੈ ਉਹ ਡਰ ਵੀ ਬੜਾ, ਮੈਂ ਆਪਣਾ ਇਲਾਕਾ ਯਾਰ ਇੱਥੇ ਪਤਾ ਨੀ ਕੀ ਹੋ ਜਾਵੇ ਕਿੱਦਾਂ ਹੋ ਜਾਣਾ, ਡਰਦੇ ਬਸ ਦੋ ਗਾਣੇ ਗਾਏ, ਪਰ ਉਹ ਮਲਕ ਦੀ ਕਿਰਪਾ ਨਾਲ ਜੀ ਚੰਗਾ ਰਿਸਪੋਂਸ ਆ ਗਿਆ, ਜਾ ਇਲਾਕੇ ਦਾ ਕਹਿ ਲਓ ਕਰਕੇ ਲੋਕਾਂ ਨੇ ਤਾੜੀਆਂ ਤੂੜੀਆਂ ਮਾਰਦੀ, ਠੀਕ ਹੈ ਯਾਰ ਆਪਣਾ ਮੁੰਡਾ ਆਪਣਾ ਮੁੰਡਾ, ਤੇ ਆਈ ਥਿੰਕ ਉੱਥੋਂ ਫਿਰ ਮੈਨੂੰ ਇੱਕ ਬੜਾ ਹੌਸਲਾ ਮਿਲਿਆ ਵੀ ਯਾਰ ਠੀਕ ਹੈ ਵੀ ਚਲੋ ਟਰਾਈ ਕਰਦੇ ਵੀ ਕੁਛ ਨਾ ਕੁਛ ਗੱਲ ਆਪਣੀ ਬਣ ਜਾਊਗੀ ਹਨਾ, ਤੇ ਉਸ ਹਿਸਾਬ ਨਾਲ ਫਿਰ ਸ਼ੁਰੂ ਹੋ ਗਿਆ। ਚਲੋ ਬਹੁਤ ਮਿਹਰਬਾਨੀ ਜੀ, ਬਹੁਤ ਸਾਰੇ ਸੱਜਣ ਜੁੜ ਰਹੇ ਆ ਜੀ, ਤੇ ਇੱਧਰ ਸਾਡੇ ਨਾਲ ਪਾਲਾ ਬੈਂਸ ਕੁਬਰਮ ਤੋਂ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਦੇਵੀ ਭਾਜੀ ਜੀ, ਮੈਂ ਮਹਿਲਪੁਰ ਤੋਂ ਹਾਂ ਜੀ, ਕੋਈ ਮਹਿਲਪੁਰੀਆਂ ਦੀ ਯਾਦ ਵੀ ਕੋਈ ਸਾਂਝੀ ਕਰ ਦਿਓ ਜੀ, ਸੋ ਜਰੂਰ ਜੀ ਜਰੂਰ ਸਾਂਝੀ ਕਰਾਂਗੇ ਜੀ, ਮਹਿਲਪੁਰ ਯਾਦ ਜੁੜੀ ਆ ਤਾਂ ਇਲਾਕਾ ਜੀ ਸਾਡੇ ਪਿੰਡ ਤੋਂ 8-10 ਕਿਲੋਮੀਟਰ ਮਾਲਪੁਰ ਜੀ, ਥਾਣਾ ਸਾਡਾ ਮਾਲਪੁਰ ਪੈਂਦਾ ਜੀ, ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਗੜਸ਼ੰਕਰ ਪਿੰਡ ਦੀ ਸਾਡਾ ਇਲਾਕਾ ਜੀ, ਤੇ ਬਹੁਤ ਬਹੁਤ ਪਿਆਰ ਇਸ ਵੀਰ ਨੂੰ, ਤੇ ਬੜਾ ਜੀ ਮਤਲਬ ਇੱਕ ਫੀਲ ਵੱਖਰਾ ਹੁੰਦਾ ਜਿੱਥੇ ਆਪਾਂ ਇਨਸਾਨ ਜਨਮ ਲੈਂਦਾ ਬਚਪਨ ਆਪਾਂ ਪ੍ਰਵਾਨ ਚੜ੍ਹਦੇ ਹਾਂ ਜਵਾਨੀ ਚ ਪੈਰ ਰੱਖਦਾ ਬੰਦਾ, ਉਹ ਸਾਵਾਂ ਨਾਲ ਇੱਕ ਬੜਾ ਅਜੀਬ ਮੋਹ ਹੁੰਦਾ ਹਨਾ, ਤੇ ਬੜਾ ਚੰਗਾ ਲੱਗਦਾ ਇਹ ਬਹੁਤ ਗਾਰਡ ਮੇਰੇ ਵੱਲੋਂ ਜੀ ਜੀ ਜੀ। ਟੈਰੀ ਲੋਚਮ ਜੁੜੇ ਆ ਜੀ, ਕਹਿੰਦੇ ਜੀ ਸਤਿ ਸ੍ਰੀ ਅਕਾਲ ਬਰਾਡ ਐਂਡ ਦੇਵੀ ਭਾਜੀ, ਕਹਿੰਦੇ ਦੇਵੀ ਦਾ ਮਿੱਤਰਾਂ ਦੀ ਆਵਾਜ਼ ਵੀ ਸੁਣਾ ਦਿਓ ਜੀ, ਕੋਈ ਨੀ ਉਹ ਗੀਤ ਅਸੀਂ ਉਹਨਾਂ ਤੋਂ ਵੀ ਥੋੜਾ ਸੁਣਾਂਗੇ ਤੇ ਆਪ ਵੀ ਸੁਣਾਵਾਂਗੇ। ਤੇ ਅੱਗੇ ਸਾਡੇ ਨਾਲ ਤਰਸੇਮ ਰਟੋਲ ਜੁੜੇ ਆ ਜੀ ਮੈਲਬਨ, ਉਹ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਮਜ਼ਾ ਆ ਰਿਹਾ ਇੰਟਰਵਿਊ ਦਾ। ਤੇ ਸਾਹਿਬਪ੍ਰੀਤ ਸਿੰਘ ਜੁੜੇ ਆ ਜੀ, ਉਹਨਾਂ ਨੇ ਵੀ ਕਿਹਾ ਕਿ ਜੀ ਦੇਵੀ ਭਾਜੀ ਨੂੰ ਰਿਕੁਐਸਟ ਕਰਿਓ ਕਿ ਦੋ ਬੋਲ ਸੁਣਾ ਦੇਣ, ਇੱਕ ਵਾਰ ਹੈ ਉੱਥੇ ਜਾਣਾ ਜੋੜੇ ਮੁਲਕ ਵਿਆਹੀ, ਬਿਲਕੁਲ ਜੀ ਉਹ ਸੁਣਾਉਣਗੇ ਜ਼ਰੂਰ। ਕੁਲਵਿੰਦਰ ਢਿੱਲੋਂ ਜੁੜਿਆ ਜੀ ਗੋਲਡ ਕੋਸਟ ਤੋਂ, ਤੇ ਉਹਨਾਂ ਨੇ ਵੀ ਕਿਹਾ ਕਹਿੰਦੇ ਜੀ ਦੇਵੀ ਜੀ ਤੁਹਾਡਾ ਸਵਾਗਤ ਹੈ ਆਸਟ੍ਰੇਲੀਆ ਚ, ਮੈਂ ਉਹ ਪਿੰਡ ਤੋਂ ਹਾਂ ਬਿਲੋਂਗ ਕਰਦਾ ਜਿੱਥੇ ਤੁਹਾਡੇ ਦੇਵੀ ਲਾਈਵ 2 ਹੋਇਆ ਸੀ, ਬਹੁਤ ਇੰਜੋਏ ਕੀਤਾ ਸੀ, ਕਦੇ ਨਹੀਂ ਭੁੱਲਦੀ ਉਹ ਨਾਈਟ, ਸੋ ਬਹੁਤ ਮਿਹਰਬਾਨੀ ਕੁਲਵਿੰਦਰ ਬਾਈ। ਤੇ ਜਗਤਾਰ ਸਿੰਘ ਕੰਗ ਸਾਡੇ ਨਾਲ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ ਮਿੰਟੂ ਜੀ ਐਂਡ ਦੇਵੀ ਜੀ ਭਾਜੀ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਤੇ ਮੈਲਬਨ ਤੋਂ ਆ ਜੀ, ਕਹਿੰਦੇ ਅਸੀਂ ਵੀ ਮੈਲਬਨ ਦੇਖਣ ਆਉਣਾ ਜੀ ਸ਼ੋਅ, ਜ਼ਰੂਰ ਆਇਓ ਜੀ ਆਪਣੇ ਪਰਿਵਾਰ ਸਮੇਤ ਆਇਓ, ਕਿਉਂਕਿ ਇਹ ਇੱਕ ਪਰਿਵਾਰਕ ਸ਼ੋਅ ਗਿਣਤੀ ਦੇ ਰਹਿ ਗਏ ਆ ਜਿਨ੍ਹਾਂ ਚ ਦੇਵੀ ਬਾਈ ਦਾ ਸ਼ੋਅ ਪਰਿਵਾਰਕ ਹੁੰਦਾ ਜੀ। ਤੇ ਇਧਰ ਗੁਰਚਰਨ ਸਿੰਘ ਜੁੜਿਆ ਜੀ, ਉਹਨਾਂ ਨੇ ਗੁਰਫਤਿਹ ਬੁਲਾਈ ਹੈ, ਤੇ ਕਹਿੰਦੇ ਜੀ ਇੰਜੋਏ ਕਰ ਰਹੇ ਆ ਜੀ, ਕਹਿੰਦੇ ਆਈ ਲਵ ਇਸ ਸੌਂਗ, ਆਸ਼ਕਾਂ ਦੀ ਕਾਹਦੀ ਜ਼ਿੰਦਗੀ ਸੰਗ ਬਾਈ ਹੰਸਰਾਜ, ਜਵਾਨੀ ਵਿੱਚ ਵਾਰੇ ਗਾਣੇ ਸੁਣੇ ਹੈ ਬਾਈ, ਬੜੇ ਗਾਣੇ ਸੁਣੇ ਆ ਗੁਰਚਰਨ ਸਿੰਘ ਬ੍ਰਿਸਬਨ। ਸੋ ਬਾਈ ਜੀ ਦੇਖੋ ਦੋ ਤਿੰਨ ਸਿਫਾਰਿਸ਼ਾਂ ਆਈਆਂ, ਇੱਕ ਤਾਂ ਉਹ ਕਿਹੜੇ ਪਿੰਡ ਵਿਆਹੀ ਵਾਲੇ ਦਾ ਇੱਕ ਜ਼ਰੂਰ ਕੋਈ ਯਾਤਰਾ ਜਾਂ ਮੁਖੜਾ ਜ਼ਰੂਰ ਸੁਣਾਓ ਤੁਸੀਂ ਕਿੱਦਾਂ ਜੀ। ਜੀ ਮੈਂ ਇੱਕ ਦੋ ਦੋ ਲਾਈਨਾਂ ਸੁਣਾਉਂਦਾ, ਕਿਉਂਕਿ ਮੈਂ ਇੱਕ ਪਹਿਲਾਂ ਮੈਂ ਭੁੱਲ ਲਾਂਗਾ, ਮੈਂ ਇਹਨਾਂ ਸ਼ੁਕਰਾਨਾ ਕਰਦਾ ਵੀਰਾਂ ਦਾ, ਇਹ ਸਾਡੇ ਇੰਟਰਨੈਸ਼ਨਲ ਪ੍ਰਮੋਟਰ ਬਿੱਟੂ ਜੀ ਪੁਲਸ ਲਿਖਤ ਵਾਲੇ ਸੁਖਰਿੰਦਰਪਾਲ ਸਿੰਘ ਬਿੱਟੂ ਠੇਕੇਦਾਰ ਅਸੀਂ ਪਿਆਰ ਨਾਲ ਕਹਿੰਦੇ ਨੂੰ, ਤੇ ਮਨਜਿੰਦਰ ਗਰੇਵਾਲ ਸਾਹਿਬ, ਜਗਦੀਪ ਰਾਏ, ਤੇ ਇੱਥੇ ਲੋਕਲ ਥਾਂਦੀ ਟਰਾਂਸਪੋਰਟ ਵਾਲੇ ਜੁਪੀਟਰ ਟੈਕਸੀ ਵਾਲੇ ਕੇ ਵੀ ਐਂਟਰਟੇਨ ਵਾਲੇ ਖਹਿਰਾ ਸਾਹਿਬ, ਤੇ ਜਿਹੜਾ ਸਪੈਸ਼ਲ 4 ਦਿਨ ਤੋਂ ਛੋਟਾ ਵੀਰ ਮੇਰੇ ਕੋਲ ਬੈਠਾ, ਜਿਹਦੇ ਫੋਨ ਤੇ ਮੈਂ ਗੱਲ ਕਰ ਰਿਹਾ, ਸ਼ਮਸ਼ੇਰ ਕੱਦੋ ਪਿੰਡ ਵਾਲਾ ਛੋਟਾ ਵੀਰ, ਇਹ ਮੈਨੂੰ ਰੋਜ਼ ਸੁੱਤੇ ਪੈਣ ਇਹੀ ਖਾ ਲਾ ਭਾਜੀ, ਕਹਿੰਦਾ ਉੱਠ ਕੇ ਅੱਖਾਂ ਖੋਲੋ ਤੇ ਚਾਹ ਲੈ ਕੇ ਆਇਆ ਸਾਡੇ ਸਾਰੀ ਗੜ ਦੀ, ਤੇ ਹੁਣ ਵੀ ਚਾਹ ਲੈ ਕੇ ਆਇਆ, ਚਾਹ ਪੀਂਦੇ ਨਾਲ ਗੱਲਾਂ ਕਰਦੇ ਆ ਤਾਂ ਮਾੜੀ ਅੱਖਾਂ ਖੁੱਲੀਆਂ ਜੀ, ਮਾੜੀ ਸੁਸਤੀ, ਤੇ ਹਾਲੇ ਵੀ ਬੜਾ ਸਵੇਰੇ ਸਵੇਰੇ ਨਾ ਗਲਾ ਭਾਰਾ ਜਿਹਾ ਹੁੰਦਾ, ਗਾਉਣਾ ਮੁਸ਼ਕਿਲ ਆ, ਪਰ ਮੈਂ ਇੱਕ ਇੱਕ ਲੈਣ ਸੁਣਾਉਂਦਾ ਇਹਨਾਂ ਵੀਰਾਂ ਹੁਕਮ ਤੇ, ਬਾਕੀ ਜੀ ਸਟੇਜ ਤੇ ਸਾਰੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ ਇਹਨਾਂ ਦੀਆਂ, ਤਾਂ ਮੈਂ ਦੋ ਬੋਲ ਸੁਣਾਉਂਦਾ ਦੋਨਾਂ ਗਾਣੇ ਦੇ। ਉਹ ਜਿਹਦੇ ਨਾਲ ਮੁਹੱਬਤ ਜਿੰਨੀ ਉਹ ਓਨਾ ਹੀ ਚੇਤੇ ਆਵੇ, ਇੱਕ ਸੋਹਣੀ ਸੂਰਤ ਵਾਲੀ ਸਾਨੂੰ ਛੱਡ ਕੇ ਹੋ ਗਈ ਰਾਹੀ, ਦਿਲ ਮੇਰਾ ਕਿੰਨਾ ਕਮਲਾ ਹਾਲੇ ਵੀ ਆਖੀ ਜਾਂਦਾ, ਇੱਕ ਵਾਰ ਹੈ ਉੱਥੇ ਜਾਣਾ ਉਹ ਜਿਹੜੇ ਮੁਲਕ ਵਿਆਹੀ, ਇੱਕ ਵਾਰ ਹੈ ਉੱਥੇ ਜਾਣਾ ਉਹ ਜਿਹੜੇ ਮੁਲਕ ਵਿਆਹੀ,
ਨਹੀਂ ਤੂੰ ਤਾਂ ਹੁਣ ਕੀ ਮੁੜਨਾ, ਤੂੰ ਤਾਂ ਹੁਣ ਕੀ ਮੁੜਨਾ, ਤੂੰ ਤਾਂ ਹੁਣ ਕੀ ਮੁੜਨਾ, ਜਿਹੜੀ ਲੰਘ ਗਈ ਘੜੀ ਕਦ ਮੁੜਦੀ, ਮਿੱਤਰਾਂ ਦੀ ਆਵਾਜ਼ ਗੋਰੀਏ, ਮਿੱਤਰਾਂ ਦੀ ਆਵਾਜ਼ ਗੋਰੀਏ, ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ, ਤੂੰ ਤਾਂ ਹੁਣ ਕੀ ਮੁੜਨਾ। ਬਹੁਤ ਖੂਬਸੂਰਤ ਜੀ, ਬਹੁਤ ਖੂਬਸੂਰਤ, ਬਹੁਤ ਮਿਹਰਬਾਨੀ। ਤੇ ਇੱਧਰ ਸਾਡੇ ਕੋਲ USA ਤੋਂ ਅਮਨਪ੍ਰੀਤ ਸਿੰਘ ਢੀਂਡਸਾ ਸਾਡੇ ਚੈਨਲ ਦੇ ਡਾਇਰੈਕਟਰ ਨੇ ਜੀ, ਵੀਡੀਓ ਚੈਨਲ ਦੇ, ਜਿਨ੍ਹਾਂ ਦੇ ਥਰੂ ਅਸੀਂ ਤੁਹਾਡੀ ਪਿਛਲੇ ਸਾਲ ਇੰਟਰਵਿਊ ਵੀ ਕੀਤੀ। ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਜੀ ਮੈਂ ਸਾਰਿਆਂ ਤੋਂ ਵੱਡਾ ਫੈਨ ਆ ਇੱਥੇ। ਹੁਣ ਨਾ ਮੇਰੇ ਕੋਲ ਬਹੁਤ ਸਾਰੇ ਮਿੱਤਰਾਂ ਦਾ ਇੱਕ ਆਤਮਿਕ ਕੰਪੀਟੀਸ਼ਨ ਚੱਲ ਪਿਆ ਜੀ, ਉਹ ਕਹਿੰਦਾ ਜੀ ਮੈਂ ਵੱਡਾ ਫੈਨ ਆ, ਮੈਂ ਵੱਡਾ ਫੈਨ ਆ। ਫਿਰ ਮੈਨੂੰ ਇਹ ਲੱਗਿਆ ਵੀ ਆਪਾਂ ਤੁਹਾਡੇ ਐਡੀਲੇਡ ਸ਼ੋਅ ਦੇ ਵਿੱਚ ਇੱਕ ਕੰਪੀਟੀਸ਼ਨ ਨਾ ਕਰਾ ਦਈਏ ਵੀ ਕਿਹੜਾ ਸਭ ਤੋਂ ਵੱਡਾ ਫੈਨ ਆ। ਜੀ ਜੀ ਜੀ, ਮੈਨੂੰ ਲੱਗਿਆ। ਤੇ ਇੱਕ ਮੈਨੂੰ ਹੋਰ ਮੈਸੇਜ ਆਇਆ, ਕਹਿੰਦੇ ਜੀ ਦੇਵੀ ਜੀ ਨੂੰ ਪੁੱਛੋ ਜੀ, ਉਹਨਾਂ ਨੇ ਇੱਕ ਸੌਂਗ ਸੁਣਾਇਆ ਸੀ, ਮੈਨੂੰ ਲੱਗਦਾ ਬ੍ਰਿਸਬੇਨ ਸੁਣਾਇਆ ਹੋਣਾ, ਜਿਸ ਬਾਰੇ ਕਿਹਾ ਸੀ ਕਿ 2 ਸਾਲ ਪਹਿਲਾਂ ਰਿਕਾਰਡ ਕੀਤਾ ਸੀ ਬਟ ਕਦੇ ਕਿਸੇ ਨੇ ਸੁਣਨ ਨੂੰ ਨਹੀਂ ਕਿਹਾ। ਕਿਹੜੇ ਸੌਂਗ ਦੀ ਗੱਲ ਸੀ? ਉਹ ਕਈ ਵਾਰ ਨਾ ਜਿੱਦਾਂ ਕਹਿੰਦੇ ਵੀ ਜਿਹੜਾ ਸ਼ਿਕਵਾ ਗਿਲਾ ਹੁੰਦਾ ਆਪਣੇ ਨਾਲ ਕੀਤਾ ਜਾਂਦਾ ਮੇਰੇ ਤੋਂ, ਹੈ ਨਾ, ਆਪਾਂ ਜੇ ਗੁੱਸਾ ਰੋਸਾ ਹੋਵੇ ਤੀਸਰੇ ਬੰਦੇ ਤੋਂ ਹੋਣਾ ਨੀ, ਜਿਹਨੂੰ ਆਪਾਂ ਜਾਣਦੇ ਨੇ ਉਹਨਾਂ ਕਾਹਦਾ ਰੋਸਾ, ਹੈ ਨਾ, ਜਿਹਦੇ ਨਾਲ ਪਿਆਰ ਹੁੰਦਾ ਮੁਹੱਬਤ ਹੁੰਦੀ ਆ, ਉਹਨਾਂ ਆਪਾਂ ਲੜ ਵੀ ਸਕਦੇ ਹਾਂ, ਕਦੇ ਬੋਲ ਵੀ ਸਕਦੇ ਹਾਂ, ਕਦੇ ਗੁੱਸੇ ਹੋ ਸਕਦੇ ਹਾਂ, ਕਦੇ ਫਿਰ ਹੱਸ ਸਕਦੇ ਹਾਂ ਜੀ। ਤਾਂ ਉਹ ਗਾਣਾ ਵਾਕਈ ਇੱਕ ਸਿੰਗਲ ਟਰੈਕ ਮੈਂ ਪ੍ਰਿੰਸ ਘੁੰਮਣ ਨੇ ਮਿਊਜ਼ਿਕ ਕੀਤਾ ਸੀ, ਕਹਿ ਲਓ ਸ਼ਾਇਦ ਇੱਕ ਗਾਣਾ ਸੀਗਾ ਮੇਰਾ, ਤਾਂ ਉਹ ਮੈਨੂੰ ਬੜਾ ਮੰਨਦੇ ਨੇੜੇ, ਮੈਂ ਕਿਹਾ ਯਾਰ ਲੋਕ ਫਰਮਾਇਸ਼ ਲੋਕੀ ਕਰਦੇ ਨੇ, ਮੈਂ ਗਾਵਾਂ ਕਿਉਂ। ਔਰ ਏਦਾਂ ਹੀ ਮਿੰਟੂ ਸਾਹਿਬ ਇੱਕ ਤੁਹਾਨੂੰ ਗੱਲ ਦੱਸਾਂ, ਤੁਹਾਡੇ ਸ਼ਹਿਰ ਨੂੰ ਸ਼ਰਫ ਹਾਸਲ ਹੈ, ਮੈਨੂੰ ਯਾਦ ਹੈ 2010 ਜਦੋਂ ਪਹਿਲੀ ਵਾਰ ਹੈ ਨਾ, ਪਹਿਲੇ ਸ਼ੋਅ ਐਡੀਲੇਡ ਸੀਗਾ, ਤਾਂ ਇੱਕ ਗਾਣਾ ਮੁੱਕਿਆ, ਹਸਬੈਂਡ ਵਾਈਫ ਮੈਨੂੰ ਯਾਦ ਹੈ 4th row 'ਚ ਬੈਠੇ ਸੀਗੇ ਕਪਲ, ਉਹਨੇ ਇੱਕਦਮ ਉੱਠ ਕੇ ਕਿਹਾ, ਕਹਿੰਦੇ ਯਾਰ ਅਸੀਂ ਪਾਤ ਤੇਰੇ ਇਸ ਗਾਣੇ ਕਰਕੇ ਆਏ ਹਾਂ, ਕਿਸ ਹਾਲ 'ਚ ਰਹਿੰਦਾ ਹਾਂ, ਅਸੀਂ ਇਹ ਸੁਣਨਾ, ਇਹ ਸੁਣਾ ਸਾਨੂੰ। ਲਿਟਰਲੀ ਮੈਂ ਰੋਣ ਵਾਲਾ ਹੋ ਗਿਆ, ਮੈਂ ਕਿਹਾ ਯਾਰ ਮੈਨੂੰ ਇੰਨੇ ਸਾਲ ਹੋ ਗਏ, ਮੈਂ ਗੁੱਸੇ 'ਚ ਗਾਇਆ ਨੀ ਸੀ, ਮੈਂ ਕਿਹਾ ਯਾਰ ਜੇ ਏਡਾ ਵੱਡਾ ਗਾਣਾ ਮੇਰੇ ਮਨ ਦੇ ਨੇੜੇ, ਯਾਰ ਕਿਉਂ ਕਿਸੇ ਨੇ ਸੁਣਿਆ, ਇਹਦੀ ਕਿਉਂ ਨੀ ਫਰਮਾਇਸ਼ ਆਈ, ਮੈਂ ਸੱਚੀ ਇਮੋਸ਼ਨਲ ਹੋ ਗਿਆ, ਮੈਂ ਕਿਹਾ ਯਾਰ ਇਹਨਾਂ ਦੇ ਕਪਲ ਦੇ ਨਾਂ ਤੇ ਤਾੜੀ ਮਾਰ ਦਿਓ, ਹੈ ਨਾ ਜੀ। ਉਦੋਂ ਬਾਅਦ ਫਿਰ ਮੈਂ ਹੁਣ 5-6 ਸਾਲ ਹੋ ਗਿਆ, ਹਰ ਸਟੇਜ ਤੇ ਮੈਂ ਉਸ ਮਾਹੌਲ 'ਚ ਉਸ ਗਾਣੇ ਨੂੰ ਸੁਣਾਉਣਾ ਵੀ ਕਿਸ ਹਾਲ 'ਚ ਰਹਿੰਦਾ ਹਾਂ, ਤੈਨੂੰ ਕੁੱਝ ਵੀ ਪਤਾ ਨੀ, ਦਿਲ ਤੇ ਕੀ ਸਹਿੰਦਾ ਹਾਂ ਤੈਨੂੰ ਕੁੱਝ ਵੀ ਪਤਾ ਨੀ, ਹੈ ਨਾ ਜੀ। ਤੇ ਇਸ ਤਰ੍ਹਾਂ ਇਹ ਗਾਣਾ ਸੀਗਾ, ਮੈਂ ਉੱਥੇ ਬ੍ਰਿਸਬੇਨ ਬੜਾ ਆਡੀਅੰਸ ਨੇ ਆਨੰਦ ਮਾਣਿਆ, ਵੀ ਮੈਂ ਪਹਿਲਾਂ ਸ਼ਿਕਵਾ ਵੀ ਕੀਤਾ, ਮੈਂ ਕਿਹਾ ਮੈਨੂੰ ਗੁੱਸਾ ਆਇਆ ਸੀ ਤੁਹਾਡੇ ਤੇ, ਤੁਸੀਂ ਮੈਨੂੰ ਕਦੇ ਇਸ ਗਾਣੇ ਪਰਮਿਸ਼ਨ ਨਹੀਂ ਕੀਤੀ, ਪਰ ਜਦੋਂ ਗਾਇਆ ਤਾਂ ਸਾਰੇ ਬਾਅਦ ਮੈਂ ਕਹਿੰਦਾ ਯਾਰ ਤੂੰ ਆਪ ਹੀ ਸੁਣਾ ਦਿਆ ਕਰ, ਕਹਿੰਦੇ ਕਿ ਜ਼ਰੂਰੀ ਹੁੰਦਾ ਵੀ ਤੇਰਾ ਹਰ ਗਾਣਾ ਅਸੀਂ ਸੁਣਿਆ ਹੋਵੇ, ਤੇ ਜਿਹੜਾ ਤੈਨੂੰ ਭਾਈ ਚੰਗਾ ਲੱਗਾ ਤੂੰ ਸੁਣਾ ਦਿਆ ਕਰ, ਅਸੀਂ ਆਪ ਹੀ ਸਾਨੂੰ ਫਿਰ ਅਸੀਂ ਦੱਸ ਦਾਂਗੇ ਵੀ ਸਾਨੂੰ ਚੰਗਾ ਲੱਗਿਆ ਕਿ ਨਹੀਂ ਲੱਗਿਆ, ਹੈ ਨਾ। ਜੀ ਜੀ, ਉਹਦੇ ਬੋਲ ਮੈਂ ਬੈਠੇ ਏਦਾਂ ਹੀ ਮਿਊਜ਼ਿਕ ਸੁਣਾਉਂਦਾ। ਜੀ ਜੀ ਪਲੀਜ਼। ਹਾਂਜੀ, ਉਹਦੇ ਬੋਲ ਹੈਗਾ ਕਿ ਤੂੰ ਸਾਰਾ ਕੁਝ ਨਾ ਪੁੱਛਿਆ ਕਰ, ਇੰਨਾ ਕੁਝ ਦੱਸਣਾ ਔਖਾ ਏ, ਤੂੰ ਸਾਰਾ ਕੁਝ ਨਾ ਪੁੱਛਿਆ ਕਰ, ਇੰਨਾ ਕੁਝ ਦੱਸਣਾ ਔਖਾ ਏ, ਉੱਜੜਨਾ ਇੰਨਾ ਔਖਾ ਨਹੀਂ ਤਾਂ ਮੁੜ ਕੇ ਵਸਣਾ ਔਖਾ ਏ, ਕਹਿੰਦਾ ਤੈਥੋਂ ਕਿੰਨਾ ਕੁਝ ਲਕੂ ਲਈਦਾ, ਅਸੀਂ ਕਿੰਨੇ ਔਖੇ ਹੋ ਲਈਦਾ, ਤੇਰੇ ਨਾਲ ਹਮੇਸ਼ਾ ਹੱਸ ਲਈਏ, ਤੇਰੇ ਮਗਰੋਂ ਕੱਲੇ ਰੋ ਲਈਦਾ, ਤੂੰ ਸਾਰਾ ਕੁਝ ਨਾ ਪੁੱਛਿਆ ਕਰ, ਕਹਿੰਦਾ ਕੁਛ ਰਾਜ ਹੋਣਗੇ ਤੇਰੇ ਵੀ, ਕੁਛ ਰਾਜ ਹੋਣਗੇ ਤੇਰੇ ਵੀ, ਤੂੰ ਜਿਨ੍ਹਾਂ ਤੋਂ ਪਰਦੇ ਚੁੱਕੇ ਨਹੀਂ, ਦੱਸਣੇ ਨਾ ਹੋਣ ਮੁਨਾਸਿਬ ਜੋ ਅਸੀਂ ਝਿਜਕ ਕਿਸਿਆਂ ਨੇ ਪੁੱਛੇ, ਤੂੰ ਸਾਰਾ ਕੁਝ ਨਾ ਪੁੱਛਿਆ ਕਰ। ਇਹ ਚ ਮਿੰਟੂ ਜੀ ਇੱਕ ਸ਼ੇਰ ਸੁਣਾ ਅਗਲਾ, ਇਹ ਮੇਰੇ ਮਨ ਦੇ ਬਹੁਤ ਨੇੜੇ, ਮੈਂ ਕਹਿ ਸਕਦਾ ਇੱਦਾਂ ਦਾ ਸ਼ੇਰ ਜ਼ਿੰਦਗੀ ਚ 1-2 ਵਾਰੀ ਕਹੇ ਜਾਂਦੇ ਬੰਦੇ ਨੂੰ ਮੇਰੇ ਅੱਗੇ ਤੋਂ ਮਾੜਾ ਮੋਟਾ ਜਿਹਾ ਲਿਖਣ ਵਾਲਾ। ਉਹ ਸ਼ੇਰ ਇਹ ਆ ਕਿ ਕੀ ਕਹਿਣੇ ਮੇਰੇ ਲੇਖਾਂ ਦੇ, ਤੇਰੇ ਕੇਸਾਂ ਨਾਲੋਂ ਕਾਲੇ ਨੇ, ਕੀ ਕਹਿਣੇ ਮੇਰੇ ਲੇਖਾਂ ਦੇ, ਤੇਰੇ ਕੇਸਾਂ ਨਾਲੋਂ ਕਾਲੇ ਨੇ, ਉਹ ਦੁੱਖ ਆਪਣੇ ਤੈਨੂੰ ਕਿਉਂ ਦੇਵਾਂ, ਮੈਂ ਬੱਚਿਆਂ ਵਾਂਗੂ ਪਾਲੇ ਨੇ, ਤੂੰ ਸਾਰਾ ਕੁਝ ਨਾ ਪੁੱਛ। ਕਹਿੰਦਾ ਤੇਰੇ ਤੋਂ ਸੋਹਣੀ ਰੱਬ ਕਰੇ, ਤੇਰੇ ਤੋਂ ਸੋਹਣੀ ਰੱਬ ਕਰੇ ਤਸਵੀਰ ਨਾ ਵੇਖਾਂ ਮੈਂ ਕੋਈ, ਤੇਰੇ ਮੱਥੇ ਉੱਤੇ ਚਿੰਤਾ ਦੀ ਲਕੀਰ ਨਾ ਵੇਖਾਂ ਮੈਂ ਕੋਈ, ਤੂੰ ਸਾਰਾ ਕੁਝ ਨਾ ਪੁੱਛਿਆ ਗਾ। ਕਹਿੰਦਾ ਦਿਨ ਢਲਦਾ ਸਾਨੂੰ ਵੇਖਣ ਦੇ ਤੂੰ ਚੜ੍ਹਦਾ ਸੂਰਜ ਤੱਕਿਆ ਕਰ, ਰੋਣੇ ਨੂੰ ਅਸੀਂ ਬਥੇਰੇ ਹਾਂ, ਤੂੰ ਜਿਉਣ ਜੋਗੀ ਹੱਸਿਆ ਕਰ, ਤੂੰ ਸਾਰਾ ਕੁਝ ਨਾ ਪੁੱਛਿਆ ਗਾ। ਇਹਦਾ ਆਖਰੀ ਸ਼ੇਰ ਹੈ ਬਾਬਾ ਜੀ ਕਿ ਗੀਤਾਂ ਵਿੱਚ ਪੂਰਾ ਨਹੀਂ ਆਉਂਦਾ ਜੋ ਕੁਝ ਦੇਵੀ ਨੇ ਚਰਿਆ ਏ, ਦੁਨੀਆਂ ਦੀ ਨਜ਼ਰ 'ਚ ਜਿਉਂਦਾ ਏ, ਉਂਜ ਬੜੀ ਦੇਰ ਦਾ ਮਰਿਆ ਏ, ਤੂੰ ਸਾਰਾ ਕੁਝ ਨਾ ਪੁੱਛਿਆ ਕਰ, ਇੰਨਾ ਕੁਝ ਦੱਸਣਾ ਔਖਾ। ਇਹ ਸੀਗਾ ਗਾਣਾ ਜੀ। ਵਾਕਈ ਵਾਕਮਾਲਾ ਜੀ, ਇਹ ਜੇ ਸੁਣ ਕੇ ਤਾਂ ਰੂਹ ਨੂੰ ਸਕੂਨ ਵੀ ਮਿਲਦਾ, ਤੇ ਵਾਕਈ ਬੰਦੇ ਨੂੰ ਏਦਾਂ ਲੱਗਦਾ ਵੀ ਜਿਵੇਂ ਮੇਰੀ ਗੱਲ ਆ, ਮੇਰੇ ਚੇਤੇ ਆ ਗਏ ਜੀ ਮੇਰੇ ਉਸਤਾਦ ਸਨ ਜੀ ਬਾਈ ਗੁਰਮੇਲ ਸਰਾਂ, ਜਿਹੜੇ ਕਾਫੀ ਵੱਡੇ ਰੁਕੇ ਸੀ, 2-4 ਸਾਲ ਪਹਿਲਾਂ ਸਾਨੂੰ ਛੱਡ ਗਏ ਆ। ਤੇ ਮੈਂ ਉਹਨਾਂ ਦਾ ਇੱਕ ਨਾ ਛੋਟੀ ਜੀ, ਇੱਕ ਉਹਨਾਂ ਨੇ ਜਦੋਂ ਹਾਈਕੂ ਲਿਖਦੇ ਸੀ ਉਸ ਟਾਈਮ 'ਚ ਉਹਨਾਂ ਨੇ ਇੱਕ ਛੋਟੀ ਜਿਹੀ 2 ਲਾਈਨਾਂ ਲਿਖੀਆਂ ਸੀ, ਉਹ ਕਹਿੰਦੇ ਉਹਦੇ 'ਚ ਸੀ ਕਹਿੰਦੇ
ਰੋਣ ਦੀਆਂ ਬਹੁਤ ਸਾਰੀਆਂ ਵਿਧੀਆਂ ਦਾ ਅਵਿਸ਼ਕਾਰ ਕੀਤਾ ਮੈਂ ਤੇਰੇ ਜਾਣ ਮਗਰੋਂ। ਸੋ ਵਾਹ 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 ਕੀ ਬਾਤ ਹੈ ਕੀ ਬਾਤ ਹੈ। ਹਾਂਜੀ ਜੀ ਦੇਖੋ ਛੋਟੀ ਜੀ ਲਾਈਨ ਚ ਕਿੰਨੀ ਗੱਲ ਕਹਿ ਕੇ ਕਹਿੰਦੇ ਰੋਣ ਦੀਆਂ ਬਹੁਤ ਸਾਰੀਆਂ ਵਿਧੀਆਂ ਦਾ ਅਵਿਸ਼ਕਾਰ ਕੀਤਾ ਤੇਰੇ ਜਾਣ ਮਗਰੋਂ। ਕੈਸੀ ਕੈਸੀ ਹੋ ਗਿਆ ਸਲਾਮ ਹੈ ਸਲੂਟ ਹੈ ਨਾ ਲੋਕਾਂ ਜੀ 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 ਜੀ। ਸੋ ਦੇਵੀ ਬਾਈ ਬਹੁਤ ਸਾਰੇ ਸੁਨੇਹੇ ਆ ਰਹੇ ਆ, ਮੈਂ ਛੇਤੀ ਛੇਤੀ ਸੱਜਣਾ ਮਿੱਤਰਾਂ ਦੇ ਨਾਂ ਲਵਾਂਗਾ ਕਿਉਂਕਿ ਉਹ ਨਾਰਾਜ਼ ਹੋ ਜਾਣਗੇ। ਨਹੀਂ ਹਰਮੀਤ ਸਿੰਘ ਚੰਨਾ ਜੁੜਿਆ ਜੀ ਮੈਲਬਨ ਤੋਂ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਰਮਨਜੀਤ ਜੰਡੋਰੀਆ ਸਾਹਿਬ ਜੁੜੇ ਆ ਉਹਨਾਂ ਨੇ ਵੀ ਕਹਿੰਦੇ ਜੀ ਪਲੀਜ਼ ਪਲੇ ਸਾਈਕਲ ਬਾਏ ਦੇਵੀ ਬਾਈ ਜੀ। ਕੋਈ ਨੀ ਜੀ ਜ਼ਰੂਰ ਬਾਅਦ ਚ ਤੁਹਾਨੂੰ ਗਾਣਾ ਵੀ ਸੁਣਾਵਾਂਗੇ। ਸਤੀ ਸਿੰਘ ਕੋਫਸ ਹਾਰਬਰ ਬਲਗੂਲੀਆ ਤੋਂ ਜੁੜਿਆ ਜੀ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਐਂਡ ਦੇਵੀ ਭਾਜੀ ਮੇਰੇ ਨਾਨਕੇ ਪਿੰਡ ਆ ਜੀ ਮਹਿਲਪੁਰ। ਸੋ ਹੁਣ ਸਕੀਰੀਆਂ ਕੱਢਣ ਤੇ ਚੱਲ ਪਏ ਸਾਡੇ ਲਿਸਨਰ ਤੇ ਹਾਂਜੀ ਜਗਤਾਰ ਜੋਗਿੰਦਰ ਸਿੰਘ ਸੋਹੀ ਸਿਡਨੀ ਤੋਂ ਜੁੜਿਆ ਜੀ ਗੁੱਡ ਮਾਰਨਿੰਗ ਬਰਾਡਬਾਈ ਜੀ ਦੇਵੀ ਬਾਈ ਜੀ ਆਲ ਸਿਡਨੀ ਟੈਕਸੀ ਡਰਾਈਵਰ ਇੰਜੋਇੰਗ ਯੂਅਰ ਪ੍ਰੋਗਰਾਮ। ਸੋ ਬਿਲਕੁਲ ਜੀ ਤੇ ਤੁਸੀਂ ਕੱਲਾ ਇੰਜੋਏ ਨਾ ਕਰੋ ਅੱਜ ਜਿਹੜੇ ਮੇਰੀ ਸ਼ਰਾਬ ਵੀ ਜ਼ਰੂਰ ਜਾਇਓ। ਮੈਂ ਵੀ ਸਾਬਕਾ ਪੰਜ ਬਿਲਕੁਲ ਜੀ ਬਿਲਕੁਲ ਆਉਣਗੇ ਜੀ ਬਿਲਕੁਲ ਆਉਣਗੇ। ਤੇ ਸੁਪਿੰਦਰ ਪਾਲ ਜੁੜਿਆ ਸਤਿ ਸ੍ਰੀ ਅਕਾਲ ਜੀ ਕਹਿੰਦੇ ਹਰਮਨ ਰੇਡੀਓ ਐਂਡ ਦੇਵੀ ਭਾਜੀ ਮੇਰੇ ਪਿੰਡ ਰੂਪਾਵਾਲ ਹੈ ਦੇਵੀ ਭਾਜੀ ਇਜ਼ ਵਨ ਆਫ ਮਾਈ ਫੇਵਰੇਟ ਗੀਤਕਾਰ ਆ ਜੀ ਕਹਿੰਦੇ ਤੇ ਰਾਈਟਰ ਆ ਬਹੁਤ ਵਧੀਆ ਸ਼ਾਇਰੀ ਕਰਦੇ ਨੇ ਪਲੀਜ਼ ਭਾਜੀ ਬਹੁਤ ਵਧੀਆ ਸ਼ਾਇਰੀ ਕਰਦੇ ਨੇ ਭਾਜੀ ਸੁਪਿੰਦਰ ਸਿੰਪੀ ਸਿਡਨੀ ਤੋਂ ਆ ਜੀ। ਸੋ ਲੱਗਦਾ ਸਿੰਪੀ ਭਾਈ ਤੁਸੀਂ ਟਿਕਟ ਲੈ ਲਈ ਹੋਣੀ ਹੈ ਸ਼ੋਅ ਦੀ। ਸੋ ਅੱਗੇ ਅਮਨ ਢਿੱਲੋਂ ਟੌਂਸਵਿਲ ਤੋਂ ਜੁੜਿਆ ਜੀ ਸਾਡੇ ਨਾਲ ਗੁੱਡ ਮਾਰਨਿੰਗ ਬੁਲਾ ਰਹੇ ਆ ਤੇ ਸਤਿ ਸ੍ਰੀ ਅਕਾਲ ਕਹਿ ਰਹੇ ਜੀ। ਵੈਸੇ ਤਾਂ ਮੇਰੀ ਦੂਰ ਦੀ ਰਿਸ਼ਤੇ ਰਹੀ ਹੈ ਭਾਜੀ ਨੇ ਨਾਲ ਬਟ ਗੱਲ ਪਹਿਲੀ ਵਾਰ ਹਰਮਨ ਰੇਡੀਓ ਦੇ ਥਰੂ ਕਰ ਰਹੇ ਜੀ। ਦੇਖ ਲੋ ਜੀ ਤੁਹਾਡੇ ਰਿਸ਼ਤੇਦਾਰ ਹਰਮਨ ਰੇਡੀਓ ਦੇ ਜ਼ਰੀਏ ਜੁੜੇ ਹੋਣ ਰਾਤ ਨਾਲ। ਨਹੀਂ ਆਪਾਂ ਸਾਰੇ ਹੁਣ ਹਰਮਨ ਰੇਡੀਓ ਦੇ ਰਿਸ਼ਤੇਦਾਰ ਬਣ ਜਾਂਦੇ ਜੀ ਅੱਜ ਹਨਾ, ਕਿਉਂਕਿ ਇਹ ਇੱਕ ਜ਼ਰੀਆ ਜੀ 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 ਬਿਲਕੁਲ ਜੀ ਮੈਂ ਸਮਝਦਾ ਇੱਕ ਜਿਹੜੇ ਤੁਹਾਡੇ ਵਰਗੇ ਸੂਰਤਨ ਹੋਸਟ ਹੈ ਹਨਾ ਚੰਗਾ ਇੱਕ ਅਦਾਰੇ ਆ ਮੈਂ ਸਮਝਦਾ ਇਹ ਵੀ ਇੱਕ ਸਾਂਝਾ ਪਾਉਣ ਦੇ ਵਿੱਚ ਇੱਕ ਸਹਾਇਕ ਹੁੰਦੇ ਮੈਂ ਹਨਾ ਜੀ ਤੇ ਜਿੱਥੇ ਮਤਲਬ ਚਿਰਾਂ ਦੇ ਮਤਲਬ ਕਿਤੇ ਹੋਵੇ ਜਾਂ ਚਿਰਾਂ ਮੁਲਾਕਾਤ ਹੋ ਜਾਂਦੀ ਹੈ ਗੱਲਬਾਤ ਦੇ ਜ਼ਰੀਏ ਮੁਲਾਕਾਤ ਹੋ ਜਾਂਦੀ ਹੈ ਜੀ ਜੀ ਜੀ। ਗੁਰਿੰਦਰ ਸਿੰਘ ਬੈਂਸ ਜੁੜਿਆ ਜੀ ਮੈਲਬਨ ਤੋਂ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਐਂਡ ਦੇਵੀ ਭਾਜੀ ਅਸੀਂ ਵੀ ਹੁਸ਼ਿਆਰਪੁਰ ਦੇ ਗੜ੍ਹਦੀਵਾਲ ਏਰੀਆ ਤੋਂ ਆ ਦੇਵੀ ਵੀਰ ਪਹਿਲੇ ਸਿੰਗਰਾਂ ਵਿੱਚੋਂ ਹਨ ਜਿਨ੍ਹਾਂ ਦੇ ਈਗੋ ਨਹੀਂ ਹੈ ਤੇ ਬਟ ਹੁਣ ਦੇ ਸਿੰਗਰ ਤਾਂ ਪੂਰੇ ਹਵਾ ਚ ਰਹਿੰਦੇ ਨੇ। ਨਾਈਸ ਪ੍ਰੋਗਰਾਮ ਬਿਲਕੁਲ ਜੀ ਮੈਂ ਵੀ ਇਹਦੀ ਪ੍ਰੋੜਤਾ ਕਰਦਾ ਜੀ ਵੀ ਪਾਤਰ ਸਾਹਿਬ ਦੇ ਸਿਗਿਰਦ ਚ ਜੇ ਈਗੋ ਹੋਊਗੀ ਤਾਂ ਇਹ ਤਾਂ ਮੈਨੂੰ ਲੱਗਦਾ ਫਿਰ ਅੱਤ ਕਥਨੀ ਹੋ ਜੂਗੀ ਕਿ ਨਹੀਂ ਦੇਵੀ। ਮੈਂ ਤਾਂ ਜੀ ਉਹੀ ਗੱਲ ਜਿਹੜੀ ਸੁਣਾਈ ਆ ਤੁਸੀਂ ਏਅਰਪੋਰਟ ਤੇ ਮੈਂ ਸਜਦਾ ਕਰਦਾ ਗੁਰੂ ਜੀ ਨੂੰ ਵੈਸੇ ਹਰ ਸਾਹ ਨਾਲ ਸਜਦਾ ਕਰਦਾ ਉਹਨਾਂ ਨੂੰ ਤੇ ਕਹਿੰਦੇ ਰੱਬਾ ਕਹਿੰਦਾ ਮੈਨੂੰ ਇਦਾਂ ਦਾ ਬਣਾ ਦੇ ਜਿੱਦਾਂ ਦਾ ਮੇਰਾ ਪੁੱਤ ਕਹਿੰਦਾ ਕਿੱਡੀ ਬਾਜੀ ਵੱਡੀ ਗੱਲ ਹੈ ਓਏ ਹੋਏ ਖਤਮ ਯਾਰ ਖਤਮ ਜਿਹਨੂੰ ਪਰੇ ਕੀ ਹੋ ਸਕਦਾ ਹੈ ਨਾ ਬਹੁਤ ਵਧੀਆ ਜੀ। ਤੇ ਇਧਰ ਕਹਿੰਦੇ ਜੀ ਧਣੀ ਸਾਹਿਬ ਕਹਿੰਦੇ ਜੀ ਸਤਿ ਸ੍ਰੀ ਅਕਾਲ ਤੇ ਕਹਿੰਦੇ ਬਸ ਪ੍ਰੋਗਰਾਮ ਦਾ ਮਜ਼ਾ ਆ ਰਿਹਾ ਅਸੀਂ ਤਾਂ ਆਈ ਲਵ ਯੂ ਦੇਵੀ ਬਾਈ। ਸੋ ਬਹੁਤ ਪਿਆਰ ਕਰਦੇ ਆ ਜੀ ਤੁਹਾਨੂੰ। ਜਗਤਾਰ ਸਿੰਘ ਗਿੱਲ ਢੁੱਡੀਕਿਆਂ ਵਾਲੇ ਫੇਰ ਜੁੜੇ ਆ ਕਹਿੰਦੇ ਦੇਵੀ ਵੀਰ ਇੱਕ ਸਵਾਲ ਨੂੰ ਇੱਕ ਸਵਾਲ ਪੁੱਛਿਓ ਕਲਾਕਾਰ ਵਧੀਆ ਸਮਾਜ ਦੀ ਸਿਰਜਣਾ ਚ ਹਿੱਸਾ ਪਾਉਂਦੇ ਨੇ ਜੇ ਅੱਜ ਹਥਿਆਰ ਲਲਕਾਰਿਆਂ ਦੀ ਗਾਇਕੀ ਚੱਲ ਰਹੀ ਹੈ ਤਾਂ ਪੰਜਾਬ ਦੀ ਨੌਜਵਾਨੀ ਨੂੰ ਕੀ ਸੇਧ ਦੇ ਰਹੀ ਹੈ। ਸੋ ਬਿਲਕੁਲ ਇਸ ਸਵਾਲ ਤੇ ਆਪਾਂ ਚਰਚਾ ਕਰਦੇ ਹਾਂ ਪਰ ਮੈਂ ਪਹਿਲਾਂ ਥੋੜੇ ਜਿਹੇ ਨਾ ਛੇਤੀ ਛੇਤੀ ਬਹੁਤ ਸਾਰੇ ਮੈਸੇਜ ਆਏ ਉਹ ਲੈ ਲਾਂ। ਪ੍ਰਦੀਪ ਸਿੰਘ ਜੁੜਿਆ ਜੀ ਫ੍ਰੈਜ਼ਨੋ ਤੋਂ ਤੇ ਬੜੇ ਸਾਡੇ ਪਿਆਰੇ ਲਿਸਨਰ ਆ ਜੀ ਤੇ ਉਹ ਕਹਿੰਦੇ ਸਤਿ ਸ੍ਰੀ ਅਕਾਲ ਆ ਜੀ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਮੇਰੀ ਵੀ ਸਤਿ ਸ੍ਰੀ ਅਕਾਲ ਲਾਇਓ ਦੇਵੀ ਭਾਜੀ ਨੂੰ ਧੰਨ ਧੰਨ ਕਰਾਈ ਜਾਂਦੇ ਆ ਜੀ। ਸੋ ਬਹੁਤ ਮਿਹਰਬਾਨੀ ਪ੍ਰਦੀਪ ਬਾਈ। ਹਰਮੀਤ ਸਿੰਘ ਚੰਨਾ ਮੈਲਬਨ ਤੋਂ ਫੇਰ ਜੁੜੇ ਆ ਜੀ ਤੇ ਉਹਨਾਂ ਨੇ ਫੇਰ ਕਿਹਾ ਜੀ ਕਹਿੰਦੇ ਹੁਸ਼ਿਆਰਪੁਰ ਨਾਲ ਰਿਟਾਇਰ ਇੰਸਪੈਕਟਰ ਫਰੋਮ ਪੰਜਾਬ ਪੁਲਿਸ ਆ ਜੀ ਆਲਸੋ ਸਤਿ ਸ੍ਰੀ ਅਕਾਲ ਟੂ ਬਾਕੀ ਸਾਰੇ ਮਿੱਤਰਾਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਹ ਵੀ ਤੁਹਾਡੇ ਨਾਲ ਸਾਂਝ ਪਾਉਂਦੇ ਆ। ਜਸ ਜੁੜੇ ਆ ਜੀ ਕਹਿੰਦੇ ਮਿੰਟੂ ਭਾਜੀ ਮੇਰਾ ਪਿੰਡ ਵੀ ਨੈਕਸਟ ਵਿਲੇਜ ਆ ਜੀ ਦੇਵੀ ਭਾਜੀ ਤੋਂ ਵਿਲੇਜ ਤੋਂ ਪੰਡੋਰੀ ਗੰਗ ਸਿੰਘ ਪੰਡੋਰੀ ਗੰਗਾ ਮਿਹਰਬਾਨੀ ਜੀ ਨਾਨਕ ਨਾਨਕ ਬੇਕਰੀ ਡੈਂਡੀ ਨੌਂਗ ਤੋਂ ਜੀ ਜੀ ਨਾਨਕ ਬੇਰੀ ਬੇਕਰੀ ਡੈਂਡੀ ਨੌਂਗ ਤੋਂ ਜੁੜੇ ਆ ਜੀ ਮੈਲਬਨ ਤੋਂ। ਕਹਿੰਦੇ 17 ਸਾਲ ਪਹਿਲਾਂ ਲਾਈਵ ਸੁਣਿਆ ਸੀ ਜੀ ਤੇ ਹੁਣ ਕਹਿੰਦੇ ਮੈਲਬਨ ਸੁਣਨਾ ਦੁਬਾਰੇ ਤੇ ਇੰਤਜ਼ਾਰ ਕਰ ਰਹੇ ਆ ਨਾਨਕ ਬੇਕਰੀ ਤੋਂ ਬਾਈ ਸਾਡੇ ਲਾਡੀ ਬਾਈ ਜੀ ਹੋਰੇ ਤੇ ਉਹ ਕਹਿੰਦੇ ਜੀ ਮੈਲਬਨ ਨੂੰ ਇੰਤਜ਼ਾਰ ਹੋ ਰਿਹਾ 17 ਸਾਲਾਂ ਬਾਅਦ ਦੇਵੀ ਬਾਈ ਨੂੰ ਸੁਣਾਂਗੇ।
ਤੇ ਉਸ ਤੋਂ ਬਾਅਦ ਸਾਡੇ ਨਾਲ ਜੁੜਿਆ ਜੀ ਇੰਦਰ, ਤੇ ਇੰਦਰ ਹੋਰਾਂ ਨੇ ਕਿਹਾ ਜੀ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਹੈ, ਦੇਵੀ ਜੀ ਨੂੰ ਬ੍ਰੇਕਫਾਸਟ ਚ ਹੀ ਬਹੁਤ ਰੌਣਕਾਂ ਲਾ ਦਿੱਤੀਆਂ ਜੀ, ਬਹੁਤ ਸੋਹਣੀ ਗੁਫ਼ਤਗੂ ਚੱਲ ਰਹੀ ਹੈ ਜੀ। ਇੰਦਰ ਸਿੰਘ ਬੇਕਰਸਫੀਲਡ ਕੈਲੀਫੋਰਨੀਆ ਤੋਂ ਜੁੜੇ ਆ ਜੀ, ਤੇ ਹਰਪ੍ਰੀਤ ਸਿੰਘ ਜੁੜੇ ਆ ਜੀ, ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਡਾਰਬਨ ਤੋਂ ਜੁੜੇ ਜੀ। ਤੇ ਪ੍ਰੀਤ ਪਾਵਲਾ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ ਮਿੰਟੂ ਭਾਜੀ ਐਂਡ ਦੇਵੀ ਬ੍ਰਦਰ, ਕਹਿੰਦੇ ਸੌਂਗ ਕਿਹੜੀ ਐਲਬਮ ਚ ਸੀ ਤੇ ਸਾਰਾ ਕੁਝ ਨਾ ਪੁੱਛਿਓ, ਸੋ ਪਲੀਜ਼ ਇਹ ਵੀ ਦੱਸਿਓ ਦੇਵੀ ਬਾਈ, ਜਿਹੜਾ ਤੁਸੀਂ ਸਾਰਾ ਕੁਝ ਨਾ ਪੁੱਛਿਓ ਵਾਲਾ ਸੌਂਗ ਆ ਉਹ ਸਾਡੇ ਸੰਸਥੇ ਕਿੱਥੋਂ ਲੈ ਸਕਦੇ ਆ ਤੇ ਕਿਹੜੀ ਐਲਬਮ ਚ? ਉਹ ਨਾ ਮੈਂ ਏਦਾਂ ਕਰਦਾ, ਮੈਨੂੰ ਬਾਅਦ ਗੱਲਾਂ ਚੇਤਾ ਨਾ ਭੁੱਲ ਜਾਣਾ, ਜਿਹੜੇ ਪੰਜਾਬ ਚ ਤਿੰਨ ਚਾਰ ਮੁੰਡੇ ਯੰਗ ਮੁੰਡੇ ਜਿਹੜਾ ਮੇਰਾ ਅਫੀਸ਼ਲ ਪੇਜ ਚਲਾਉਂਦੇ ਆ ਨਾ ਜੀ, ਦੇਵੀ ਸਲੈਸ਼ ਅਫੀਸ਼ਲ ਆਪਣਾ ਫੇਸਬੁੱਕ ਵਾਲਾ ਅਫੀਸ਼ਲ ਪੇਜ ਹੈਗਾ ਨਾ, ਉਹ ਮੁੰਡਾ ਨਰਿੰਦਰ ਕਾਮਰਾ ਸਰ ਕੋਟਕਪੂਰੇ ਤੋਂ, ਤਾਂ ਇੱਕ ਗੁਰਪ੍ਰੀਤ ਗੋਪੀ ਆ ਅਮਨ ਸਹਿਜਲ ਅੰਮ੍ਰਿਤਸਰ ਤੋਂ, ਇੱਕ ਤਰਨ ਤਾਰਨ ਤੋਂ ਪੂਲਾ ਕੰਗ ਆ ਨਾ, ਚਾਰ ਕੁ ਮੁੰਡੇ ਮਿਹਨਤ ਕਰਦੇ ਬੜੀ। ਮੈਂ ਕਿਹਾ ਨਾ ਕਿ ਮੇਰੇ ਕਈ ਗਾਣੇ ਜਿਹੜੇ ਉਹਨੂੰ ਜੰਮਣ ਵੇਲੇ ਲਿਖੇ ਹੋਣੇ ਆ ਉਹ ਲੱਭ ਲੱਭ ਕੇ ਪੋਸਟਰ ਪਾਉਂਦੇ ਰਹਿੰਦੇ ਆ, ਤਾਂ ਉਹ ਇੱਦਾਂ ਦਾਵਾ ਕਰਦੇ ਯਾਰ ਕੋਈ ਵੀ ਦੇਵੀ ਭਾਈ ਜਿਹੜਾ ਫੈਨ ਆ ਜਿਹਨੂੰ ਦੇਵੀ ਭਾਈ ਦਾ ਲਿਖਿਆ ਜਾਂ ਗਾਇਆ ਕੋਈ ਵੀ ਗਾਣਾ ਨਹੀਂ ਲੱਭਦਾ, ਅਸੀਂ ਕਹਿੰਦੇ ਇੱਕ ਚੈਲੰਜ ਨੀ ਬੰਦੇ ਕਰਨ ਦੇ, ਕਰਾ ਮਾਤੀ ਤਵੀਤ ਪਰ ਦੇ ਕੇ ਪੁਰਾਣਾ ਮਰੀਜ਼ ਠੀਕ ਕਰਨਾ, ਉਹ ਇੱਦਾਂ ਚੈਲੰਜ ਕਰ ਦਿੰਦੇ ਆ, ਕਹਿੰਦੇ ਅਸੀਂ ਕਿਤੇ ਵੀ ਲੱਭ ਕੇ ਲਈਏ ਅਸੀਂ ਦੇਵੀ ਭਾਈ ਦਾ ਗਾਣਾ ਲਿਖਿਆ ਜਾਂ ਗਾਇਆ ਲੱਭ ਕੇ ਭੇਜਾਂਗੇ। ਤੋ ਪਲੀਜ਼ ਮੈਂ ਫੋਨ ਨੰਬਰ ਮੈਂ ਤੁਹਾਨੂੰ ਦੱਸਦਾ, ਉਹਦਾ ਹੈਗਾ ਤੁਸੀਂ ਏਅਰ ਤੇ ਬੋਲ ਦਿਓ, ਨਰਿੰਦਰ ਕਾਮਰਾ ਜਿਹੜਾ ਕੋਟਕਪੂਰੇ ਵਾਲਾ ਮੁੰਡਾ ਆਪਣਾ ਪੇਜ ਚਲਾਉਂਦਾ, ਉਹਦਾ ਹੈਗਾ 9478 0721। ਮੈਂ ਰਿਪੀਟ ਕਰਦਾ ਕਿ 9478 0721। ਹਾਂਜੀ ਨਰਿੰਦਰ ਕਾਮਰਾ, ਤੇ ਉਹਨਾਂ ਨੂੰ ਦੱਸ ਦਿਓ ਕਿ ਮੈਂ ਉਹਨੂੰ ਫੋਨ ਵੀ ਮਿਲ ਰੋਜ਼ ਸ਼ਾਮ ਨੂੰ ਗੱਲ ਕਰਕੇ ਦੱਸ ਦੂੰਗਾ ਵੀ ਜਿਹੜਾ ਵੀ ਗਾਣਾ ਨਾ ਉਹਨੇ ਕਿਹਨਾਂ ਕਿਤੋਂ ਪੈਦਾ ਕਰ ਦੇਣਾ, ਉਹਨੇ ਸਾਈਟ ਤੋਂ ਲੱਭ ਲੈਣਾ, ਕਿਉਂਕਿ ਮਲਟੀ ਤੇ ਪਾਈ ਸੀ 2 ਸਾਲ ਪਹਿਲਾਂ ਤੇ ਪ੍ਰਿੰਸ ਵੀਰ ਨੇ ਮਿਊਜ਼ਿਕ ਕੀਤਾ ਸੀ, ਇੱਕ ਇੱਕ ਗਾਣਾ ਸੀਗਾ 6-7 ਕਲਾਕਾਰਾਂ ਦਾ, ਤਾਂ ਉਹਦਾ ਵੀਡੀਓ ਵਗੈਰਾ ਨੀ ਸੀ, ਇਸ ਕਰਕੇ ਕਈ ਵਾਰ ਵੀਡੀਓ ਤੇ ਛੇਤੀ ਲੱਭ ਪੈਂਦਾ, ਤੇ ਉਹ ਫੋਨ ਕਰਨ ਤੇ ਉਹ 100% ਗਰੰਟੀ ਉਹ ਲੱਭ ਕੇ ਇਹਨਾਂ ਨੂੰ ਇੱਕ ਦਿਨ ਚ ਭੇਜ ਦੇਣਗੇ ਕਿਤੇ ਨਾ ਕਿਤੇ ਪੈਦਾ ਕਰਕੇ, ਤੇ ਜ਼ਰੂਰ ਨਹੀਂ ਤਾਂ ਮੈਂ ਪ੍ਰਿੰਸ ਨੂੰ ਕਹਿ ਕਿੱਥੇ ਮੰਗਵਾ ਦੇਣਾ, ਸ਼ੇਰ ਕਦੋਂ ਵੀਰ ਜਾਂ ਇਹ ਤੁਹਾਨੂੰ ਦੇ ਦੇਣਗੇ ਹਨਾ ਜੀ। ਜੀ ਬਿਲਕੁਲ, ਅਸੀਂ ਹਰ ਫੋਨ ਨੰਬਰ ਕਰਾਂਗੇ ਸਾਰਿਆਂ ਨਾਲ, 9478 0721 ਨਰਿੰਦਰ ਕਾਮਰਾ ਮੁੰਡਾ ਜਿਹੜਾ ਪੇਜ ਚਲਾਉਂਦਾ ਉਹਦਾ ਨੰਬਰ, ਉਹਨੇ ਆਪੇ ਅਰੇਂਜ ਕਰ ਦੇਣਾ ਗਾਣਾ ਕਿਤੇ ਨਾ ਕਿਤੇ। ਜੀ 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 ਜ਼ਰੂਰ ਕਰਾਂਗੇ ਜੀ। ਸੋ ਅੱਗੇ ਸਾਡੇ ਨਾਲ ਦਿਲਜੀਤ ਸਿੰਘ ਮਹਿਤਾ ਚੌਕ ਅੰਮ੍ਰਿਤਸਰ ਤੋਂ ਵੱਡੇ ਤੜਕੇ ਉੱਠ ਕੇ ਜੁੜਿਆ, ਕਹਿੰਦੇ ਬਹੁਤ ਹੀ ਵਧੀਆ ਇੰਟਰਵਿਊ ਚੱਲ ਰਹੀ ਹੈ ਜੀ, ਮਜ਼ਾ ਆ ਰਿਹਾ ਤੜਕੇ ਵੱਡੇ ਤੜਕੇ ਸੁਣ ਕੇ। ਸੁਖਦੀਪ ਸਿੰਘ ਰਿਆੜ ਕੋਬਰਮ ਤੋਂ ਜੁੜੇ ਆ ਤੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਤੇ ਬਹੁਤ ਕੰਮ ਕਰ ਰਹੇ ਨਾਲ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਆ। ਅੰਮ੍ਰਿਤ ਗੁਰਾਇਆ ਸਿਡਨੀ ਤੋਂ ਜੁੜੇ ਆ ਜੀ, ਤੇ ਉਹਨਾਂ ਕਿਹਾ ਜੀ ਉਹਨਾਂ ਦਿਨਾਂ ਵਿੱਚ ਦੱਸਦੀ ਮੈਨੂੰ ਚਾਹੁੰਦੀ ਸੀ ਕਿ ਨਹੀਂ ਸੁਣਾ ਦਿਓ ਲਾਈਵ ਹੋਣੇ। ਹਾਂਜੀ ਗੁੱਡ ਜੋਬ। ਇੱਧਰ ਸਾਡੇ ਮਨਪ੍ਰੀਤ ਬਾਈ ਨੇ ਹੋਰਾਂ ਨੇ ਢੀਂਡਸਾ ਹੋਰਾਂ ਨੇ ਕਿਹਾ ਜੀ ਕਹਿੰਦੇ ਜਾਂਦੇ ਜਾਂਦੇ ਬਾਈ ਤੋਂ ਇਹ ਜ਼ਰੂਰ ਦੋ ਲੈਣਾ ਸੁਣਿਓ ਕਿਸ ਹਾਲ ਚ ਰਹਿੰਦੇ ਆ ਜੀ, ਜ਼ਰੂਰ ਸੁਣਾਇਓ। ਸੋ ਬਾਈ ਜੀ ਮੈਂ ਤੁਹਾਨੂੰ ਦੱਸਦਾ ਵੀ ਆਪਣੇ ਕੋਲੇ ਮਿੰਟ ਰਹਿ ਗਏ 8-10, ਤੇ 8-10 ਮਿੰਟਾਂ ਦੇ ਵਿੱਚ ਇੱਕ ਤਾਂ ਤੁਹਾਡੇ ਤੋਂ ਲੈਣਾ ਸੀ ਸੁਨੇਹਾ ਸਾਡੇ ਸਰੋਤਿਆਂ ਲਈ, ਤੇ ਦੂਜੇ ਅਸੀਂ ਆਹ 2 ਕੁ ਗਾਣਿਆਂ ਦੇ ਥੋੜੇ ਥੋੜੇ ਬੋਲ ਸੁਣਨੇ ਆ, ਉਹ ਹੁਣ ਤੁਸੀਂ ਆਪੇ ਮੈਨੇਜ ਕਰੋ, ਮੈਂ ਟਾਈਮ ਨਹੀਂ ਖਰਾਬ ਕਰਦਾ ਬੋਲ ਕੇ, ਹੁਣ ਤੁਹਾਨੂੰ ਹੀ ਸੁਣਨਾ। ਲਓ ਜੀ ਮੈਂ ਇੱਧਰ ਸਾਈਕਲ ਵਾਲਾ ਗੀਤ ਪਹਿਲਾਂ ਸੁਣਾ ਦਿੰਦਾ ਵੀਰ ਨੂੰ, ਔਰ ਮੈਨੂੰ ਇਸ ਗੱਲ ਦੀ ਮਿੰਟੂ ਖੁਸ਼ੀ ਹੋ ਰਹੀ ਕਿਉਂਕਿ ਹੁਣ ਅਸੀਂ ਤਾਂ ਦੂਰੋਂ ਆਏ ਨਾ, ਸਾਨੂੰ ਸਿਰਫ 4-5 ਸ਼ਹਿਰਾਂ ਦਾ ਪਤਾ, ਸਿਡਨੀ ਮੈਲਬਰਨ ਚ ਵੱਡੇ ਜਿੱਥੇ ਹਨਾ ਆਪਾਂ ਜਾਂਦੇ ਹਾਂ ਆਸਟਰ ਪ੍ਰੋਗਰਾਮ ਕਰਦੇ ਹਾਂ, ਪਰ ਕਮਾਲ ਦੀ ਗੱਲ ਹੈ ਕਿ ਮਾਲਕਾਂ ਦੀ ਕਿਰਪਾ ਨਾਲ ਪੰਜਾਬੀ ਬਹੁਤ ਛੋਟੇ ਛੋਟੇ ਸ਼ਹਿਰ ਪਿੰਡਾਂ ਵਰਗੇ ਕਹਿ ਸਕਦੇ ਹੋ ਮੇਰੇ ਖਿਆਲ ਤੁਸੀਂ ਨਾਂ ਲੈ ਰਹੇ ਹੋ ਜਿੱਥੇ ਆਪਣੇ ਪੰਜਾਬੀ ਰਹਿ ਰਹੇ ਹਨ, ਔਰ ਉਹ ਕਮਾਲ ਦੀ ਗੱਲ ਹੈ ਆਪਣੇ ਕੰਮਾਂ ਕਾਰਾਂ ਦੇ ਰੋਜ਼ੀ ਰੋਟੀ ਦੇ ਕਮਾਉਣ ਦੇ ਨਾਲ ਨਾਲ ਆਪਣੀਆਂ ਇਹ ਗਤੀਵਿਧੀਆਂ ਹਨਾ ਜਿਹੜੀਆਂ ਸੱਭਿਆਚਾਰਕ ਹੈਗੀਆਂ ਸਪੋਰਟਸ ਇਵੈਂਟ ਉਹਨਾਂ ਨਾਲ ਜੁੜੇ ਹੋਏ ਆ, ਔਰ ਅਕਸਰ ਵੱਡੇ ਸ਼ਹਿਰਾਂ ਚ ਆਉਂਦੇ ਆ, ਪ੍ਰੋਗਰਾਮ ਦੇਖਦੇ ਆ, ਜਾਜਕਾਂ ਨੂੰ ਮਿਲਦੇ ਆ, ਸਪੋਰਟਸਮੈਨਾਂ ਨੂੰ ਮਿਲਦੇ ਹਨਾ ਜੀ, ਇਹ ਸਾਹਿਤਕਾਰਾਂ ਨੂੰ ਮਿਲਦੇ ਆ, ਇਹ ਮੈਂ ਸਮਝਦਾ ਜੀ ਸਾਰੇ ਵੀਰ ਇਹ ਵਧਾਈ ਦੇ ਹੱਕਦਾਰ ਹੈ, ਮੈਂ ਦਿਲੋਂ ਸਲੂਟ ਕਰ ਦੇਣਾ ਸਾਰਿਆਂ ਨੂੰ ਜੀ ਜੀ, ਤੇ ਖੁਸ਼ੀ ਆ ਵੀ ਛੋਟੇ ਛੋਟੇ ਜਗ੍ਹਾ ਤੇ ਵੀ ਆਪਣੇ ਪੰਜਾਬੀ ਬੈਠੇ ਆ ਵੱਡੇ ਸ਼ਹਿਰਾਂ ਦੇ ਨਾਲ ਨਾਲ ਛੋਟੀਆਂ ਥਾਵਾਂ ਤੇ। ਬਿਲਕੁਲ ਜੀ ਬਿਲਕੁਲ। ਤੇ ਉਹ ਮੈਂ ਫਿਰ ਸਾਈਕਲ ਵਾਲੇ ਦੇ ਮੈਂ ਫਿਰ ਸਾਈ ਸੁਣਾਉਣਾ ਦੁੱਖ ਬੋਲੋ ਨਾ ਜੀ ਜੀ ਜੀ। ਕੀ ਹਾਲ ਹੈ ਤੇਰਾ ਮੁੱਦਤ ਪਿੱਛੋਂ ਟੱਕਰੀ, ਮੈਂ ਵੀ ਬਦਲਿਆ ਹੋਵਾਂਗਾ ਤੇ ਤੂੰ ਵੀ ਵੱਖਰੀ, ਦੂਰੋਂ ਦੂਰੋਂ ਤੱਕ ਦਾ ਰਿਹਾ ਬੁਲਾ ਵੀ ਨਹੀਂ ਸਕਿਆ, ਮੈਂ ਕੰਮ ਦਿਲ ਜਿਹਾ ਤੇਰੇ ਨੇੜੇ ਆ ਵੀ ਨਹੀਂ ਸਕਿਆ, ਲਿਖ ਕੇ ਤੇਰਾ ਨਾਮ ਮੈਂ ਸਜਦੇ ਕਰਦਾ ਰਹਿੰਦਾ ਸਾਂ, ਤੂੰ ਮੇਰਾ ਨਾਂ ਲਿਖ ਕੇ ਕਦੇ ਮਿਟਾਉਂਦੀ ਸੀ ਕਿ ਨਹੀਂ,
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ ਉਹਨਾਂ ਦਿਨਾਂ ਵਿੱਚ ਦੱਸ ਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਵਾਹ ਰੂਹ ਖੁਸ਼ ਹੋ ਗਈ ਜੀ ਜੀ ਸੋ ਲੱਗਦੇ ਹੱਥ ਹੁਣ ਦੂਜਾ ਵੀ ਵੈਸੇ ਅਸੀਂ ਅਸੀਂ ਤਕਰੀਬਨ ਗਵਾਚ ਗਏ ਸੀ ਤੇ ਲੱਗਦੇ ਹੱਥ ਤੁਸੀਂ ਦੂਜਾ ਵੀ ਕਿਸ ਹਾਲ ਚ ਰਹਿੰਦੇ ਹੋ ਹਾਂ ਕਿਸ ਹਾਲ ਚ ਰਹਿੰਦਾ ਇਹਦੇ ਵੀ ਮੇਰੇ ਮਨ ਚ ਤੋਂ ਮਲਾਲ ਉੱਠਿਆ ਸੀ ਤੇ 2010 ਵਿੱਚ ਮੈਂ ਐਡਲੇਡ ਸਟੇਜ ਤੇ ਕਿਹਾ ਸੀ ਮੈਂ ਯਾਰ ਮੈਂ ਬਹੁਤ ਅੰਦਰੋਂ ਦੁਖੀ ਸੀਗਾ ਤੇ ਮੇਰੇ ਮੇਰੇ ਹਿਸਾਬ ਨਾਲ ਬਹੁਤ ਵੱਡਾ ਟਿਕਾਣਾ ਸੀ ਇਹਨੂੰ ਯਾਰ ਕਿਸੇ ਨੇ ਫਰਮਾਇਸ਼ ਨੀ ਕੀਤੀ ਤਾਂ ਉਦੋਂ ਬਾਅਦ ਟੱਚ ਬੋਰਡ ਮੈਨੂੰ ਕਈ ਵਾਰ ਮੈਨੂੰ ਬਾਅਦ ਇੱਦਾਂ ਹੋਇਆ ਮੈਨੂੰ ਯਾਦ ਹੈ ਮੈਂ ਰਾਤ ਨੂੰ ਲੁਧਿਆਣੇ ਤੋਂ ਅੱਗੇ ਕਿਤੇ ਟੂਰਨਾਮੈਂਟ ਦਾ ਪ੍ਰੋਗਰਾਮ ਸੀ ਨਵੇਂ ਸਾਲ ਤੇ ਪੂਰੀ ਠੰਡ ਵਿੱਚ ਤਾਂ ਗਾਈ ਜਨ ਐਂਡ ਤੇ ਜਦੋਂ ਮੈਂ ਚਲੋ ਬੋਲੀਆਂ ਪਾਉਣੇ ਜਿਹਾ ਨਾ ਮਾਹੌਲ ਤਾਂ ਦੋ ਮੁੰਡੇ ਆਏ ਇਹਦੇ ਲਾਗੇ ਬੈਠੇ ਸੀ ਉਹਦੀ ਲੋਈ ਦੀਆਂ ਬੁੱਕਰਾਂ ਮਾਰੀਆਂ ਕਿੰਨੀ ਠੰਡ ਕਹਿੰਦਾ ਯਾਰ ਅਸੀਂ ਮੈਂ 70 ਮੀਲ ਤੇ ਪਿੰਡ ਦਾ ਨਾਂ ਲਿਆ ਉੱਥੋਂ ਕਹਿੰਦੇ ਸਕੂਟਰ ਤੇ ਆਏ ਵੀਰ ਤਾਂ ਕਹਿੰਦੇ ਸਿਰਫ ਅਸੀਂ ਇੱਕ ਗਾਣਾ ਸੁਣਨ ਆਏ ਹਾਂ ਕਿਸ ਹਾਲ ਚਲਣ ਦਾ ਓਏ ਹੋ ਮੈਂ ਫੇਰ ਇਮੋਸ਼ਨਲ ਹੋ ਗਿਆ ਮੈਂ ਕਿਹਾ ਯਾਰ ਬੋਲੀਆਂ ਰਹਿਣ ਦੇ ਅੱਜ ਮੈਂ ਸਾਹਮਣੇ ਖੜ ਜਾ ਯਾਰ 65 ਮੀਲ ਕਹਿੰਦੇ ਜੀ ਸਕੂਟਰ ਵੀ ਚਲਾ ਕੇ ਆਏ ਹਾਂ ਵੀ ਆਹ ਗਾਣਾ ਤੇਰਾ ਸੁਣਨਾ ਉਹ ਫਿਰ ਬੜਾ ਮੈਂ ਕਿਹਾ ਚੱਲ ਨਹੀਂ ਫਿਰ ਮਨ ਤੱਕ ਵਿਸ਼ਵਾਸ ਹੋ ਗਿਆ ਯਾਰ ਕਈ ਵਾਰ ਅਸੀਂ ਐਵੇਂ ਉਦਾਸ ਹੋ ਕਲਾਕਾਰ ਬਜਾਲ ਸਾਡਾ ਆਹ ਨੀ ਹੋਇਆ ਉਹ ਨੀ ਹੋਇਆ ਐਵੀ ਮੈਂ ਆਪਣੇ ਆਪ ਨੂੰ ਐਵੀਂ ਚੌਂ ਚੌਂ ਕਰਨ ਦੀ ਆਦਤ ਮੈਂ ਆਪਣੇ ਆਪ ਨੂੰ ਲਾਹਨਤ ਪਾਉਣਾ ਏਦਾਂ ਨਹੀਂ ਕਰਨੀ ਚਾਹੀਦੀ ਪਿਆਰ ਕਰਨ ਵਾਲੇ ਉਹ ਬੈਠੇ ਜ਼ਰੂਰੀ ਨੀ ਮਿਲ ਰਹੇ ਆ ਤਾਂ ਹੀ ਪਿਆਰ ਉਹ ਮਨ ਚ ਪਿਆਰ ਲਈ ਬੈਠੇ ਹੁੰਦੇ ਕਈ ਵਾਰ ਤੁਹਾਨੂੰ ਨਹੀਂ ਵੀ ਮਿਲੇ ਹੁੰਦੇ ਹੈ ਨਾ ਸੋ ਇਹਨਾਂ ਦਾ ਮੈਂ ਬਹੁਤ ਸਤਿਕਾਰ ਕਰਦਾ ਜੀ ਬਹੁਤ ਸਲਾਮ ਹੈ ਮੇਰੇ ਨਾਲ ਸਾਰੇ ਵੀਰਾਂ ਨੂੰ ਤੇ ਮੈਂ ਫਿਰ ਉਹਦਾ ਅੰਤਰ ਇੱਕ ਸੁਣਾ ਦਿੰਦਾ ਅੰਤਰ ਇੱਕ ਸ਼ੁਰੂ ਕਰਕੇ ਨਾ 27 ਦੀ ਲਾਈਨ ਜੀ ਬਿਲਕੁਲ ਜੀ ਬਿਲਕੁਲ ਉਹ ਕਿੰਜ ਦੁਖੇ ਕਲੇਜਾ ਚੋਟ ਪੁਰਾਣੀ ਰੜਕੇ ਤੇ ਕਿੰਜ ਦੁਖੇ ਕਲੇਜਾ ਚੋਟ ਪੁਰਾਣੀ ਰੜਕੇ ਤੇ ਕਿੰਜ ਲਹੂ ਸਿਆਹੀ ਬਣ ਕੇ ਆਉਂਦਾ ਵਰਕੇ ਤੇ ਕਿੰਜ ਗੀਤ ਮੈਂ ਰਚਦਾ ਹਾਂ ਤੈਨੂੰ ਕੁਝ ਵੀ ਪਤਾ ਨੀ ਸੂਲਾਂ ਤੇ ਨੱਚਦਾ ਹਾਂ ਤੈਨੂੰ ਕੁਝ ਵੀ ਪਤਾ ਨੀ ਬਲਦੇ ਹੋਏ ਅੱਖਰਾਂ ਨੂੰ ਲਿਖਣੇ ਦੀ ਖਾਤਿਰ ਮੈਂ ਕੀ ਹਾਲ ਬਣਾ ਲੈਣਾ ਕਿੰਜ ਧੁਖਦਾ ਮੱਚਦਾ ਹਾਂ ਤੈਨੂੰ ਕੁਝ ਵੀ ਪਤਾ ਨੀ ਮੈਂ ਕਿਸ ਹਾਲ ਚ ਰਹਿੰਦਾ ਹਾਂ ਤੈਨੂੰ ਕੁਝ ਵੀ ਪਤਾ ਨੀ ਦਿਲ ਤੇ ਕੀ ਸਹਿੰਦਾ ਹਾਂ ਤੈਨੂੰ ਕੁਝ ਵੀ ਪਤਾ ਨੀ ਇਹਦਾ ਮਿੰਟੂ ਜੀ ਇੱਕ ਅੰਤਰਾ ਮੈਂ ਬਿਨਾਂ ਗੱਲ ਤੋਂ ਸੁਣਾ ਦਿੰਦਾ ਕਿ ਮੇਰੀ ਸ਼ੋਹਰਤ ਤੈਨੂੰ ਚੁੱਭਦੀ ਮੈਨੂੰ ਪਿਆਰੀ ਏ ਮੇਰੀ ਸ਼ੋਹਰਤ ਤੈਨੂੰ ਚੁੱਭਦੀ ਮੈਨੂੰ ਪਿਆਰੀ ਏ ਤੂੰ ਕੀ ਜਾਣੇ ਮੈਂ ਕਿੰਨੀ ਕੀਮਤ ਤਾਰੀ ਏ ਕਹਿੰਦਾ ਕਿੰਨੇ ਪੋਹ ਠਰਿਆ ਹਾਂ ਕਿੰਨੇ ਪੋਹ ਠਰਿਆ ਹਾਂ ਕੁਝ ਵੀ ਪਤਾ ਨਹੀਂ ਉਹ ਕਈ ਹਾੜ ਮੈਂ ਸੜਿਆ ਹਾਂ ਤੈਨੂੰ ਕੁਝ ਵੀ ਪਤਾ ਨੀ ਕਿਸਮਤ ਤੇ ਦੁਨੀਆਂ ਨੇ ਮੈਨੂੰ ਕਿੰਨਾ ਰੁਆਇਆ ਏ ਜਿਉਂਦਿਆਂ ਤੱਕ ਪਹੁੰਚਣ ਲਈ ਕਿੰਨੀ ਵਾਰ ਮਰਿਆ ਹਾਂ ਤੈਨੂੰ ਕੁਝ ਵੀ ਪਤਾ ਨੀ ਬਹੁਤ ਖੂਬ ਗੱਲ ਕਹੀ ਹੈ ਜੀ ਸੋ ਦੇਵੀ ਬਾਈ ਜੀ ਬੈਸ ਦੇਖੋ ਟਾਈਮ ਬੰਦੇ ਦੇ ਬੱਸ ਦੀ ਗੱਲ ਨੀ ਟਾਈਮ ਹੱਥੋਂ ਨਿਕਲ ਗਿਆ ਸੋ ਸਾਡੇ ਸਰੋਤਿਆਂ ਲਈ ਨਾ ਪਹਿਲਾਂ ਤਾਂ ਇੱਕ ਸੁਨੇਹਾ ਦਿਓ ਤੇ ਫਿਰ ਮੈਂ ਵੀ ਤੁਹਾਨੂੰ ਦੱਸਾਂ ਵੀ ਇੱਕ ਨਾ ਜੇ ਸਾਡੇ ਨਾ ਹਰਮਨ ਰੇਡੀਓ ਨੂੰ ਵੈਸੇ ਤਕਰੀਬਨ 70 ਮੁਲਕਾਂ ਦੇ ਵਿੱਚ ਜਿਹੜੀ ਟ੍ਰੈਫਿਕ ਮਿਲਦੀ ਆ ਤੇ ਲਿਸਨਰ ਦਾ ਸਾਡੇ ਨਾ ਮੀਟਰ ਆ ਤਕਰੀਬਨ ਜਦੋਂ ਮੀਟਰ ਦੱਸਦਾ ਰਹਿੰਦਾ ਸਾਨੂੰ ਵੀ ਕਿੱਥੇ ਆ ਮੀਟਰ ਸਾਡੇ ਸ਼ੋਆਂ ਦੇ ਵਿੱਚ ਜਦੋਂ ਮੀਟਰ ਹੁੰਦਾ ਤਕਰੀਬਨ ਮੰਡੇ ਜੀ ਜੀ ਮੰਡੇ ਦੇ ਮੀਟਰ ਦੇ ਵਿੱਚ ਬਹੁਤ ਵਾਰੀ ਸੂਈ ਆ ਜਿਹੜੀ ਲਾਲ ਦੇ ਨੇੜੇ ਚਲੀ ਜਾਂਦੀ ਆ ਮੰਡੇ ਦੇ ਸ਼ੋਅ ਦੇ ਵਿੱਚ ਸਾਡੀ ਤੇ ਪਰ ਅੱਜ ਮੈਂ ਤੁਹਾਨੂੰ ਦੱਸਦਿਆਂ ਵੀ ਸਾਡੀ ਜਿਹੜੀ ਸੂਈ ਆ ਉਹ ਲਾਲ ਦੇ ਵਿੱਚ ਹੀ ਰਹਿ ਰਹੀ ਆ ਉਦੋਂ ਦੀ ਤੇ ਮੈਨੂੰ ਲੱਗਦਾ ਵੀ ਪੁਰਾਣੇ ਉਹ DT 14 ਵਾਂਗੂ ਹੁਣ ਸਾਡਾ ਸਰਵਰ ਨਾ ਡਾਊਨ ਹੋ ਜੇ ਇੰਨਾ ਕੁ ਲੋਕਾਂ ਦਾ ਜਿਹੜਾ ਟ੍ਰੈਫਿਕ ਇਸ ਟਾਈਮ ਜੁੜਿਆ ਹੋਇਆ ਸਰਵਰ ਦੇ ਉੱਤੇ ਤੇ ਅੱਗੇ ਹੁੰਦੇ ਸੀ ਨਾ ਉਹ DT 14 ਟਰੈਕਟਰ ਜ਼ਿਆਦਾ ਸਟਾਰਟ ਹੀ ਨਹੀਂ ਹੁੰਦੇ ਸੀ ਜੇ ਸਟਾਰਟ ਕਰਦੇ ਸੂਈ ਚੱਕ ਜਾਂਦੇ ਸੀ ਹੱਥੀ ਮਾਰ ਕੇ ਸਟਾਰਟ ਕਰ ਦਿੰਦੇ ਥੱਲੇ ਅੱਗ ਲਾ ਬਾਲ ਕੇ ਕਿਵੇਂ ਸਿਆਲ ਨੂੰ ਜੀ 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 ਸੋ ਉਹ ਕੰਡੀਸ਼ਨ ਹੋਈ ਹੋਈ ਹੈ ਇਸ ਟਾਈਮ ਤੇ ਪਰ ਤੁਸੀਂ ਹੁਣ ਡਾਂਦੇ ਜਾਂਦੇ ਸਾਡੇ ਸਰੋਤਿਆਂ ਦੇ ਨਾਂ ਸੁਨੇਹਾ ਸਾਡੇ ਐਡਲੇਡ ਵਾਲੇ ਬਾਈ ਸੁਲੱਖਣ ਸੋਹਤਾ ਦਾ ਦਿਨ ਰਾਤ ਇੱਕ ਕੀਤੀ ਹੋਈ ਆ ਉਹਨੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਵਿੱਚ ਤੇ ਮੈਨੂੰ 4 ਸੁਨੇਹੇ ਆ ਚੁੱਕੇ ਆ ਮੈਂ ਰਿਵਰਲੈਂਡ ਆਇਆ ਹੋਇਆ ਸੀ ਤੇ ਕਹਿੰਦਾ ਬਾਈ ਰਿਵਰਲੈਂਡ ਤੋਂ ਵਾਪਸ ਆ ਜਾ ਛੇਤੀ ਮੈਨੂੰ ਉਹਦਾ ਐਤਵਾਰ ਨੂੰ ਸੁਲੱਖਣ ਵੀਰ ਦਾ ਜ਼ਿਕਰ ਨਹੀਂ ਕਰ ਰਿਹਾ ਪਰ ਸੁਲੱਖਣ ਨੂੰ ਪਤਾ ਕਿ ਮੇਰਾ ਸ਼ੇਅਰ ਹੈ ਕਿ ਉਹ ਹੈਗਾ ਨਾ ਕਿ
ਜਿਨ੍ਹਾਂ ਦੀ ਫਿਤਰਤ ਵਿਚ ਲਗਾ ਉਹ ਕਦੇ ਵਫਾਵਾਂ ਨਹੀਂ ਕਰਦੇ, ਜੋ ਰੁੱਖ ਜ਼ਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ। ਅਗਲੇ ਸ਼ੇਰ ਹੈ ਕਿ ਘੱਟ ਮਿਲੀਏ ਘੱਟ ਆਈਏ ਜਾਈਏ, ਇਸ ਗੱਲ ਦਾ ਮਤਲਬ ਇਹ ਨਹੀਂ ਹੋ ਕਿ ਤੇਰੇ ਨਾਲ ਸਾਡਾ ਪਿਆਰ ਨਹੀਂ, ਤੇਰੇ ਲਈ ਦੁਆਵਾਂ ਨਹੀਂ ਕਰ, ਹਨਾ ਜੀ। ਸੋ ਸੁਲੱਖਣ ਸਾਡੀਆਂ ਦੁਆਵਾਂ ਚ ਰਹਿੰਦਾ ਹਮੇਸ਼ਾ, ਇਹਨੂੰ ਅਸੀਂ ਇੰਨਾ ਪਿਆਰ ਕਰ ਲੈਂਦੇ ਪਿਆਰੇ ਵੀਰ ਨੂੰ, ਬੇਗਰਜ ਮਿੱਤਰ ਆ, ਹਨਾ ਜੀ, ਹਰੇਕ ਨਾਲ ਬੇਗਰਜ ਮੁਹੱਬਤ ਕਰਨ ਵਾਲਾ। ਬਿਲਕੁਲ ਜੀ ਬਿਲਕੁਲ। ਸੋ ਇਹਲਾ ਮੈਂ ਦਿਲੋਂ ਸ਼ੁਕਰਾਨਾ ਕਰਦਾ ਇਸ ਵੀਰ ਦਾ ਕਿ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਹੰਬਲਾ ਮਾਰ ਰਿਹਾ, ਔਰ ਮੈਂ ਐਡਲੈਂਡ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਸ ਵੀਰ ਦੀ ਸਪੋਰਟ ਕਰੋ, ਤੇ ਅਸੀਂ ਚਾਹੁੰਦੇ ਹਾਂ ਹਮੇਸ਼ਾ ਜਦ ਵੀ ਆਉਣੇ ਤੁਹਾਡੇ ਸ਼ਹਿਰ ਆਈਏ ਤੇ ਇਸ ਤਰ੍ਹਾਂ ਦੀ ਇੱਕ ਸ਼ਾਮ ਲੈ ਕੇ ਆਈਏ, ਔਰ ਇਹ ਤਾਂ ਹੀ ਹੋਣਾ ਕਿ ਸਾਰੇ ਜਿਹਨੇ ਸਪੋਂਸਰ ਕੀਤਾ ਯੋਗ ਦਿੰਦੇ ਸੁਲੱਖਣ ਵੀਰ ਵਰਗੇ ਅੱਗੇ ਹੋ ਕੇ ਜਿਹੜੇ ਹੰਬਲਾ ਮਾਰਦੇ ਤੋਂ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੋਵੋ, ਤੇ ਅਸੀਂ ਆਪਣੇ ਵੱਲੋਂ ਮਿਹਨਤ ਕਰਦੇ ਹਾਂ ਤੇ ਤੁਸੀਂ ਪੂਰੇ ਪਰਿਵਾਰ ਸਮੇਤ ਹੋਮ ਆ ਕੇ ਆਓ ਤੇ ਅਸੀਂ ਸ਼ਾਮ ਨੂੰ ਇੱਕ ਵਧੀਆ ਜਿਹੀ ਯਾਦਗਾਰੀ ਬਣਾਈਏ, ਹਨਾ ਜੀ। ਤੇ ਸੈਕੰਡਲੀ ਮੈਂ ਹਰਮਨ ਰੇਡੀਓ ਦਾ ਮਿੰਟੂ ਵੀਰ ਸਾਹਿਬ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਦਿਲੋਂ ਸ਼ੁਕਰਾਨਾ ਕਰਦਾ ਕਿ ਸਵੇਰੇ ਉੱਠਦੇ ਨੂੰ ਨਿਰਣੇ ਕਾਲਜੇ ਨਹੀਂ ਨਿਰਣੇ ਕਾਲਜੇ ਨੀ ਪੀਣਾ ਚਾਹ ਪੀ ਲਈ ਸੀ, ਉਦਾਂ ਸ਼ਮਸ਼ੇਰ ਲੈ ਕੇ ਆਇਆ ਸੀਗਾ ਸਾਡੇ ਦਰਸ਼ਨ ਹੋ ਗਿਆ, ਔਰ ਬਹੁਤ ਮੂਡ ਬਣ ਗਿਆ, ਚਾਹ ਦੇ ਪੀਣ ਦਾ ਸਵਾਦ ਆ ਗਿਆ, ਨਹੀਂ ਤਾਂ ਚਾਹ ਪੀ ਕੇ ਬੰਦਾ ਐਵੇਂ ਜਾ ਕੇ ਤੇ ਲੰਮਾ ਪੈ ਜਾਵੇ, ਚੰਗੀ ਗੱਲ ਨੀ ਬਣਦੀ, ਤੇ ਗੱਲਾਂ ਇੰਨੀਆਂ ਸੋਹਣੀਆਂ ਹੋ ਗਈਆਂ। ਔਰ ਮੈਂ ਸਾਰਿਆਂ ਦਾ ਸ਼ੁਕਰਾਨਾ ਕਰਦਾ, ਸਾਰੇ ਪੰਜਾਬੀਆਂ ਦਾ, ਜਿਹਨਾਂ ਨੂੰ ਸਭ ਨੂੰ ਰਿਕਾਰਡ ਸਤਿਕਾਰ ਪੇਸ਼ ਕਰਦਾ ਜਿਹੜੇ ਇਸ ਵੇਲੇ ਰੇਡੀਓ ਨਾਲ ਜੁੜੇ ਹੋਏ ਨੇ, ਹਾਂਗਕਾਂਗ ਤੋਂ, ਕਿਹੜੇ ਕਿਹੜੇ ਮੁਲਕ ਤੋਂ, ਫਰਿਜ਼ਨੋ, ਕੈਲੀਫੋਰਨੀਆ, ਹੋਰ ਕਿੱਥੋਂ ਕਿੱਥੋਂ ਜਿਹੜੇ ਮੈਸੇਜ ਆਏ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿਕਾਰ, ਹਨਾ ਜੀ। ਤੇ ਸਾਰਿਆਂ ਨੇ ਦੁਆਵਾਂ ਕਰਦੇ ਮਾਲਕ ਚੜ੍ਹਦੀ ਕਲਾ ਕਰਕੇ ਸਾਰੇ ਵੀਰਾਂ ਨੂੰ ਸੱਚਾ ਪਾਤਸ਼ਾਹ ਹਿੰਮਤ ਹੌਸਲਾ ਦੇਵੇ, ਔਰ ਮਿਹਨਤ ਦਾ ਬਲ ਜਿਹੜਾ ਵਿਰਸੇ ਸਾਨੂੰ ਮਿਲਿਆ ਹੈ ਇਹ ਬਰਕਰਾਰ ਰੱਖੇ, ਔਰ ਕਮਾਈਆਂ ਕਰਦੇ ਇਸ ਤਰ੍ਹਾਂ ਖੁਸ਼ੀਆਂ ਖੁਸ਼ਹਾਲੀਆਂ ਮਾਨਣ, ਆਪਣੇ ਪਰਿਵਾਰਾਂ ਚ ਰੱਸਦੇ ਵੱਸਦੇ ਰਹਿਣ, ਔਰ ਪੰਜਾਬੀ ਆਦਰ ਨਾਲ ਜੁੜ ਰਹਿਣ, ਹਨਾ ਜੀ। ਅਸੀਂ ਆਪਣੇ ਵੱਲੋਂ ਮਾੜਾ ਮੋਟਾ ਹੋਕਾ ਦੇਣ ਦੀ ਕੋਸ਼ਿਸ਼ ਕਰਦੇ ਹਾਂ ਪੰਜਾਬੀ ਆਦਰ ਦਾ, ਜਿੰਨੇ ਕਿ ਵੀ ਸਾਡੀ ਹਿੰਮਤ ਹੈਗੀ ਅਸੀਂ ਕਰਦੇ ਹਾਂ, ਪਰ ਉਹਦੇ ਲਈ ਲੋੜ ਹੈ ਤੁਹਾਨੂੰ ਸਾਨੂੰ ਤੁਹਾਡੇ ਸਾਰਿਆਂ ਦੀ, ਪਿਆਰ ਕਰਨ ਵਾਲਿਆਂ ਦੀ, ਪੰਜਾਬੀ ਅਦਬ ਦੇ ਆਸ਼ਕਾਂ ਦੀ, ਤੇ ਇਹ ਹੁੰਗਾਰਾ ਸਾਨੂੰ ਮਿਲਿਆ ਰਹੂਗਾ ਕਿ ਅਸੀਂ ਜਿੰਨੀ ਕਿ ਸਾਡਾ ਤਾਣ ਲਾ ਕੇ ਅਸੀਂ ਇਹ ਹੋਕਾ ਦਿੰਦੇ ਰਹਾਂਗੇ ਪੰਜਾਬੀ ਅਦਬ ਦਾ। ਤੇ ਬਹੁਤ ਬਹੁਤ ਸ਼ੁਕਰਾਨਾ ਮੇਰਾ ਵੀਰ ਮਿੰਟੂ ਸਾਹਿਬ ਤੁਹਾਡਾ ਸਾਰਿਆਂ ਦਾ, ਤੇ ਕੋਈ ਉੱਚੀ ਨੀਵੀਂ ਗੱਲ ਹੋਵੇ ਉਹ ਮਾਫ਼ ਕਰ ਦੇਵੀ। ਜਾਂਦੇ ਜਾਂਦੇ ਮੈਂ ਵੀ ਤੁਹਾਨੂੰ ਦੱਸਦਾ, ਮੇਰਾ ਵੈਸੇ ਅੱਜ ਦੇ ਸ਼ੋਅ ਚ ਤਕਰੀਬਨ ਅੱਧਾ ਘੰਟਾ ਹੀ ਹਾਜ਼ਰੀ ਹੁੰਦੀ ਹੈ, ਮੈਂ ਨਿਊਜ਼ ਲਈ ਆਉਣਾ ਹੁੰਦਾ ਤੇਰੇ, ਪਰ ਤੁਹਾਡਾ ਆਉਣ ਕਾਰਨ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੈਨੂੰ ਵੀ ਚਾਅ ਸੀ, ਤੇ ਜੇ ਸੱਚ ਦੱਸਾਂ ਤਾਂ ਮੇਰੀ ਨਾ ਪਾਣੀ ਦੀ ਵਾਰੀ ਸੀ ਬਾਈ, ਤੇ ਜੱਟ ਲਈ ਪਾਣੀ ਦੀ ਵਾਰੀ ਕਿੰਨੀ ਅਹਿਮ ਹੁੰਦੀ ਹੈ, ਹੁਣ ਤੁਸੀਂ ਦੇਖ ਲਓ, ਤੇ ਮੇਰੀ ਕਹੀ ਤੇ ਮੇਰੀ ਕਹੀ ਮੈਨੂੰ ਉਡੀਕੀ ਜਾਂਦੀ ਆ, ਤੇ ਮੈਂ ਤਕਰੀਬਨ ਮੈਂ ਬਸ, ਤੇ ਹਾਲਾਂਕਿ ਮੇਰੇ ਸਟੂਡੀਓ ਤੋਂ ਖੇਤ ਦਾ ਰਾਹ ਵੀ ਦੂਰ ਆ, ਤੇ ਪਰ ਤੁਹਾਨੂੰ ਪਤਾ ਵਿਦੇਸ਼ ਦੇ ਵਿੱਚ ਕਿਹੜਾ ਇੱਥੇ ਆਇਆ ਵੀ ਭਾਈ ਜਾ ਰਾਮੂ ਜਾਂ ਸ਼ਾਮੂ ਪਾਣੀ ਲਾਇਆ, ਤੇ ਪਾਣੀ ਵੀ ਤੁਹਾਨੂੰ ਪਤਾ ਵੀ ਆਪ ਹੀ ਲਾਉਣਾ, ਤੇ ਜੀ ਜੀ, ਤੇ ਇਸ ਕਰਕੇ ਮੈਂ ਫੇਰ ਵੀ ਆਪਦੀ ਪਾਣੀ ਦੀ ਵਾਰੀ ਪਿੱਛੇ ਪਾ ਕੇ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਮੈਨੂੰ ਵਧੀਆ ਲੱਗੀ, ਤੇ ਕਿਹਦੇ ਸੰਜੋਗ ਮਿਲਦੇ ਆ ਜੇ ਚੰਗੇ ਲੋਕਾਂ ਦੀ ਸੰਗਤ ਮਾਨਣ ਦੀ, ਸੋ ਪਾਣੀ ਤਾਂ ਆਉਂਦੇ ਜਾਂਦੇ ਰਹਿਣਗੇ ਇਹਨਾਂ ਲਾਈਫ ਦੇ ਵਿੱਚ। ਜੀ ਜੀ, ਸੋ ਬਹੁਤ ਮਿਹਰਬਾਨੀ ਬਾਈ ਜੀ, ਤੁਸੀਂ ਜੁੜੇ, ਕੀਮਤੀ ਵਕਤ ਦਿੱਤਾ, ਸਾਰੇ ਸਰੋਤਿਆਂ ਨੂੰ ਬੇਨਤੀ ਹੈ ਮੈਂ ਇੱਕ ਵਾਰ ਫੇਰ ਯਾਦ ਕਰਾ ਦਿਆਂ, ਸੈਟਰਡੇ ਨੂੰ ਸਿਡਨੀ ਦੇ ਵਿੱਚ ਤੇ ਸੰਡੇ ਨੂੰ ਐਡਲੇਡ ਦੇ ਵਿੱਚ, ਤੇ ਅਗਲੇ 20 ਤਰੀਕ ਨੂੰ ਫਿਰ ਮੈਲਬਨ ਦੇ ਵਿੱਚ ਜਿਹੜਾ ਦੇਬੀ ਲਾਈਵ ਸ਼ੋਅ ਹੋ ਰਿਹਾ। ਸੋ ਜਿਹੜੇ ਵੀ ਸੱਜਣ ਮਿੱਤਰ ਨੇ ਸੰਪਰਕ ਕਰਨਾ ਐਡਲੇਡ ਦੇ ਵਿੱਚ ਸੁਲੱਖਣ ਹੋਰਾਂ ਨੂੰ ਕਰ ਸਕਦੇ ਹੋ, ਤੁਸੀਂ ਸਿਡਨੀ ਦੇ ਵਿੱਚ ਬਾਈ ਸ਼ਮਸ਼ੇਰ ਕੱਦੋਂ ਹੋਰਾਂ ਨੂੰ ਕਰ ਸਕਦੇ ਹੋ, ਤੇ ਮੈਲਬਨ ਦਾ ਵੀ ਅਸੀਂ ਕੋਈ ਪੋਸਟਰ ਜ਼ਰੂਰ ਸ਼ੇਅਰ ਕਰਾਂਗੇ ਹੁਣ ਸਾਡੇ ਰੇਡੀਓ ਦੇ ਪੇਜ ਦੇ ਉੱਤੇ। ਸੋ ਦੋਸਤੋ, ਕਈ ਵਾਰੀ ਕੀ ਹੁੰਦਾ ਵੀ ਅਸੀਂ ਗੱਲਾਂ ਬਾਤੀ ਦਾ ਵਾਹ 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 ਬਹੁਤ ਕਰਦੇ ਹਾਂ, ਪਰ ਉਹ ਵਾਹ ਵਾਹ ਕਿਤੇ ਵੀ ਕੰਮ ਨਹੀਂ ਆਉਂਦੀ। ਮੈਂ ਰੋਜ਼ ਤੁਹਾਨੂੰ ਕਈ ਵਾਰੀ ਉਸ ਰਾਗੀ ਸਿੰਘ ਦਾ ਇੱਕ ਨਾ ਮੈਂ ਜਾਂਦਾ ਜਾਂਦਾ ਚੁਟਕਲਾ ਸੁਣਾ ਦਿਆਂ, ਦਿੱਬੀ ਬਾਈ ਤੁਹਾਨੂੰ ਵੀ, ਚੁਟਕਲਾ ਹੀ ਆ ਗੱਲ। ਕੋਈ ਕਹਿੰਦੇ ਰਾਗੀ ਸਿੰਘ ਸੀ ਜੀ, ਤੇ ਉਹ ਕਹਿੰਦੇ ਰਾਗੀ ਸਿੰਘ ਕਹਿੰਦੇ ਕਿਤੇ ਉਹਨੇ ਕੀਰਤਨ ਕੀਤਾ ਤੇ ਉਹਨੂੰ ਕਿਸੇ ਨੇ ਜਚਾਇਆ ਸੀ ਵੀ ਮਾਇਆ ਮੰਗਣੀ ਕੁਛ ਨੀ ਕਰਨਾ, ਜੋ ਲੋਕ ਤੈਨੂੰ ਦੇ ਦਿੰਦੇ ਆ ਬਸ ਠੀਕ ਆ। ਉਹ ਬੇਚਾਰਾ ਸੱਚਾ ਰਿਹਾ ਗੱਲ ਤੇ ਉਹਨੇ ਪ੍ਰਬੰਧਕਾਂ ਨੂੰ ਕੀਰਤਨ ਕੀਤਾ, ਤੇ ਪ੍ਰਬੰਧਕਾਂ ਨੂੰ ਆਦਾ ਜੀ ਹਾਂਜੀ ਵੀ ਸੇਵਾ ਜੋ ਮਰਜ਼ੀ, ਤੇ ਉਹ ਪ੍ਰਬੰਧਕ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਵਾਹ ਜੀ ਵਾਹ ਵਾਹ, ਬਹੁਤ ਖੂਬ ਕੀਰਤਨ ਕੀਤਾ ਐ ਕਹਿ ਕੇ ਤੋਰਤਾ ਜੀ। ਤੇ ਉਹ ਉਹਨੇ ਕਹਿੰਦੇ ਰਾਗੀ ਸਿੰਘ ਨੇ ਰਿਕਸ਼ਾ ਲੈ ਲਿਆ ਤੇ ਸਟੇਸ਼ਨ ਤੇ ਜਾ ਵੜਿਆ, ਸਟੇਸ਼ਨ ਤੇ ਉਤਰ ਕੇ ਤੇ ਰਿਕਸ਼ੇ ਵਾਲਾ ਆਦਾ ਹਾਂਜੀ ਪੈਸੇ, ਉਹ ਆਦਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਵਾਹ ਜੀ ਵਾਹ, ਬਹੁਤ ਸੋਹਣਾ ਰਿਕਸ਼ਾ ਚਲਾਇਆ। ਉਹ ਆਦਾ ਜੀ ਇਹ ਨੀ ਤੂੰ 10 ਰੁਪਏ ਕੱਢ, ਇਹ ਨੀ ਚੱਲਦਾ। ਉਹ ਆਦਾ ਜੀ ਫਿਰ ਐਂ ਕਰੋ ਮੈਨੂੰ ਬੈਗ ਉੱਥੇ ਹੀ ਲੈ ਚੱਲ। ਉਹ ਬੈਗ ਪ੍ਰਬੰਧਕਾਂ ਕੋਲੋਂ ਲਿਆਇਆ ਜੀ, ਤੇ ਪ੍ਰਬੰਧਕਾਂ ਨੂੰ ਕਹਿੰਦਾ ਵੀ ਕਿਹਾ ਜੀ ਜਿਹੜੀ ਚੀਜ਼ ਤੁਸੀਂ ਮੈਨੂੰ ਦਿੱਤੀ ਸੀ ਉਹ ਰਿਕਸ਼ੇ ਵਾਲੇ ਨੇ ਲਈ ਨੀ ਜੀ, ਤੁਸੀਂ ਦੇ ਦਿਓ ਇਹਨੂੰ। ਹਾਂਜੀ, ਸੋ ਸਾਡੇ ਸਰੋਤਿਆਂ ਨੂੰ ਵੀ ਬੇਨਤੀ ਆ ਵੀ ਪਲੀਜ਼ ਇਹ ਜਾ ਕੱਲੀ ਬਾਹਲਾ ਨੀ, ਜੇ ਤੁਸੀਂ ਇੱਕ ਲਿਖਾਰੀ ਨੂੰ ਕਲਾਕਾਰ ਨੂੰ ਬਣਦਾ। ਜੀ ਜੀ, ਬਹੁਤ ਸਾਲ ਪਹਿਲਾਂ ਯੂਪੀ ਗੁਰਦੁਆਰਾ ਸਾਹਿਬ ਦੀ ਗੱਲ ਹੈ ਕਿ ਸਾਧੂ ਸਿੰਘ ਦਰਦ ਹੁੰਦੇ ਸੀ, ਪੋਇਟ ਨੂੰ ਸ਼ਾਇਦ ਗੁਜ਼ਰ ਗਿਆ,
ਬੜੇ ਕਵੀ ਅੱਛੇ ਸੀਗੇ, ਉਹ ਕਵਿਤਾ ਪੜ੍ਹੀ ਜਾਂਦੇ ਆ, ਬੜੀ ਲੋਕੀ ਸੁਣੀ ਜਾਂਦੇ ਆ, ਕੋਈ ਇਨਾਮ ਨੀ ਆਇਆ। ਇੱਕ ਸੱਜਣ ਆਇਆ, 10 ਦਾ ਨੋਟ ਰੱਖ ਕੇ ਚਲਾ ਗਿਆ, ਕਹਿੰਦਾ ਉਹ ਗੁਰਮੁਖਾ, ਉਹ ਭਾਈ ਆਪਣਾ ਨਾਮ ਦੱਸ ਕੇ ਜਾਈ। ਉਹ ਕਿੱਥੋਂ ਕਹਿਣਾ, ਕਹਿੰਦਾ ਬੂਟਾ ਸਿੰਘ, ਬੂਟਾ ਸਿੰਘ ਰੱਬ ਤੇਰੇ ਬਾਗ ਲਾਵੇ, ਤੇਰੇ ਬਗੀਚੇ ਵਧਾਵੇ, ਤੂੰ ਕਵੀ ਦਾ ਮਾਣ ਕੀਤਾ ਹੋਏ, ਇਹ ਆਦਤ ਬਾਕੀ ਸੰਗਤ ਨੂੰ ਵੀ ਪਾਵੇ ਰੱਬ ਪਾਤਸ਼ਾਹ। ਕਹਿੰਦਾ ਨਾਲੇ ਸਾਨੂੰ ਦੱਸ ਦਈਏ, ਸਾਡੇ ਬੱਚੇ ਜਿਹੜੇ ਪਬਲਿਕ ਸਕੂਲਾਂ ਚ ਪੜ੍ਹਦੇ, ਤੁਹਾਡੇ ਸਿਰੋਂ ਪੜ੍ਹਦੇ, ਹੋਰ ਸਾਡੀ ਕੋਈ ਫੈਕਟਰੀ ਨੀ ਚੱਲਦੀ। ਬਿਲਕੁਲ ਜੀ, ਮਹਾਰਾਜ ਸਾਰੇ ਜ਼ਰੂਰੀ ਆ ਸਾਰਿਆਂ ਨੂੰ ਜੀ ਜੀ, ਸਾਰਿਆਂ ਨੂੰ ਬੇਨਤੀ ਹੈ ਜੀ, ਸਾਰੇ ਜਣੇ ਹੁੰਮ ਹੁੰਮ ਆ ਕੇ ਪਹੁੰਚੋ ਤੇ ਬਣਦਾ ਸਹਿਯੋਗ ਦਿਓ, ਸੋ ਫੇਰ ਹੀ ਜਿਹੜੇ ਬਾਈ ਦੇਬੀ ਹੋਰੇ ਲਗਾਤਾਰ ਤੁਹਾਡੀ ਸੇਵਾ ਕਰਦੇ ਰਹਿਣਗੇ, ਤੇ ਤੁਸੀਂ ਦਾ ਮਾਣ ਵਧਾਓ ਜੇ ਤੁਸੀਂ ਜੀ ਜੀ ਜੀ, ਜੇ ਮਾੜੇ ਨੂੰ ਨਿੰਦਦੇ ਹੋ ਤਾਂ ਚੰਗੇ ਨੂੰ ਸਲਾਓ। ਬਿਲਕੁਲ ਜੀ ਬਿਲਕੁਲ, ਸੋ ਬਹੁਤ ਬਹੁਤ ਮਿਹਰਬਾਨੀ ਦੇਬੀ ਬਾਈ ਜੀ, ਸੋ ਮਿਲਦੇ ਹਾਂ ਜੀ ਅਡਲੇਟ। ਬਹੁਤ ਬਹੁਤ ਮਿਹਰਬਾਨੀ ਮੇਰਾ ਵੀਰ, ਮਾਲ ਚੜ੍ਹਦੀ ਕਲਾ ਕਰਕੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ, ਸਤਿ ਸ੍ਰੀ ਅਕਾਲ, ਤੇ ਉੱਚਾ ਨੀਵਾਂ ਬੋਲ ਮਾਫ ਕਰਨਾ, ਤੇ ਫਿਰ ਮਿਲਦੇ ਹਾਂ ਜੀ ਅੱਗੇ। ਥੈਂਕ ਯੂ ਵੀਰ, ਸਤਿ ਸ੍ਰੀ ਅਕਾਲ, ਮਿਹਰਬਾਨੀ, ਸਤਿ ਸ੍ਰੀ ਅਕਾਲ।